ਕਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਧਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਅਦਾਰੂ ਜੇ ਕੋ ਖਾਵੇ
जाए नित नित रखियो तारो तम संसार चरण लग तरिए सब नानक ब्रह्म पसारो सलोक महला पंज तेरा कीता प्रसाद राग माला राग एक संग पंच बरंगन संग अलप है अठ नंदन प्रथम राग पैरव करहे पंच रागणी संग चरहे प्रथम पैरवी बलावली पुन्याकी गावे मंगली पुनस लिखी की पई बारी ए पैरों की पंचो नारी पंचम हरख दिशाख सुनाव है बंगाल मद माधव गाव है ललत बिलावल गाव ही अपनी अपनी भांत अष्ट पुत्र भैरव के गावे गायन पात्र द्वितीया माल कौश गया लप है संग रागणी पंचो थप है गौंड करी अर देव गंधारी गंधारी से हुती उतारी तनाश्री पांचो गाई माल राग कौशिक संग लाई मारू मस्त अंग मेवारा प्रबल चंड कौशिको बारा खौ घट्यो भौरा नंद गाई अष्ट माल कौशिक संग लाई उन्हें आयो हिंडोल पंच नार संग अठ सुत उठे तान कलोल गायन तार मिला वही ते लंगी देव करी आई बसंती संदूर सुहाई सरस अहिरी लै पार जा संग लाई पंचो आर जा सुरमा नंद पास कर आई चंद्र बिंब मंगलन सुहाई सरस बाणी वाहि मनुदा गावे सरस बसंत गमुदा अष्ट पुत्र मैं कहे सवारी पुण्य आई दीपक की बारी कशेली पट मंजरी टोडी कही अलाप कामदी औ गुजरी संग दीपक के थाप कालंका कुंतली और रामा कमल कुसुम चंपक के नामा गौरव कनरा कल्याणा अष्ट पुत्र दीपक के जाना
ਸਭ ਮਿਲ ਸ੍ਰੀ ਰਾਗ ਵੈ ਗਾਵੈ ਹੈ, ਪੰਚੋ ਸੰਗ ਬਰੰਗਨ ਲਾਵੈ ਹੈ, ਬੈਰਾਰੀ ਕਰਨਾਟੀ ਧਰੀ ਗਬਰੀ ਗਾਵੇ ਆਸਾਵਰੀ। ਇਹ ਪਾਛੈ ਸੰਦਵੀ ਆਲਾਪੀ, ਸ੍ਰੀ ਰਾਗ ਸੋ ਪੰਚੋ ਥਾਪੀ, ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ, ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਖੁੰਭ ਹਮੀਰ। ਕਸ਼ਟਮ ਮੇਘ ਰਾਗ ਵੈ ਗਾਵੈ ਹੈ, ਪੰਚੋ ਸੰਗ ਬਰੰਗਨ ਲਾਵੈ ਹੈ, ਸੋਰਠ ਗੌਂਡ ਮਲਾਰੀ ਧੁਨੀ ਬੁਨ ਗਾਵਹਿ ਆਸਾ ਗੁਣ ਗੁਣੀ। ਉੱਚੈ ਸੁਰ ਸੂਹਵ ਹੁਨ ਕੀਨੀ, ਮੇਘ ਰਾਗ ਸੋ ਪੰਚੋ ਤੀਨੀ, ਬੈਰਾ ਧਰ ਗਜ ਧਰ ਕੇ ਦਾਰਾ, ਜਬਲੀ ਧਰ ਨਟਿਓ ਜਲ ਧਾਰਾ। ਹੁਨ ਗਾਵੈ ਸ਼ੰਕਰ ਓ ਸਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ, ਕਸ਼ਟ ਰਾਗ ਓਨ ਗਾਏ ਸੰਗ ਰਾਗਣੀ ਤੀਸ, ਸਭੈ ਪੁੱਤਰ ਰਾਗਨ ਕੇ ਅਠਾਰਹਿ ਦਸ ਬੀਸ, ਕਸ਼ਟ ਰਾਗ ਓਨ ਗਾਏ ਸੰਗ ਰਾਗਣੀ ਤੀਸ, ਸਭੈ ਪੁੱਤਰ ਰਾਗਨ ਕੇ ਅਠਾਰਹਿ ਦਸ ਬੀਸ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰਗ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਅਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਮੰਨਾ ਮੁਰੀਆ ਭਾਰ, ਸਹਿ ਸਿਆਣਪਾ ਲਗ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਦੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਮਨ ਆਕਾਰ ਗੁਰੂ ਨਾ ਕਹਿਆ ਜਾਈ, ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਰਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹੁਕਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਦੂਰ, ਕਥਨਾ ਗਦੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਏ ਖਾਹੇ, ਹੁਕਮੀ ਹੁਕਮ ਜਲਾਏ ਰਾਹੋ, ਨਾਨਕ ਵਿਖਸੈ ਵਿ ਪ੍ਰਵਾਹੋ, ਸਾਚਾ ਸਾਹਿਬ ਸਚ ਨਾਏ, ਭਖਿਆ ਭਉ ਪਾਰ, ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਤਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ,
ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਸੁਖ ਘਰ ਲੈ ਜਾਏ, ਗੁਰਮੁਖ ਨਾਦੁ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਮ ਜਾਣੈ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸੁਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰਣਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਲਾਏ ਕਰੇ, ਜੇ ਤੀਸਰ ਠੋ ਪਾਈ ਵੇਖਾ, ਬਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸੁਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰਣਾ ਜਾਈ, ਜੇ ਜੁਗ ਤਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚਲੈ ਸਭ ਖੋਏ, ਚੰਗਾ ਨਾਮ ਰਖਾਏ ਕੈ, ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨ ਪੁੱਛੈ ਕੇ, ਕੀਤਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤਿਆ ਕੋਈ ਨ ਸੁਜਈ, ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਬਲਾ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਕੋਈ ਨ ਸਕੈ ਕਾਲ, ਨਾਨਕ ਭਗਤਾਂ ਸਰਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਵਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਰਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਰਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵਹਿ ਰਾਹੋ, ਸੁਣਿਆ ਹੱਥ ਵੈ ਸੁਗਾਹੋ, ਨਾਨਕ ਭਗਤਾਂ ਸਰਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਸੋ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੁਨਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹ ਹੈ ਦਰ ਰਾਜਾਨ,
ਸੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਨ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਫਸਾਓ ਇੱਕੋ ਖਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਦੂਸਰਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ ਪਖਸਾਰ, ਅਸੰਖ ਮੋਨ ਲਿਬਲਾਇ ਤਾਰ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਰ ਭਾਵੈ ਸਾਈ ਭਲੀ ਕਾਰ, ਤੂੰ ਸਰਾ ਸਲਾਮਤ ਨਿਰੰਕਾਰ, ਅਸੰਖ ਮੂਰ ਕੰਧ ਘੋਰ, ਸੰਖ ਚੋਰ ਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਗੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਪੱਖ ਕਾਹੇ, ਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਰ ਭਾਵੈ ਸਾਈ ਭਲੀ ਕਾਰ, ਤੂੰ ਸਰਾ ਸਲਾਮਤ ਨਿਰੰਕਾਰ, ਅਸੰਖ ਨਾਭ ਸੰਖ ਥਾਭ, ਗਮ ਅਗਮ ਸੰਖ ਲੋ, ਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਦਿੱਤਾ ਕੀਤਾ ਦਿੱਤਾ ਨਾਵੋ, ਵਿਣਦਾ ਵੈ ਨਾਹੀ ਕੋਥਾਵੋ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਰ ਭਾਵੈ ਸਾਈ ਭਲੀ ਕਾਰ, ਤੂੰ ਸਰਾ ਸਲਾਮਤ ਨਿਰੰਕਾਰ, ਹਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਪੌਣ ਲਈਆ ਉਹ ਧੋਏ, ਭਰੀਐ ਮਨ ਪਾਪਾਂ ਕੈ ਸੰਗ, ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਪਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਦੇਖੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਵੋ, ਅੰਤਰਗਤ ਤੀਰਥ ਮਲ ਨਾਵੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਵੋ, ਸਤ ਸੁਹਾਣ ਸਰਾ ਮਨ ਚਾਵੋ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੋ ਕਵਣ, ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡ ਤੇਜ, ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ,
ਥਿਤ ਵਾਰਨਾ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਰ ਲੱਖ ਆਗਾਸ ਆਗਾਸ ਓੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਰ ਸਹਿ ਸੁਠਾਰੇ ਕਹਿਣਕ ਦੇਵਾ ਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸਿੱਧੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਮਤੀ ਕਹਿਣ ਦਾ ਅੰਤ ਨਾ ਕਰਨੈ ਦੇਣ ਦਾ ਅੰਤ ਨਾ ਵੇਖਣ ਸੁਣਨ ਦਾ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਹੇਵੜੇ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗੈ ਜੋ ਦੇ ਉਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਕੱਪ ਟੁੱਟੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਏ ਕੀਤਿਆ ਦੁਖ ਭੁਖ ਸਦ ਮਾਰ ਇਹ ਭੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜਿਤਿਆ ਮੋਇ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵੈ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰੇ ਮੁਖਿਆਣ ਅੱਖ ਹੈ ਬ੍ਰਹਮੇ ਅੱਖ ਹੈ ਇੰਦ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸ਼ਵਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਪਰੇ ਤਾਂ ਆਖ ਨਾ ਸਕ
ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕਿਤੇ ਬਾਮਣ ਹਾਰੇ, ਕਿਤੇ ਰਾਗ ਪਰੀ ਸੋ ਕਹੀਅਨ, ਕਿਤੇ ਗਾਵਣ ਹਾਰੇ। ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਨ ਸਰਾ ਸਵਾਰੇ। ਗਾਵਹਿ ਇੰਦ ਦਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੇ ਸਦੇ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਮ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਦਤਨੋ ਪਾਏ ਤੇਰੇ, ਅੱਠ ਸੜ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇ ਤੁਧ ਨੂੰ ਗਾਵੇ ਹੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸੱਚਾ ਸਾਚੀ ਨਾਈ ਹੈ ਭੀ ਹੋਸੀ, ਜਾਇ ਨਾ ਜਾਸੀ ਰਚਨਾ ਜਿੰਦਰ ਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨੂੰ ਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਡਾ ਸੰਤੋਖ ਸ਼ਰਮ ਪਰ ਝੋਲੀ, ਧਿਆਨ ਕੀ ਕਰੈ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਸੈ ਆਦੇਸ਼, ਆਦੁ ਨੀਲੋ ਨਾਦੁ ਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਜਹਿ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧਵਰਾ ਸਾਜ। ਸੰਜੋਗ ਵਿਜੋਗ ਦੁਇਕਾਰ ਚਲਾਵੈ ਹੈ, ਲਿਖੇ ਆਵੈ ਭਾਗ। ਆਦੇਸ਼ ਤਸੈ ਆਦੇਸ਼, ਆਦੁ ਨੀਲ ਨਾਦੁ ਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਮਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਣ। ਜਿਵ ਤਿਸ ਭਾਵੈ ਤਵੈ ਚਲਾਵੈ, ਜਿਵ ਹੋਵੈ ਪ੍ਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਆਦੇਸ਼ ਤਸੈ ਆਦੇਸ਼, ਆਦੁ ਨੀਲ ਨਾਦੁ ਨਾਹਤ, ਜੁਗ ਜੁਗ ਏਕੋ ਵੇਸ।
ਆਸਣ ਦੁਏ ਦੁਏ ਭੰਡਾਰ ਜੋਗ ਸੁਭਾ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦੁ ਨੀਦੁ ਨਾਦੁ ਨਾਹਤ ਜੁਗ ਜੁਗੇ ਕੋ ਵੇਸ ਇੱਕ ਦੋ ਜੀਵੋ ਲਖ ਹੋਹੇ ਲਖ ਹੋਵੈ ਲਖ ਵੇਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਏ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਦੇਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਨ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਚਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਥ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪ੍ਰਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜ ਘੜੀਐ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਦਾ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ
ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵਿਖੈ ਨਦਰ ਨਿਹਾਰ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਦ ਬਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਖਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਖਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤੂੰ ਠਾਕੁਰ ਤੁਮ ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਸਦਾ ਤੁਧਿਆ ਗੈ ਅਰਦਾਸ ਹਮਾਰੀ। ਜੀਓ ਪਿੰਡ ਸਭ
ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਕੂ ਲਾਗੈ ਜਾ ਕੀ ਪ੍ਰਭ ਅੱਗੇ ਅਰਦਾਸ। ਏਕੂ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਗਿਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਐਸੀ ਮਹਾਨ ਕਰਨੀ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬਹਾਦਰਾਂ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ 'ਤੇ ਸਤਿਗੁਰੂ ਜੀਓ
ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਉਪਰੰਤ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਉਪਰੰਤ ਮਹਾਂਪੁਰਸ਼ਾਂ ਦੀ ਯਾਦ ਅੰਦਰ ਪਰਸੋਂ ਦੇ ਰੋਜ਼ ਤੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੇ ਜੋ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਜਥੇ ਸੰਗਤ ਵੱਲੋਂ ਰਲ ਕੇ ਪ੍ਰਾਰੰਭ ਕੀਤਾ ਗਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਗੁਰਬਾਣੀ ਦੇ ਆਦਿ ਤੋਂ ਮੱਧ ਮੱਤ ਸੰਪੂਰਨ ਸਮੇਤ ਸ੍ਰੀ ਜਪਜੀ ਸਾਹਿਬ ਜੀ ਭੋਗ ਪਏ ਹਨ। ਸਤਿਗੁਰੂ ਮਹਾਰਾਜ ਜੀ ਪਾਠੀ ਸਿੰਘਾਂ ਕੋਲੋਂ, ਜਾਪੀ ਸਿੰਘਾਂ ਕੋਲੋਂ ਗੁਰਬਾਣੀ ਪੜ੍ਹਦਿਆਂ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੌਰਾਨ ਗੁਰਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਸਮੇਂ ਦੌਰਾਨ ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਹੋਈਆਂ ਸਮੂਹ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਉਹ ਪਾਠੀ ਸਿੰਘਾਂ ਨੂੰ, ਜਾਪੀ ਸਿੰਘਾਂ ਨੂੰ ਗੁਰਬਾਣੀ ਪੜ੍ਹਨ ਦੀ, ਸੇਵਾਦਾਰਾਂ ਸਿੰਘਾਂ ਨੂੰ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਦਰ 'ਤੇ ਆਈ ਹੋਈ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਤਿਲ ਫੁਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਭਾਵੋ ਭਗਤੀ ਸ਼ੁਭ ਗੁਣਾ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਤਿਗੁਰੂ ਜੀ ਕਿਰਪਾ ਕਰਨੀ, ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਦਾਤ ਬਖਸ਼ਿਸ਼ ਕਰਨੀ, ਜਿਨ੍ਹਾਂ ਸਿੱਖ ਸੰਗਤਾਂ ਵੱਲੋਂ ਸਤਿਗੁਰੂ ਮਹਾਰਾਜ ਜੀ ਮਹਾਂਪੁਰਸ਼ਾਂ ਦੀ ਯਾਦ ਅੰਦਰ ਤਨ ਮਨ ਧਨ ਦੁਆਰਾ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ, ਗੁਰਮੁਖ ਸੰਗਤ ਦੀ ਹਾਜ਼ਰੀ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤ ਦੀਆਂ ਮਨ ਦੀਆਂ ਇੱਛਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਦਮਦਮੀ ਟਕਸਾਲ ਜਥੇਬੰਦੀ ਵੱਲੋਂ ਸਤਿਗੁਰੂ ਮਹਾਰਾਜ ਜੀ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ। ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਨੀ, ਦਮਦਮੀ ਟਕਸਾਲ ਦੇ ਜਥੇਬੰਦੀ ਦੇ ਸਤਿਗੁਰੂ ਮਹਾਰਾਜ ਜੀਓ ਲੋਕ ਪ੍ਰਲੋਕ ਅੰਦਰ ਪਰਦੇ ਕੱਜਣੇ ਜਥੇਬੰਦੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ, ਮਹਾਂਪੁਰਸ਼ਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਵੱਧ ਤੋਂ ਵੱਧ ਸਤਿਗੁਰੂ ਮਹਾਰਾਜ ਜੀਓ ਦੇਸ਼ ਪ੍ਰਦੇਸ਼ ਅੰਦਰ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਇਸ ਵਕਤ ਸਤਿਗੁਰੂ ਜੀ ਸ੍ਰੀ ਅਖੰਡ ਪਾਠਾਂ ਸਾਹਿਬਾਂ ਦੇ ਭੋਗਾਂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ। ਕੜਾਹ ਪ੍ਰਸ਼ਾਦ ਦੀ ਦੇਗ ਸਜਾਉਂਦਿਆਂ ਹਜ਼ੂਰ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਕਰੋ ਕਿਰਪਾ ਸਤਿਗੁਰੂ ਜੀ ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਓ ਭੋਗ ਹਰ ਰਾਏ, ਲੱਗਾ ਹੋਇਆ ਭੋਗ ਸੰਗਤ ਵਿੱਚ ਵਰਤੇ। ਸਤਿਗੁਰੂ ਮਹਾਰਾਜ ਜੀ ਅੱਜ ਦੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਵਿੱਚ ਜਿਨ੍ਹਾਂ ਗੁਰਮੁਖ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਹਨ, ਕੀਤੀਆਂ ਹੋਈਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸੇਵਕਾਂ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰੋ ਦਰ 'ਤੇ ਆਈ ਹੋਈ ਸਮੂਹ ਸੰਗਤ ਨੂੰ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਉਪਰੰਤ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।
ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵੰਦੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਿਆ। ਜਨਮ ਮਰਨ ਦੋਹ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ, ਸੁਖ ਹੋਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ, ਰਹਾਉ ਕੋਟ ਪਰਾਗ ਹਮਾਰੇ ਖੰਡੋ,
ਮਨੁਖ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੇ ਸਰਣ ਤੁਮਾਰੀ ਅਸ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ ਤੁਮਰੇ ਸਰਣ ਤੁਮਾਰੀ ਅਸ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨ੍ਹਾਂ ਕੇ ਕਾਮਾ ਮੇਰੇ ਰਾਮ ਹਰ ਜਨ ਕਹਿਓ ਬਲ ਜਾਈ ਕੇਸਾ ਕਾ ਕਰ ਚਬਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮਹਿ ਨਾਹੀ ਜਨਮ ਪਰ ਉਪਕਾਰੀ ਆਏ ਜੀਅ ਦਾਨ ਦੇ ਭਗਤੀ ਲਾਈ ਹਰ ਸਿਉਂ ਲੈਨ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ, ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ, ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹਰ ਸਾਲ ਦੀ ਤਰ੍ਹਾਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਸਿਪਾਹੀ ਸੱਚਖੰਡ ਵਾਸੀ ਮਹਾਨ ਪਰਉਪਕਾਰੀ ਮਹਾਨ ਘਾਲਣਾ ਘਾਲਣ ਵਾਲੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਮਹਾਂਪੁਰਖਾਂ ਦੀ ਸਾਲਾਨਾ ਯਾਦ ਵਿੱਚ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਉੱਤੇ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ। ਸਤ ਸੰਗਤ ਜੀ, ਪਰਸੋਂ ਰੋਜ਼ ਤੋਂ ਲੈ ਕੇ ਮਹਾਂਪੁਰਖਾਂ ਦੀ ਪਵਿੱਤਰ ਯਾਦ ਵਿੱਚ ਸਤਿਗੁਰਾਂ ਦੀ ਤੁਰਕੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਪਾਏ ਗਏ ਹੈ। ਅੰਮ੍ਰਿਤ ਵੇਲੇ ਪੰਜ ਬਾਣੀਆਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਵਨ ਬਾਣੀ ਦਾ ਨਿਤਨੇਮ, ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਦੇ ਸਿੰਘਾਂ ਦੀ ਰਚਨਾ ਤੋਂ ਆਪ ਜੀ ਨੇ ਗੁਰਬਾਣੀ ਦਾ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਬਹੁਤ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਸਤ ਸੰਗਤ ਜੀ, ਜਿਹੜੇ ਮਹਾਂਪੁਰਖ ਹੁੰਦੇ ਹੈ ਇਹਨਾਂ ਦੇ ਪਰਉਪਕਾਰਾਂ ਬਾਬਤ ਕੁਝ ਪ੍ਰਮਾਣ ਦਿੱਤੇ ਜਾ ਸਕਦੇ ਹੈ। ਪ੍ਰਮਾਣ ਦੇਣ ਦਾ ਮਤਲਬ ਹੋਇਆ ਕਰਦਾ ਕਿ ਸੌਖਾ ਕਿਸੇ ਉਹਨਾਂ ਦੀ ਡੂੰਘੀ ਵਿਚਾਰ, ਮਹਾਨ ਕਰਨੀਆਂ, ਮਹਾਨ ਪਰਉਪਕਾਰ ਸਾਨੂੰ ਸੌਖੇ ਸਮਝ ਵਿੱਚ ਆ ਸਕਣ। ਵੈਸੇ ਉਹਨਾਂ ਦੀ ਜਿਹੜੀ ਮਹਾਨ ਪਵਿੱਤਰ ਆਤਮਾ ਹੁੰਦੀ ਹੈ, ਸ਼ਖਸੀਅਤ ਹੁੰਦੀ ਹੈ, ਜਾਂ ਉਹਨਾਂ ਦੀ ਕਰਨੀ ਹੁੰਦੀ ਹੈ, ਉਹ ਪ੍ਰਮਾਣਾਂ ਦੇ ਮੁਥਾਜ ਨਹੀਂ ਹੋਇਆ ਕਰਦੀ। ਸਤ ਸੰਗਤ ਜੀ, ਜੋ ਮਹਾਂਪੁਰਖ ਹੁੰਦਾ ਹੈ ਉਹ ਸੰਸਾਰ ਦੇ ਉੱਤੇ ਆ ਕਰਕੇ ਪਰਮੇਸ਼ਰ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਮਹਾਨ ਸੇਵਾਵਾਂ ਨੂੰ ਮਨੁੱਖੀ ਜਾਮਾ ਲੈ ਕਰਕੇ ਕਰਦਾ ਹੈ। ਔਰ ਉਹਦੇ ਪਰਉਪਕਾਰ ਕੈਸੇ ਹੁੰਦੇ ਹੈ? ਜਿਵੇਂ ਨਦੀ ਹੈ, ਉਹ ਦੁਨੀਆਂ ਦੀ ਪਿਆਸ ਬੁਝਾ ਦਿੰਦੀ ਹੈ, ਔਰ ਬਿਰਛਾਂ ਨੂੰ, ਬਨਸਪਤੀ ਨੂੰ ਪਾਣੀ ਦੇ ਕੇ ਹਰਿਆਵਲਤਾ ਦੇ ਦਿੰਦੀ ਹੈ, ਪਰ ਆਪ ਉਸ ਪਾਣੀ ਦੇ ਇਤਨੇ ਵੱਡੇ ਜੋ ਉਹਦੇ ਵਿੱਚ ਪਰਉਪਕਾਰ ਦੇ ਗੁਣ ਹੁੰਦੇ ਹੈ, ਉਹਨਾਂ ਮਹਾਨ ਗੁਣਾਂ ਦਾ ਨਿੱਜੀ ਤੌਰ ਉੱਤੇ ਉਹ ਕਦੇ ਵੀ ਕੋਈ ਵਰਤੋਂ ਨਹੀਂ ਕਰਦੀ। ਪਾਪ ਦਾ ਤਿਆਗ ਦਾ ਜੀਵਨ ਹੈ ਕਿ ਉਹ ਦੂਜਿਆਂ ਲਈ, ਦੂਜਿਆਂ ਦੇ ਭਲੇ ਲਈ, ਦੂਜਿਆਂ ਦੇ ਪਰਉਪਕਾਰ ਵਾਸਤੇ ਤਾਂ ਕੰਮ ਆਉਂਦੀ ਹੈ, ਪਰ ਆਪਣਾ ਨਿੱਜੀ ਜੀਵਨ ਦੇ ਵਿੱਚ ਉਹ ਕੁਝ ਵੀ ਗ੍ਰਹਿਣ ਨਹੀਂ ਕਰਦੀ। ਇੰਨਾ ਵੱਡਾ ਉਸ ਦਾ ਤਿਆਗ ਹੈ।
ਇਸੇ ਤਰ੍ਹਾਂ ਬਿਰਛ ਹੈ, ਬਿਰਛ ਦੀ ਛਾਂ ਸਾਰਿਆਂ ਨੂੰ ਸੁੱਖ ਦਿੰਦੀ ਹੈ। ਬਿਰਛ ਫੁੱਲ ਵੀ ਦਿੰਦਾ, ਫਲ ਵੀ ਦਿੰਦਾ ਹੈ, ਪਰ ਆਪਣੇ ਲਈ ਕੁਝ ਵੀ ਨਹੀਂ ਕਰਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਜਿੰਨੀ ਵੀ ਪ੍ਰਕਿਰਤੀ ਕਹਿ ਲਓ, ਹਵਾ ਚੱਲ ਰਹੀ ਹੈ, ਸਾਨੂੰ ਪਾਉਣ ਦੀ ਸ਼ਕਤੀ, ਜਿਹੜੇ ਸਵਾਸਾਂ ਦੀ ਸ਼ਕਤੀ ਹੈ, ਉਹ ਸਾਡਾ ਸੰਚਾਰ ਕਰਦੀ ਹੈ, ਪਰ ਆਪਣੇ ਲਈ ਕੁਝ ਵੀ ਨਹੀਂ ਕਰਦੀ। ਇਸੇ ਤਰ੍ਹਾਂ ਸੂਰਜ ਹੈ, ਦੁਨੀਆਂ ਨੂੰ ਪ੍ਰਕਾਸ਼ ਦਿੰਦਾ ਹੈ, ਔਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਕੰਮ ਸਵਾਰਦੀ ਹੈ ਉਹਦੀ ਰੋਸ਼ਨੀ। ਚੰਦਰਮਾ ਵੀ ਹੈ, ਸ਼ੀਤਲਤਾ ਪ੍ਰਦਾਨ ਕਰਦਾ, ਬਿਰਛਾਂ ਵਿੱਚ ਬਨਸਪਤੀ ਦੇ ਵਿੱਚ ਰਸ ਪੈਦਾ ਕਰ ਦਿੰਦਾ ਹੈ, ਪਰ ਆਪਣਾ ਨਿੱਜ ਦਾ ਉਹਦੇ ਜੀਵਨ ਨਾਲ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਮਹਾਂਪੁਰਖ ਵੀ ਦੁਨੀਆਂ 'ਤੇ ਪਰਉਪਕਾਰ ਕਰਨ ਆਇਆ ਕਰਦੇ ਹੈ, ਜੀਵਾਂ ਦਾ ਭਲਾ ਕਰਨ ਵਾਸਤੇ ਆਇਆ ਕਰਦੇ ਹੈ। ਜਿਹੜਾ ਉਹਨਾਂ ਨੂੰ ਜਾਮਾ ਮਨੁੱਖਾ ਸਰੀਰ ਮਿਲਦਾ ਹੈ ਨਾ, ਉਹ ਮਨੁੱਖਾ ਜੀਵਨ ਉਹਨਾਂ ਦਾ ਪਰਉਪਕਾਰ ਦੀ ਖਾਤਰ ਹੁੰਦਾ। ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਹੇ ਵਾਹਿਗੁਰੂ, ਤੇਰੇ ਜਿਹੜੇ ਜਨ ਪਿਆਰੇ ਹੈ ਨਾ, ਉਹ ਜੀਵਾਂ ਨੂੰ ਤੇਰੀ ਭਗਤੀ ਦ੍ਰਿੜ ਕਰਾਉਣ ਵਾਸਤੇ, ਤੇਰੇ ਨਾਲ ਜੋੜਨ ਵਾਸਤੇ, ਦੁਨੀਆਂ ਨੂੰ ਸੁੱਖ ਦੇਣ ਵਾਸਤੇ, ਦੁਨੀਆਂ ਦੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ, ਜਾਂ ਦੁਖੀ ਲੁਕਾਈ ਨੂੰ, ਜਿਹੜੀ ਲੁਕਾਈ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਫਸੀ ਹੋਈ ਹੈ, ਉਹਨਾਂ ਨੂੰ ਦੁੱਖਾਂ ਤੋਂ ਨਜਾਤ ਦਵਾਉਣ ਵਾਸਤੇ, ਦੁੱਖਾਂ 'ਚੋਂ ਬੰਦ ਖਲਾਸੀ ਕਰਾਉਣ ਵਾਸਤੇ, ਹੇ ਵਾਹਿਗੁਰੂ, ਤੇਰੇ ਪਿਆਰੇ ਮਾਤ ਲੋਕ 'ਤੇ ਜਨਮ ਮਨੁੱਖਾ ਜੀਵਨ ਲੈ ਕੇ ਆਉਂਦੇ ਹੈ, ਪਰ ਕਰਦੇ ਸਾਰੀ ਜ਼ਿੰਦਗੀ ਪਰਉਪਕਾਰ ਹਨ, ਭਲਾ ਕਰਦੇ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵੀ ਮਹਾਨ ਪਰਉਪਕਾਰੀ ਜੀਵਨ ਸੀ, ਔਰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਵੱਡੀ ਮੁਸ਼ਕਤ ਘਾਲੀ ਹੈ, ਬਹੁਤ ਵੱਡੀ ਸੇਵਾ ਕੀਤੀ ਹੈ, ਔਰ ਰਾਤ ਦਿਨ ਦਾ ਉਹਨਾਂ ਦਾ ਜੀਵਨ ਪੰਥ ਲਈ ਬੜਾ ਸੰਘਰਸ਼ ਭਰਿਆ ਜੀਵਨ ਰਿਹਾ ਹੈ। ਜਦੋਂ ਉਹ ਮਹਾਂਪੁਰਖ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਥੇ ਵਿੱਚ ਆਏ, ਔਰ ਮਹਾਂਪੁਰਖਾਂ ਦੇ ਜਥੇ ਵਿੱਚ ਰਹਿ ਕੇ ਉਹਨਾਂ, ਤੈਨੂੰ ਸੁਣਿਆ ਨੀ ਇੱਕ ਵਾਰੀ, ਤੈਨੂੰ ਦੋ ਵਾਰੀ ਸਿੰਘ ਕਹਿ ਗਏ ਆ, ਸੰਗਤ ਨੂੰ ਮੱਥਾ ਟੇਕਣ ਦਿਓ। ਸੋ ਸਾਧ ਸੰਗਤ ਜੀ, ਜਦੋਂ ਤੋਂ ਜਥੇ ਵਿੱਚ ਆਏ, ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਔਰ ਘਾਲਣਾ ਕੀਤੀਆਂ। ਇਹ ਉਹਨਾਂ ਦੇ ਪਾਵਨ ਮੁਖਾਰ ਬਿੰਦ ਦੇ ਬਚਨ ਹੈ ਕਿ ਜਦੋਂ ਉਹ ਮਹਾਂਪੁਰਖਾਂ ਦੇ ਗੜਬਾਈ ਰਹਿ ਕੇ ਸੇਵਾ ਕਰਦੇ ਸਨ, ਤਾਂ ਮਹਾਂਪੁਰਖਾਂ ਦੇ ਪਲੰਘ ਦੇ ਕੋਲ ਹੀ ਰਾਤ ਨੂੰ 2 ਘੰਟੇ 2.5 ਘੰਟੇ 3 ਘੰਟੇ ਬਰਾਜ ਲੈਣਾ ਤੇ ਰਾਤ ਦਿਨ ਸੇਵਾ ਵਿੱਚ ਲੱਗੇ ਰਹਿਣਾ। ਉਹ ਸੇਵਾ ਵਿੱਚ
ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਵੀ ਨਾਲ ਹੋਇਆ ਕਰਦੇ ਸਨ ਔਰ ਕਈ ਵਾਰੀ ਵੱਡੇ ਸੰਤਾਂ ਨੇ ਕਹਿਣਾ ਭਾਈ ਕਰਤਾਰ ਸਿੰਘਾ ਤੂੰ ਬਹੁਤ ਜ਼ਿਆਦਾ ਥੱਕ ਜਾਂਦਾ ਹੋਵੇਂਗਾ ਸੇਵਾ ਕਰਦਿਆਂ, ਤੈਨੂੰ ਆਰਾਮ ਦੀ ਵੀ ਬੜੀ ਜ਼ਰੂਰਤ ਹੈ, ਪਰ ਜਦੋਂ ਸਾਡੀ ਜਵਾਨੀ ਦਾ ਸਮਾਂ ਸੀ ਅਸੀਂ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਾਸ ਸੇਵਾ ਕਰਦੇ ਸਾਂ, ਅਸੀਂ ਕਦੇ ਨਾ ਰੱਜ ਕੇ ਸੌਂ ਕੇ ਵੇਖਿਆ ਸੀ, ਨਾ ਰੱਜ ਕੇ ਖਾ ਪੀ ਕੇ ਕੋਈ ਲੰਗਰ ਜਲ ਪਾਣੀ ਪਦਾਰਥ ਕਦੇ ਰੱਜ ਕੇ ਛਕਿਆ ਸੀ। ਉਸ ਵਕਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ। ਕਿੰਨੀ ਨਿਮਰਤਾ ਸੀ ਕਿ ਆਪਣੇ ਚਰਨਾਂ ਦੀ ਸੇਵਾ, ਆਪਣੇ ਦਰ ਦੀ ਸੇਵਾ ਜਾਂ ਸੰਗਤ ਦੀ ਸੇਵਾ ਤੁਸੀਂ ਆਪ ਹੀ ਕਿਰਪਾ ਕਰਕੇ ਮੇਰੇ ਕੋਲੋਂ ਲੈ ਲਓ। ਔਰ ਸਾਧ ਸੰਗਤ ਜੀ ਪੁਰਾਣੇ ਸਿੰਘ ਵੀ ਜਾਣਦੇ ਹੈ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਕਦੇ ਰੱਜ ਕੇ ਸੌਂ ਕੇ ਨਹੀਂ ਵੇਖਿਆ, ਕਦੇ ਰੱਜ ਕੇ ਕੋਈ ਪਦਾਰਥਾਂ ਦੀ ਵਰਤੋਂ ਨਹੀਂ ਉਹਨਾਂ ਨੇ ਕੀਤੀ, ਬਲਕਿ ਉਹ ਤਾਂ ਜਥੇ ਦੇ ਸਿੰਘਾਂ ਨੂੰ ਕਈ ਵਾਰੀ ਇਕੱਠੇ ਕਰਕੇ ਬਚਨ ਵੀ ਕਿਹਾ ਕਰਦੇ ਸਨ। ਉਹਨਾਂ ਦੇ ਜੀਵਨ ਵਿੱਚ ਲਿਖੇ ਵੀ ਹੋਏ ਹੈ ਕਿ ਸਿੰਘੋ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਨਾ ਆਪਾਂ ਨੂੰ, ਇਹ ਵਾਹਿਗੁਰੂ ਦੀ ਪਰਮੇਸ਼ਰ ਦੀ ਸਤਿਗੁਰਾਂ ਦੀ ਬੜੀ ਸਾਡੇ 'ਤੇ ਦਿਆਲਤਾ ਹੋਈ ਹੈ, ਕਿਰਪਾ ਹੋਈ ਹੈ, ਨਦਰ ਹੋਈ ਹੈ, ਤਾਂ ਕਿਤੇ ਮਨੁੱਖਾ ਜਨਮ ਇਸ ਮਾਤ ਲੋਕ ਵਿੱਚ ਮਿਲਦਾ। ਮਨੁੱਖਾ ਜਨਮ ਐਵੇਂ ਨਹੀਂ ਮਿਲਦਾ ਸੰਗਤ ਜੀ, ਇਸ ਦੀ ਬਹੁਤ ਵੱਡੀ ਮਹਾਨਤਾ ਹੈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਦੇਵਤਿਆਂ ਵਿੱਚ ਅਪਾਰ ਸ਼ਕਤੀਆਂ ਹਨ, ਦੇਵਤੇ ਇੰਨੀਆਂ ਸ਼ਕਤੀਆਂ ਦੇ ਮਾਲਕ ਮੰਨੇ ਹੈ ਕਿ ਮਨੁੱਖ ਦਾ ਹਰ ਪੂਰਨਾ ਪੂਰਾ ਕਰਨ ਦੀ ਸਮਰੱਥਾ ਰੱਖਦੇ ਹੈ। ਪਰ ਜਿਹੜੀ ਇਹ ਦਿੱਬ ਮਨੁੱਖਾ ਦੇ ਹੀ ਹੈ ਨਾ, ਇਹ ਦਾਤ ਉਹਨਾਂ ਨੂੰ ਵੀ ਨਹੀਂ ਮਿਲਦੀ। ਉਹ ਵੀ ਤਰਸਦੇ ਹੈ ਕਿ ਇਹ ਵਾਹਿਗੁਰੂ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਇੱਕ ਵਾਰੀ ਕਿਤੇ ਮਨੁੱਖਾ ਜੀਵਨ ਦੇ ਦਿਓ, ਮਾਤ ਲੋਕ ਤੇ ਜਾ ਕੇ ਸਤ ਸੰਗਤ ਕਰਕੇ ਪੂਰੇ ਗੁਰੂ ਦੀ ਸ਼ਰਨ ਲੈ ਕੇ ਭਜਨ ਬੰਦਗੀ ਸੇਵਾ ਕਰਕੇ ਇਸ ਮਨੁੱਖਾ ਜਾਮੇ ਨੂੰ ਅਸੀਂ ਸਫਲ ਕਰ ਲਈਏ। ਸਾਡਾ ਆਵਣ ਜਾਵਣ ਦਾ ਚੱਕਰ ਮੁੱਕ ਜਾਏ, ਅਸੀਂ ਮੁਕਤੀ ਨੂੰ ਪ੍ਰਾਪਤ ਕਰ ਲਈਏ। ਲੇਕਿਨ ਉਹ ਮਨੁੱਖਾ ਦੇਹੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ। ਮਹਾਂਪੁਰਖ ਕਿਹਾ ਕਰਦੇ ਕਿ ਐਸੀ ਅਮੋਲਕ ਮਨੁੱਖਾ ਦੇਹ ਸਾਨੂੰ ਮਿਲੀ ਹੈ। ਫਿਰ ਕਿਹਾ ਕਰਦੇ ਕਿ ਜਿੰਨੇ ਵੀ ਦੁਨੀਆਂ ਦੇ ਦੇਸ਼ ਦੇ ਸੰਤ ਹੈ ਉਹਨਾਂ ਸਾਰਿਆਂ ਵਿੱਚੋਂ ਜਿਹੜਾ ਭਾਰਤ ਖੰਡ ਹੈ ਜਿਸ ਨੂੰ ਹਿੰਦੁਸਤਾਨ ਕਿਹਾ ਜਾਂਦਾ ਹੈ, ਇਹ ਧਰਤੀ ਹਜ਼ਾਰਾਂ ਸਾਲਾਂ ਤੋਂ ਪਵਿੱਤਰ ਹੈ। ਇੱਥੇ ਵੱਡੇ ਵੱਡੇ ਤਪੀਆਂ ਨੇ ਤਪ ਕੀਤਾ, ਜਪੀਆਂ ਨੇ ਜਪ ਕੀਤਾ, ਦਾਨੀਆਂ ਨੇ ਦਾਨ ਕੀਤਾ।
ਔਰ ਫਿਰ ਕਹਿੰਦੇ ਸਨ ਇਸ ਭਾਰਤ ਖੰਡ ਵਿੱਚੋਂ ਵੀ ਸਭ ਤੋਂ ਪਵਿੱਤਰ ਧਰਤੀ ਜਿਹੜੀ ਮਹਾਨ ਧਰਤੀ ਆ ਉਹ ਇਹ ਧਰਤੀ ਹੈ ਪੰਜਾਬ ਜਿਸ ਨੂੰ ਕਿਹਾ ਜਾਂਦਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਔਰ ਜਿਸ ਧਰਤੀ ਤੇ 10 ਗੁਰੂ ਸਾਹਿਬਾਨਾਂ ਨੇ ਅਵਤਾਰ ਧਾਰੇ ਹੈ ਜਿਸ ਧਰਤੀ ਤੇ ਵੱਡੇ ਵੱਡੇ ਸ਼ਹੀਦਾਂ ਦੇ ਜਨਮ ਹੋਏ ਹੈ ਜਿਸ ਧਰਤੀ ਤੇ ਸਾਹਿਬਜ਼ਾਦਿਆਂ ਨੇ ਆਉਣਾ ਕੀਤਾ ਜਿਸ ਧਰਤੀ ਦੇ ਉੱਤੇ ਵੱਡੀ ਕਰਨੀ ਕਮਾਈ ਵਾਲੇ ਗੁਰਮੁਖ ਮਹਾਂਪੁਰਖ ਗੁਰਸਿੱਖ ਪੈਦਾ ਹੋਏ ਹੈ ਸਾਨੂੰ ਉਸ ਧਰਤੀ ਦੇ ਉੱਤੇ ਜਨਮ ਮਿਲਿਆ ਔਰ ਫਿਰ ਜਨਮ ਵੀ ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਮਿਲਿਆ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਜੀ ਦੇ ਪੰਥ ਵਿੱਚ ਸਾਨੂੰ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਫਿਰ ਸਭ ਤੋਂ ਵੱਡੀ ਬਖਸ਼ਿਸ਼ ਹੋਈ ਹੈ ਕਿ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸਾਜੀ ਹੋਈ ਦਮਦਮੀ ਟਕਸਾਲ ਦੇ ਵਿੱਚ ਰਹਿਣ ਦਾ ਸੁਭਾਗ ਮਿਲਿਆ ਇਹ ਮਹਾਨ ਜਥੇਬੰਦੀ ਸਾਹਿਬਾਂ ਦੀ ਆਪਣੇ ਹਸਤ ਕਮਲਾਂ ਦੁਆਰਾ ਸਾਜੀ ਹੋਈ ਜਥੇਬੰਦੀ ਹੈ ਇਸ ਜਥੇਬੰਦੀ ਦੇ ਵਿੱਚ ਆਪਾਂ ਭਾਗਾਂ ਨਾਲ ਆਏ ਹਾਂ ਭਾਗਾਂ ਵਾਲੇ ਗੁਰਮੁਖਾਂ ਨੂੰ ਇਸ ਜਥੇਬੰਦੀ ਵਿੱਚ ਆ ਕੇ ਗੁਰਬਾਣੀ ਦਾ ਗਿਆਨ ਗੁਰਮਤਿ ਦੀ ਸਿੱਖਿਆ ਬ੍ਰਹਮ ਵਿੱਦਿਆ ਸੇਵਾ ਸਿਮਰਨ ਪਰਉਪਕਾਰ ਕਰਨ ਵਾਸਤੇ ਦਾਤਾਂ ਮਿਲਦੀਆਂ ਹਨ ਅਤੇ ਜੇ ਸਿੰਘੋ ਆਪਾਂ ਸੌਂ ਕੇ ਜਾਂ ਪਦਾਰਥ ਖਾ ਕੇ ਐਵੇਂ ਜੀਵਨ ਗਵਾ ਲਈਏ ਤਾਂ ਸਮਝ ਲਓ ਅਸੀਂ ਇਹਨਾਂ ਮਹਾਨ ਬਖਸ਼ਿਸ਼ਾਂ ਦੀ ਕਦਰ ਔਰ ਕੀਮਤ ਨਹੀਂ ਪਾਈ ਜੀਵਨ ਵਿੱਚ ਇਸ ਕਰਕੇ ਜਿੰਨਾ ਸਮਾਂ ਮਿਲਿਆ ਰੱਜ ਰੱਜ ਕੇ ਸੇਵਾ ਕਰੋ ਪੰਥ ਦੀ ਸੇਵਾ ਕਰੋ ਗੁਰੂ ਘਰਾਂ ਦੀ ਸੇਵਾ ਕਰੋ ਸੰਗਤਾਂ ਦੀ ਸੇਵਾ ਕਰੋ ਪਰਉਪਕਾਰ ਕਰੋ ਇਹ ਮਨੁੱਖਾ ਜੀਵਨ ਬੇਸ਼ਕੀਮਤੀ ਦਾਤ ਇਹ ਵਾਰ ਵਾਰ ਨਹੀਂ ਸਾਨੂੰ ਮਿਲਣੀ ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਨੇ ਜੋ ਬਚਨ ਆਪਣੇ ਜੀਵਨ ਵਿੱਚੋਂ ਕਮਾ ਕੇ ਜੋ ਮੁੱਖ ਤੋਂ ਉਹਨਾਂ ਦੇ ਬਚਨ ਨਿਕਲਦੇ ਸਨ ਪਹਿਲਾਂ ਉਹ ਆਪਣੇ ਕੀਤੇ ਹੋਏ ਬਚਨਾਂ ਨੂੰ ਆਪਣੇ ਆਪ 'ਤੇ ਲਾਗੂ ਕਰਦੇ ਸਨ ਕਿ ਮੇਰੇ ਉੱਤੇ ਬਚਨ ਪੂਰੇ ਢੁੱਕਦੇ ਵੀ ਹੈ ਪੂਰੀ ਕਰਨੀ ਕਮਾਈ ਵਾਲੇ ਬਚਨਾਂ ਨੂੰ ਕਮਾ ਕਮਾ ਕੇ ਫਿਰ ਅੱਗੇ ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਕਿਹਾ ਕਰਦੇ ਸਨ ਐਸੇ ਮਹਾਨ ਮਹਾਂਪੁਰਖ ਜਿਨ੍ਹਾਂ ਦਾ ਜਨਮ ਨਗਰ ਭੂਰੇ ਕੋਹਨਾ ਵਿਖੇ 1932 ਵਿੱਚ ਗੁਰੂ ਘਰ ਦੇ ਔਰ ਪੰਥ ਦੇ ਮਹਾਨ ਸੇਵਕ ਜਥੇਦਾਰ ਬਾਬਾ ਝੰਡਾ ਸਿੰਘ ਜੀ ਔਰ ਮਾਤਾ ਲਾਭ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਇਹ ਪਰਿਵਾਰ ਗੁਰਮਤਿ ਦੇ ਪਰਪੱਕ ਜੋ ਗੁਰਮਤਿ ਦੀ ਰਹਿਣੀ ਬਹਿਣੀ ਆ ਉਸ ਦਾ ਧਾਰਨੀ ਇਹ ਪਰਿਵਾਰ ਸੀ ਬਾਬਾ ਜੀ ਪੰਥ ਦੇ ਬੜੇ ਕੱਟੜ ਸੇਵਕ ਸਨ ਬਾਬਾ ਝੰਡਾ ਸਿੰਘ ਜੀ ਔਰ ਸੰਤਾਂ ਨੂੰ ਬਚਪਨ ਤੋਂ ਹੀ ਉਹਨਾਂ ਨੇ ਗੁਰਮਤਿ ਦੀ ਗੁਰਬਾਣੀ ਦੀ ਗੁਰਸਿੱਖੀ ਦੀ ਸੰਸਕਾਰਾਂ ਦੇ ਰੂਪ ਵਿੱਚ ਗੁੜ੍ਹਤੀ ਦਿੱਤੀ ਜਨਮ ਤੋਂ ਲੈ ਕੇ ਗੁਰਬਾਣੀ ਨਾਲ ਜੋੜਿਆ ਗੁਰੂ ਘਰ ਨਾਲ ਜੋੜਿਆ ਸੰਗਤ ਨਾਲ ਜੋੜਿਆ ਔਰ ਇਸੇ ਨਗਰ ਦੇ ਗੁਰੂ ਘਰ ਦੇ ਗ੍ਰੰਥੀ ਸਨ ਬਾਬਾ ਬੱਗਾ ਸਿੰਘ ਜੀ ਜਿਨ੍ਹਾਂ ਕੋਲੋਂ ਸੰਤਾਂ ਨੇ ਪੰਜ ਬਾਣੀਆਂ ਪੰਜ ਗ੍ਰੰਥੀ ਦੀ ਗੁਰਬਾਣੀ ਦੀ 22 ਵਾਰਾਂ ਭਗਤ ਬਾਣੀ ਦੀ ਸੰਥਿਆ ਕੀਤੀ ਔਰ ਉਹ ਬਿਰਧ ਹੋ ਗਏ ਸਨ
ਬਿਰਧ ਹੋਇਆਂ ਦੀ ਸੇਵਾ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਆਪਣੇ ਹੱਥੀਂ ਕਰਦੇ, ਕੇਵਲ ਸੰਤਿਆਂ ਨਹੀਂ ਉਹਨਾਂ ਤੋਂ ਲੈਂਦੇ, ਉਹਨਾਂ ਦੀ ਸੇਵਾ ਵੀ ਕਰਦੇ ਸਨ। ਕਈ ਵਾਰੀ ਬਾਬਾ ਝੰਡਾ ਸਿੰਘ ਜੀ ਨੂੰ ਨਗਰ ਦੇ ਕੁਝ ਬਜ਼ੁਰਗਾਂ ਨੇ ਕਹਿਣਾ, ਝੰਡਾ ਸਿੰਘ ਤੇਰਾ ਹੀਰੇ ਵਰਗਾ ਪੁੱਤ। ਸਾਧ ਸਿੰਘ ਜੀ ਵਾਕਈ ਜਿਨ੍ਹਾਂ ਨੇ ਦਰਸ਼ਨ ਕੀਤੇ ਹੈ ਨਾ, ਮਹਾਂਪੁਰਖਾਂ ਦਾ ਸਰੂਪ, ਉਹਨਾਂ ਦੇ ਸਰੀਰ ਦੇ ਅੰਗ ਪ੍ਰਤ ਅੰਗ ਹੀਰੇ ਵਾਂਗੂ ਚਮਕਦੇ ਸਨ। ਇੰਨਾ ਸੁੰਦਰ ਰੂਪ ਸੀ ਉਹਨਾਂ ਦਾ, ਇੰਨਾ ਦਮਕਦਾ ਮਸਤਕ ਸੀ, ਨੂਰਾਨੀ ਚਿਹਰਾ ਸੀ ਨਾ, ਉਹਨਾਂ ਦਾ ਚਿਹਰੇ ਦੇ ਤੇਜ ਵੱਲ ਹਰ ਮਨੁੱਖ ਵੇਖ ਨਹੀਂ ਸਕਦਾ ਸੀ। ਬਹੁਤ ਹੀ ਸੁੰਦਰ ਸਰੂਪ ਸੀ ਉਹਨਾਂ ਮਹਾਂਪੁਰਖਾਂ ਦਾ, ਔਰ ਆਵਾਜ਼ ਉਹਨਾਂ ਦੀ ਇੰਨੀ ਗਰਜਵੀਂ ਜਿਵੇਂ ਅਸਮਾਨ ਗੱਜਦਾ ਹੋਵੇ ਜਦੋਂ ਉਹ ਬੋਲਦੇ ਸਨ। ਅੱਜ ਵੀ ਕੈਸਟਾਂ ਵਿੱਚੋਂ ਸੁਣੋ ਉਹਨਾਂ ਦੇ ਗੁਰਮਤਿ ਪ੍ਰਚਾਰ ਦੇ ਬਚਨ ਜਾਂ ਗੁਰਬਾਣੀ ਗੁਰ ਇਤਿਹਾਸ ਦੀ ਕਥਾ, ਜਿਵੇਂ ਅਸਮਾਨ ਵਿੱਚ ਬੱਦਲ ਗੱਜਦੇ ਹੈ ਇਉਂ ਗੱਜਦੇ ਹੈ, ਜਿਵੇਂ ਘਣ ਦੀ ਸੱਟ ਐਰਣ ਦੇ ਉੱਤੇ ਪੈਂਦੀ ਹੈ ਨਾ, ਐ ਸਰੋਤਿਆਂ ਦੇ ਹਿਰਦੇ ਵਿੱਚ ਉਹਨਾਂ ਦੇ ਬਚਨਾਂ ਦਾ ਸਾਧ ਸੰਗਤ ਜੀ ਇੰਨਾ ਗਹਿਰਾ ਅਸਰ ਹੁੰਦਾ ਸੀ ਕਿ ਉਹਨਾਂ ਦੇ ਬਚਨ ਸੁਣਨ ਵਾਲਿਆਂ ਪ੍ਰਭਾਵਿਤ ਹੋਣ ਤੋਂ ਬਿਨਾਂ ਨਹੀਂ ਰਹਿ ਸਕਦਾ। ਆਪਾਂ ਤਾਂ ਕਈ ਵਾਰੀ ਇੱਕ ਦੋ ਚੌਂ ਚਾਪ ਦਸਾਂ ਨੂੰ ਕੋਈ ਗੁਰਮਤਿ ਦਾ ਬਚਨ ਕਹੀ, ਉਹਦੇ ਵਿੱਚੋਂ ਵੀ ਕੋਈ ਮੰਨੇ ਨਾ ਮੰਨੇ ਵੱਖਰੀ ਗੱਲ ਹੈ, ਪਰ ਉਹਨਾਂ ਦੀ ਕਰਨੀ ਵੇਖੋ ਕਿੰਨੀ ਉੱਚੀ ਸੁੱਚੀ ਸੀ। 1975 ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਉਹ ਗੁਰਮਤਿ ਦਾ ਪ੍ਰਚਾਰ ਕਰਨ ਹਿੱਤ ਵਾਸਤੇ ਗਏ। ਧੰਨ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਜੋੜ ਮੇਲਾ ਔਰ ਸੇਵਾ ਦੇ ਪੁੰਜ ਮਹਾਂਪੁਰਖ ਬਾਬਾ ਖੜਕ ਸਿੰਘ ਜੀ ਨੇ ਉੱਥੇ ਮਹਾਂਪੁਰਖਾਂ ਨੂੰ ਜੋੜ ਮੇਲੇ 'ਤੇ ਉਚੇਚੇ ਬੁਲਾਇਆ ਔਰ ਲੱਖਾਂ ਦੇ ਇਕੱਠ ਵਿੱਚ ਉਹਨਾਂ ਨੇ ਖੜ੍ਹੇ ਹੋ ਕੇ 2 ਤੋਂ 2.5 ਘੰਟੇ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਦੇ ਪ੍ਰਚਾਰ ਦਾ ਇੰਨਾ ਵੱਡਾ ਅਸਰ ਸੀ ਸਾਧ ਸੰਗਤ ਜੀ, ਸੰਗਤ ਵਿੱਚੋਂ 5000 ਮਾਈ ਭਾਈ ਖੜ੍ਹੇ ਹੋ ਗਏ। ਉਹਨਾਂ ਨੇ ਕਿਹਾ, ਭਾਈ ਉਹ ਮਾਈ ਭਾਈ ਖੜ੍ਹੇ ਹੋ ਜਿਹੜੇ ਅੱਜ ਤੋਂ ਬਾਅਦ ਦਾੜਾ ਕੇਸ ਨਹੀਂ ਕੱਟਣਗੇ, ਜਿਹੜੇ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰਨਗੇ। ਲੱਖਾਂ ਦੇ ਇਕੱਠ ਵਿੱਚ 5000 ਮਾਈ ਭਾਈ ਨੌਜਵਾਨ ਖੜ੍ਹੇ ਹੋਏ, ਜਿਨ੍ਹਾਂ ਨੇ ਹੱਥ ਜੋੜ ਕੇ ਪ੍ਰਣ ਕੀਤਾ ਕਿ ਅੱਜ ਤੋਂ ਦਾੜਾ ਕੇਸ ਰੱਖਾਂਗੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਰਤਾਂਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਾਂਗੇ। ਐਸਾ ਉਹਨਾਂ ਦੇ ਬਚਨਾਂ ਦਾ ਪ੍ਰਭਾਵ ਸੀ, ਉਹਨਾਂ ਦੀ ਕਰਨੀ ਏਡੀ ਵੱਡੀ ਮਹਾਨ ਸੀ। ਔਰ ਸਾਧ ਸਿੰਘ ਜੀ ਬਾਬਾ ਝੰਡਾ ਸਿੰਘ ਜੀ ਨੂੰ ਕਈ ਵਾਰੀ ਕਹਿਣਾ, ਬਜ਼ੁਰਗਾਂ ਨੇ, ਝੰਡਾ ਸਿੰਘ ਤੇਰਾ ਹੀਰੇ ਵਰਗਾ ਪੁੱਤ, ਬੱਗਾ ਸਿੰਘ ਦੀ ਗੰਦਗੀ ਧੋਂਦਾ ਫਿਰਦਾ, ਉਹਦੇ ਗੰਦੇ ਮੈਲੇ ਕੱਪੜੇ ਧੋਂਦਾ ਫਿਰਦਾ, ਤੂੰ ਇਸੇ ਲਈ ਇਹਨੂੰ ਦੁਨਿਆਵੀ ਵਿੱਦਿਆ ਪੜ੍ਹਾ ਰਿਹਾ, ਕਿਉਂਕਿ ਮਹਾਂਪੁਰਖ ਉਦੋਂ ਸਾਧ ਸਿੰਘ ਜੀ ਦੁਨਿਆਵੀ ਵਿੱਦਿਆ ਜਿਹੜੀ ਸੀ ਨਾ ਉਹ ਬਹੁਤ ਘੱਟ ਲੋਕ ਪੜ੍ਹਦੇ ਸਨ। ਮਹਾਂਪੁਰਖਾਂ ਦੀ ਪ੍ਰਾਇਮਰੀ ਤੋਂ ਲੈ ਕੇ ਸਾਧ ਸੰਗਤ ਜੀ ਖੇਮ ਕਰਨ ਮਿਡਲ ਸਰਕਾਰੀ ਸਕੂਲ ਵਿੱਚ ਉਹਨਾਂ ਨੇ 8ਵੀਂ ਤੱਕ ਵਿੱਦਿਆ ਪੜ੍ਹੀ, ਫਿਰ ਨੈਸ਼ਨਲ ਹਾਈ ਸਕੂਲ ਭਿੱਖੀ ਪਿੰਡ ਵਿਖੇ 9ਵੀਂ 10ਵੀਂ ਉਹਨਾਂ ਨੇ ਇੱਕੋ ਸਾਲ ਵਿੱਚ ਕਰ ਲਈ ਸੀ। ਬੜੀ ਤੀਖਣ ਬੁੱਧੀ ਦੇ ਮਾਲਕ ਸਨ। ਔਰ ਇੱਥੇ ਜਿਹੜੀ 11ਵੀਂ 12ਵੀਂ ਜਿਹਨੂੰ ਅੱਜ ਕੱਲ੍ਹ +2 ਕਿਹਾ ਜਾਂਦਾ ਹੈ, ਇਹ ਮਹਾਂਪੁਰਖਾਂ ਨੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਵਿੱਦਿਆ ਪੜ੍ਹੀ।
ਬਾਬਾ ਝੰਡਾ ਸਿੰਘ ਜੀ ਨੂੰ ਚਾਹ ਸੀ ਕਿ ਦੁਨਿਆਵੀ ਵਿਦਿਆ ਵੀ ਪੂਰੀ ਤੋਂ ਪੂਰੀ ਇਹਨਾਂ ਨੂੰ ਪੜ੍ਹਾਈ ਜਾਏ। ਤਾਨੇ ਮੇਣੇ ਦੇਣੇ ਬਾਬਾ ਝੰਡਾ ਸਿੰਘ ਜੀ ਨੇ ਕਈ ਵਾਰੀ ਕਹਿਣਾ, ਮਹਾਂਪੁਰਖਾਂ ਨੇ ਕਹਿਣਾ, ਪਿਤਾ ਜੀ ਉਹ ਮੇਰੇ ਵਿਦਿਆ ਉਸਤਾਦ ਹੈ ਔਰ ਬ੍ਰਹਮ ਵਿਦਿਆ ਦੇ ਉਸਤਾਦ ਹੈ, ਮੈਨੂੰ ਗੁਰਬਾਣੀ ਦੀ ਸੰਥਿਆ ਕਰਾਉਂਦੇ ਹੈ। ਜਿਹੜਾ ਉਸਤਾਦ ਹੁੰਦਾ ਉਹਦਾ ਰੁਤਬਾ ਮਾਤਾ ਪਿਤਾ ਤੋਂ ਵੀ ਉੱਤੇ ਹੁੰਦਾ, ਪਵਿੱਤਰ ਹੁੰਦਾ, ਜਿਹੜਾ ਜੀਵਨ ਵਿੱਚ ਬੰਦੇ ਦੀ ਜੀਵਨ ਘਾੜਤ ਘੜਦਾ, ਜਿਹਦੇ ਉੱਤੇ ਸਾਰਾ ਜੀਵਨ ਦੀ ਉਸਾਰੀ ਹੋਣੀ ਹੈ। ਮਨੁੱਖ ਨੂੰ ਜੇ ਕੋਈ ਮਹਾਨ ਬਣਾ ਸਕਦਾ ਉਹਦਾ ਵਿਦਿਅਕ ਉਸਤਾਦ ਹੀ ਉਹਨੂੰ ਵੱਡੇ ਤੋਂ ਵੱਡਾ ਮਹਾਨ ਬਣਾ ਸਕਦਾ। ਦੁਨੀਆਂ ਵਿੱਚ ਵੱਡੇ ਤੋਂ ਵੱਡੇ ਮਹਾਨ ਮਨੁੱਖ ਦੇਖੇ ਹੈ, ਉਹਦੇ ਪਿੱਛੇ ਉਹਨਾਂ ਦੇ ਉਸਤਾਦਾਂ ਦੀ ਬੜੀ ਵੱਡੀ ਘਾਲਣਾ ਸੀ, ਬੜੀ ਵੱਡੀ ਮਿਹਨਤ ਮੁਸ਼ਕਤ। ਉਹ ਮੈਨੂੰ ਵਿਦਿਆ ਦੇਣ ਵੇਲੇ ਮੇਰੇ ਮਹਾਨ ਉਸਤਾਦ ਪਰਉਪਕਾਰੀ ਮਹਾਨ ਮਹਾਂਪੁਰਖ ਹਨ। ਮੇਰਾ ਕਰਤੱਵ ਹੈ ਕਿ ਉਹਨਾਂ ਦੀ ਸੇਵਾ ਕਰਾਂ। ਸੰਗਤ ਜੀ, ਅਜੇ ਕੋਈ ਬਹੁਤੀ ਉਮਰ ਨਹੀਂ ਸੀ ਉਦੋਂ ਮਹਾਂਪੁਰਖਾਂ ਦੀ, 12-13 ਸਾਲ ਦੀ ਉਮਰ ਹੋਏਗੀ, 14-15 ਦੀ ਹੋਏਗੀ। ਛੋਟੀ ਉਮਰ ਦੇ ਵਿੱਚ ਉਹਨਾਂ ਦੀ ਹੱਥੀ ਸੇਵਾ ਵੀ ਕਰਦੇ ਰਹੇ। ਭਿੰਡਰਾਂ ਵਾਲਿਆਂ ਤੋਂ ਬੇਨਤੀ ਕਰਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਔਰ ਸਾਧ ਸੰਗਤ ਜੀ ਫਿਰ ਉਹ ਮਹਾਂਪੁਰਖ 57 ਦੇ ਵਿੱਚ ਜਥੇ ਦੇ ਵਿੱਚ ਪੱਕੇ ਤੌਰ 'ਤੇ ਆ ਗਏ ਔਰ ਉਹਨਾਂ ਨੇ ਲਗਾਤਾਰ 11 ਸਾਲ ਜਥੇ ਵਿੱਚ ਜਿੱਥੇ ਮਹਾਂਪੁਰਖਾਂ ਦੀ ਸੇਵਾ ਕੀਤੀ ਉੱਥੇ ਗੁਰਬਾਣੀ ਦੀ ਸ਼ੁੱਧ ਸੰਥਿਆ ਬਾਬਾ ਲਾਹੌਰਾ ਸਿੰਘ ਜੀ ਨਗਰ ਮੁਨਾਵੇਂ ਦੇ ਸਨ ਔਰ ਸੰਤ ਕਰਤਾਰ ਸਿੰਘ ਜੀ ਪ੍ਰੇਮੀ ਲੰਗਿਆਣੇ ਵਾਲੇ ਇਹਨਾਂ ਮਹਾਂਪੁਰਖਾਂ ਤੋਂ ਗੁਰਬਾਣੀ ਦੀ ਸੰਥਿਆ ਕੀਤੀ ਔਰ ਦਸਮ ਬਾਣੀ ਦੀ ਸਾਰੀ ਸੰਪੂਰਨ ਸੰਥਿਆ ਕੀਤੀ ਔਰ ਵੱਡੇ ਸੰਤਾਂ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਸ੍ਰੀ ਗ੍ਰੰਥ ਸਾਹਿਬ ਔਰ ਇਸੇ ਤਰ੍ਹਾਂ ਗੁਰ ਇਤਿਹਾਸ ਸਾਰਾ, ਨਾਨਕ ਪ੍ਰਕਾਸ਼, ਗੁਰਪ੍ਰਤਾਪ, ਸੂਰਜ, ਗੁਰਬਿਲਾਸ, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼, ਇਹ ਸਾਰੇ ਇਤਿਹਾਸ ਦੇ ਗ੍ਰੰਥਾਂ ਦੀ ਕਥਾ ਪ੍ਰਾਪਤ ਕੀਤੀ ਔਰ ਹੋਰ ਵੀ ਉਹਨਾਂ ਨੇ ਵੇਦਾਂਤ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ ਔਰ ਨਾਲ ਨਾਲ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣਾ ਔਰ ਬਹੁਤ ਜ਼ਿਆਦਾ 5 ਬਾਣੀਆਂ, 5 ਗ੍ਰੰਥੀ ਅਤੇ 9ਵੇਂ ਪਾਤਸ਼ਾਹ ਜੀ ਦੀ ਬਾਣੀ, ਸਹਿਸ ਕਿਰਤੀ, ਹੋਰ ਵੀ ਬੇਅੰਤ ਬਾਣੀਆਂ ਦਾ ਰੋਜ਼ਾਨਾ ਪਾਠ ਸਰਵਣ ਕਰਵਾਉਣਾ।
ਬਹੁਤ ਵੱਡੀਆਂ ਘਾਲਣਾ ਘਾਲੀਆਂ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲੇ ਗਏ ਜਦੋਂ ਉਹਨਾਂ ਦੇ ਜਿਵੇਂ ਸੇਵਾ ਲੱਗੀ ਤਾਂ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਾਉਣ ਵਾਸਤੇ ਉਹ ਛਪਾਈ ਦੀ ਸ਼ੁੱਧ ਸਰੂਪ ਦੀ ਸੇਵਾ ਵੀ ਮੁੱਖ ਰੂਪ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਹਸਤ ਕਮਲਾਂ ਦੁਆਰਾ ਹੋਈ। ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਬਹੁਤ ਵੱਡਾ ਉਹਨਾਂ ਦੇ ਜੀਵਨ ਦੀਆਂ ਘਾਲਣਾ ਭਰਪੂਰ ਵਿਚਾਰਾਂ ਹਨ, ਪਰ ਸਮਾਂ ਨਹੀਂ ਆਗਿਆ ਦਿੰਦਾ। ਔਰ ਸਾਧ ਸੰਗਤ ਜੀ 1967 ਵਿੱਚ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਅਵਤਾਰ ਗੁਰਪੁਰਬ ਦੀ ਪਹਿਲੀ ਸ਼ਤਾਬਦੀ ਪੰਥ ਵਿੱਚ ਪਹਿਲੀ ਸ਼ਤਾਬਦੀ ਤੱਕ ਸ੍ਰੀ ਪਟਨਾ ਸਾਹਿਬ ਹੀ ਮਨਾਈ ਗਈ ਜਿੱਥੋਂ ਇਹ ਸ਼ਤਾਬਦੀਆਂ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ। ਪਹਿਲਾਂ ਸ਼ਾਇਦ ਕਿਸੇ ਨੇ ਮਨਾਈ ਹੋਵੇ, ਪਰ ਪ੍ਰਮੁੱਖ ਤੌਰ 'ਤੇ ਪਟਨਾ ਸਾਹਿਬ ਤੋਂ ਪਹਿਲਾਂ ਪੰਥਕ ਤੌਰ 'ਤੇ ਵੱਡੇ ਰੂਪ ਵਿੱਚ ਸ਼ਤਾਬਦੀ ਮਨਾਉਣ ਦਾ ਸੰਗਤਾਂ ਦੇ ਵਿੱਚ ਬਹੁਤਾ ਰਿਵਾਜ ਨਹੀਂ ਸੀ। ਪਟਨਾ ਸਾਹਿਬ ਤੋਂ ਸਤਿਗੁਰੂ ਜੀ ਦਾ 300 ਸਾਲਾ ਅਵਤਾਰ ਗੁਰਪੁਰਬ ਦੀ 300 ਸਾਲਾ ਸ਼ਤਾਬਦੀ ਮਨਾਈ ਗਈ। ਉੱਥੇ ਮਹਾਂਪੁਰਖਾਂ ਨੇ ਹਿਰਦੇ ਦੀ ਪ੍ਰਸੰਨਤਾ ਦੇ ਵਿੱਚ ਆ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਦਮਦਮੀ ਟਕਸਾਲ ਦੇ ਮੁਖੀ ਦਾ ਸਿਰੋਂ ਪਾਉ ਬਖਸ਼ਿਸ਼ ਕਰਕੇ ਇਹ ਸੇਵਾਵਾਂ ਸੌਂਪੀਆਂ। ਇਹ ਪਟਨਾ ਸਾਹਿਬ ਹੀ ਨਹੀਂ, ਉਸ ਤੋਂ ਪਹਿਲਾਂ ਵੀ ਕਈ ਵਾਰੀ ਬਚਨ ਕੀਤੇ। ਆਪਾਂ ਸੁਲਤਾਨਪੁਰ ਸਾਹਿਬ 10-11-12 ਨਵੰਬਰ ਨੂੰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ। ਇੱਥੇ ਮਹਾਂਪੁਰਖ ਜਥੇ ਸਮੇਤ ਗਏ ਹੋਏ ਸਨ ਔਰ ਹੱਟ ਸਾਹਿਬ ਗੁਰਦੁਆਰਾ ਹੱਟ ਸਾਹਿਬ ਜੋ ਅਸਥਾਨ, ਇੱਥੇ ਸ਼ਾਮ ਦੀ ਕਥਾ ਅੰਮ੍ਰਿਤ ਵੇਲੇ ਦੀ ਕਥਾ ਗੁਰਦੁਆਰਾ ਬੇਰ ਸਾਹਿਬ, ਸ਼ਾਮ ਦੀ ਕਥਾ ਗੁਰਦੁਆਰਾ ਹੱਟ ਸਾਹਿਬ ਕਰਿਆ ਕਰਦੇ। ਕਥਾ ਕਰਕੇ ਮਹਾਂਪੁਰਖਾਂ ਦੀਆਂ ਪ੍ਰਕਰਮਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਕਿਉਂਕਿ ਮਹਾਂਪੁਰਖਾਂ ਨੂੰ ਅਧਰੰਗ ਦਾ ਅਟੈਕ ਹੋਣ ਕਰਕੇ ਨਾ ਖੱਬਾ ਪਾਸਾ ਕਮਜ਼ੋਰ ਹੋ ਚੁੱਕਾ ਸੀ, ਇਸ ਕਰਕੇ ਬਾਂਹ ਤੋਂ ਪਕੜ ਕੇ ਪ੍ਰਕਰਮਾ ਕਰਾਉਣੀਆਂ ਪੈਂਦੀਆਂ ਸਨ, ਥੋੜ੍ਹਾ ਆਸਰਾ ਦੇਣਾ ਪੈਂਦਾ ਸੀ ਸਿੰਘਾਂ ਨੂੰ। ਔਰ ਇਹ ਸਾਰੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਜੀ ਆਪ ਨਿਭਾਉਂਦੇ। ਮਹਾਂਪੁਰਖ ਪ੍ਰਕਰਮਾ ਕਰਦਿਆਂ ਕਰਦਿਆਂ ਕਹਿਣ ਲੱਗੇ, ਕਰਤਾਰ ਸਿੰਘਾ, ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 13-13 ਕਹਿ ਕੇ ਇੱਥੇ ਗਰੀਬਾਂ ਦੀਆਂ ਝੋਲੀਆਂ ਭਰੀਆਂ ਸਨ ਜਦੋਂ ਮੋਦੀ ਖਾਨੇ ਦੀ ਕਾਰ ਕੀਤੀ ਸੀ। ਸਾਡਾ ਹਿਰਦਾ ਇੰਨੇ ਉਮਾਹ ਵਿੱਚ ਹੈ, ਇੰਨੇ ਪ੍ਰਸੰਨ ਹਾਂ ਕਿ ਤੇਰੀ ਝੋਲੀ ਵਿੱਚ ਜਥੇਬੰਦੀ ਦੀ ਜਥੇ ਸੰਗਤ ਦੀ ਟਕਸਾਲ ਦੀ ਸੇਵਾ ਪਾ ਦੇਈ। ਸੰਤ ਬਾਬਾ ਕਰਤਾਰ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਂਪੁਰਖੋ, ਇਹ ਸੇਵਾ ਬਹੁਤ ਵੱਡੀ ਤੇ ਉੱਤਮ ਹੈ, ਇਹ ਸੇਵਾ ਕਰਨ ਦੇ ਮੈਂ ਯੋਗ ਨਹੀਂ, ਇਹ ਸੇਵਾ ਕਰਨ ਤੋਂ ਮੈਂ ਅਸਮਰੱਥ ਹਾਂ, ਮੈਨੂੰ ਤਾਂ ਆਪਣੀਆਂ ਖੁਸ਼ੀਆਂ ਬਖਸ਼ੋ ਤੇ ਮੇਰੇ ਲਈ ਅਰਦਾਸ ਕਰੋ, ਮੇਰਾ ਸਿੱਖੀ ਸਿਦਕ ਪੂਰਾ ਨਿਭ ਜਾਏ ਜੀਵਨ ਵਿੱਚ। ਇਸ ਤੋਂ ਇਲਾਵਾ ਮਹਾਂਪੁਰਖ ਇੱਕ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਅੰਮ੍ਰਿਤ ਵੇਲੇ ਜੋ ਸਭ ਤੋਂ ਉੱਤੇ ਛੱਤ ਉੱਤੇ ਬੈਠ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਬਚਨ ਕੀਤਾ, ਸਾਰਾ ਨਿਤਨੇਮ ਸੁਣਾ, 5 ਬਾਣੀਆਂ 5 ਗ੍ਰੰਥੀ ਹੋਰ ਬਾਣੀਆਂ ਦਾ ਨਿਤਨੇਮ ਸੁਣਾਇਆ। ਕਹਿਣ ਲੱਗੇ, ਭਾਈ ਕਰਤਾਰ ਸਿੰਘਾ, ਇੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਅਸੀਂ ਜੁਵਾ ਅਵਸਥਾ ਜਦੋਂ ਵੱਡੇ ਸੰਤਾਂ ਨਾਲ ਰਹਿੰਦੇ ਸਾਂ, 7.5 ਮਹੀਨਾ ਲਗਾਤਾਰ ਰਹਿ ਕੇ 1.25 ਲੱਖ ਤੋਂ ਉੱਤੇ
ਮੂਲ ਮੰਤਰ ਦਾ ਅਭਿਆਸ ਕੀਤਾ ਸੀ ਇਸ ਛੱਤ ਤੇ ਇੱਥੇ ਬੈਠ ਕੇ ਤਾਂ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਸੀ। ਕਿਰਪਾ ਦਾ ਭਾਵ ਸੀ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ ਮਹਾਂਪੁਰਖਾਂ ਨੂੰ। ਕਹਿੰਦੇ ਭਾਈ ਇੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਸੀ, ਤੇਰੀ ਝੋਲੀ ਵਿੱਚ ਸੇਵਾ ਪਾ ਦਈਏ। ਫਿਰ ਹੱਥ ਜੋੜ ਕੇ ਖਿਮਾ ਮੰਗ ਲਈ। ਕਈ ਲੋਕ ਕਹਿ ਦਿੰਦੇ ਹੈ, ਬੜੀਆਂ ਗੱਲਾਂ ਬਣਾਉਂਦੇ ਹੈ ਜੀ, ਸੰਤਾਂ ਤੋਂ ਕਹਿ ਕੇ ਸੇਵਾ ਲਈ, ਫਲਾਨਾ ਹੋਇਆ, ਕਈ ਕੁਝ ਕਈ ਕੁਝ। ਪਰ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ, ਕਈ ਵੇਰੀ ਮਹਾਂਪੁਰਖਾਂ ਨੇ ਉਹਨਾਂ ਨੂੰ ਸੇਵਾ ਦੇਣ ਦੇ ਵਚਨ ਕੀਤੇ ਸੀ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਸੋ ਮਹਾਂਪੁਰਖਾਂ ਨੂੰ 1967 ਵਿੱਚ ਜਥੇਬੰਦੀ ਦੀ ਸੇਵਾ ਦਾ ਸਿਰੋਪੋ ਬਖਸ਼ਿਸ਼ ਹੋਇਆ। ਫਿਰ 2.5 ਸਾਲ ਮਹਾਂਪੁਰਖਾਂ ਦਾ ਸਰੀਰ ਰਿਹਾ ਔਰ ਇਸੇ ਸਥਾਨ ਤੇ ਆ ਕੇ ਮਹਾਂਪੁਰਖਾਂ ਨੇ 15-28 ਜੂਨ ਨੂੰ 1969 ਵਿੱਚ ਇਸੇ ਸਥਾਨ ਤੇ ਸੱਚਖੰਡ ਪਿਆਨਾ ਕੀਤਾ। ਸੱਚਖੰਡ ਪਿਆਨੇ ਤੋਂ ਬਾਅਦ ਮਹਾਂਪੁਰਖ ਇਸ ਸਥਾਨ ਤੇ ਆਏ, ਜਿਹੜਾ ਗੁਰਦੁਆਰਾ ਸਾਹਿਬ ਜਿਸ ਵਿੱਚ ਆਪਾਂ ਬੈਠੇ ਹਾਂ, ਇਹ ਉਹਨਾਂ ਦੇ ਹੱਥਾਂ ਨਾਲ ਸਾਰੀ ਸੇਵਾ ਹੋਈ ਹੈ। ਇਹ ਉਹਨਾਂ ਮਹਾਂਪੁਰਖਾਂ ਦਾ ਪਰਉਪਕਾਰ ਹੈ ਕਿ ਦਮਦਮੀ ਟਕਸਾਲ ਦਾ ਮਾਝੇ ਵਿੱਚ ਐਡਾ ਵੱਡਾ ਕੇਂਦਰ, ਐਡਾ ਵੱਡਾ ਹੈੱਡਕੁਆਟਰ ਬਣਾਉਣਾ, ਇਹ ਉਹਨਾਂ ਮਹਾਂਪੁਰਖਾਂ ਦਾ ਪਰਉਪਕਾਰ। ਇਹ ਸੇਵਾ ਸਾਰੀ ਉਹਨਾਂ ਨੇ ਆਪਣੇ ਹੱਥੀਂ ਕੀਤੀ, ਲੱਕ ਬੰਨ ਕੇ ਟੋਕਰੀਆਂ ਢੋਂਦੇ ਰਹੇ। ਇਸ ਸਥਾਨ ਦੀ ਸੇਵਾ ਵਿੱਚ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਵੀ ਟੋਕਰੀ ਢੋਈ ਹੈ। ਇਸ ਸਥਾਨ ਦੀ ਸੇਵਾ ਵਿੱਚ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਵੀ ਬੜੀ ਟੋਕਰੀ ਢੋਈ ਹੈ। ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਂਪੁਰਖਾਂ ਦੇ ਨਾਲ ਸਿੰਘ 6 ਜੂਨ ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ, ਉਹਨਾਂ ਸ਼ਹੀਦਾਂ ਨੇ ਵੀ ਇੱਥੇ ਟੋਕਰੀਆਂ ਢੋਈਆਂ। ਔਰ ਸਾਧ ਸੰਗਤ ਜੀ ਇੱਥੇ ਬਸ ਨਹੀਂ, ਮਹਾਂਪੁਰਖ ਕਈ ਵਾਰੀ ਕਿਹਾ ਕਰਦੇ ਸਨ, ਕਹਿੰਦੇ ਜਿਹੜਾ ਇਹ ਸਥਾਨ ਬਣਿਆ ਨਾ, ਜਥੇ ਦੇ ਸਿੰਘਾਂ ਦੀ 80% ਕਮਾਈ ਵਿੱਚੋਂ ਇਹ ਸੇਵਾ ਹੋਈ ਹੈ। ਉਹ ਕਿਵੇਂ? ਜਿੱਥੇ ਜਿੱਥੇ ਅਖੰਡ ਪਾਠ ਹੋਣੇ ਜਾਂ ਅਕੋਤਰੀਆਂ ਹੋਣੀਆਂ, ਸਾਰੇ ਸਿੰਘਾਂ ਨੇ ਜੋ ਮਾਇਆ ਮਿਲਣੀ ਉਹ ਲਿਆ ਕੇ ਮਹਾਂਪੁਰਖਾਂ ਨੂੰ ਦੇ ਦੇ, ਕਹਿਣਾ ਮਹਾਂਪੁਰਖੋ ਇਹ ਸਾਡੀ ਸੇਵਾ ਵਿੱਚ ਲਾ ਲਾ। ਇੰਨੀ ਮੁਸ਼ਕਤ ਕਰਕੇ, ਮਿਹਨਤ ਕਰਕੇ, ਬਾਣੀ ਪੜ੍ਹ ਪੜ੍ਹ ਕੇ ਉਸ ਮਾਇਆ ਨਾਲ ਇਹ ਸਾਰੀ ਸੇਵਾ ਹੋ। 20% ਸੰਗਤਾਂ ਦੀ ਕਿਰਤ ਕਮਾਈ ਵਿੱਚੋਂ, ਸੱਚੀ ਸੁੱਚੀ ਕਮਾਈ ਵਿੱਚੋਂ ਸੇਵਾ ਹੋਈ, ਔਰ ਬਾਕੀ ਸਿੰਘਾਂ ਦੀ ਕਮਾਈ ਵਿੱਚੋਂ ਇਹ ਸਾਰਾ ਗੁਰਦੁਆਰਾ ਸਾਹਿਬ ਬਣਿਆ, ਲੰਗਰ ਬਣਾਇਆ, ਵਿਦਿਆਲਾ ਬਣਾਇਆ। ਹੁਣ ਵਿਦਿਆਲੇ ਦੀ ਦਰਸ਼ਨੀ ਡਿਉੜੀ ਦੀ ਦੁਬਾਰਾ ਸੇਵਾ ਹੋਈ ਹੈ। ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ, ਜੋ ਜਥੇਬੰਦੀ ਦੇ ਜ਼ਿੰਮੇਵਾਰ ਸਿੰਘ ਹਨ, ਉਹਨਾਂ ਨੇ ਬਹੁਤ ਵੱਡੀ ਇਹ ਸਾਰੀ ਸੇਵਾ ਉਹਨਾਂ ਨੇ ਆਪ ਕਰਵਾਈ ਹੈ। ਸੋ ਸਾਧ ਸੰਗਤ ਜੀ, ਪਹਿਲਾ ਵਿਦਿਆਲੇ ਦੀ ਪੁਰਾਣੀ ਬਿਲਡਿੰਗ ਉਹ ਮਹਾਂਪੁਰਖਾਂ ਨੇ, ਸਾਹਮਣੇ ਵਾਲੀ ਦਰਸ਼ਨੀ ਡਿਉੜੀ, ਇਹ ਸਾਰੀਆਂ ਸੇਵਾਵਾਂ ਉਹਨਾਂ ਦੇ ਹੱਥੀਂ ਹੋਈਆਂ। ਔਰ ਮੁਖੀ ਬਣ ਕੇ 8 ਸਾਲ ਹੀ ਉਹਨਾਂ ਦਾ ਸਰੀਰ ਰਿਹਾ, ਕਿਉਂਕਿ ਵੱਡੇ ਸੰਤ ਉਹਨਾਂ ਨੂੰ ਬਚਨ ਕਹਿ ਗਏ ਸਨ, ਕਹਿੰਦੇ ਭਾਈ ਤੇਰੀ ਸਰੀਰ ਦੀ ਉਮਰ ਥੋੜੀ ਹੈ, ਲੰਮਾ ਸਮਾਂ ਨਹੀਂ, ਇਸ ਕਰਕੇ ਜਿੰਨੀ ਤੇਰਾ ਚਿੱਤ ਕਰੇਗਾ ਸੇਵਾ ਕਰ ਲਈ। ਮਹਾਂਪੁਰਖ ਕਿਹਾ ਵੀ ਕਰਦੇ ਸਨ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਸਤਿਕਾਰਯੋਗ ਰਾਗੀ ਰਾਮ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਬਾਂਹ ਵਾਲੇ, ਇਹ ਸਾਰੇ ਮਹਾਂਪੁਰਖਾਂ ਦੇ ਨਾਲ ਰਹੇ ਹੈ।
ਇਹ ਬਚਨ ਸੁਣਦੇ ਰਹੇ ਆ ਮਹਾਂਪੁਰਖ ਕਿਹਾ ਕਰਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਬੈਠੇ ਆ ਬਿਰਧ ਅਵਸਥਾ ਹੈ ਮਹਾਂਪੁਰਖ ਇਹ ਬਚਨ ਕਿਹਾ ਕਰਦੇ ਸਨ ਕਦੇ ਕਦੇ ਕਹਿੰਦੇ ਭਾਈ ਸਮਾਂ ਬਹੁਤ ਥੋੜਾ ਹੈ ਰੱਜ ਰੱਜ ਕੇ ਸੇਵਾ ਕਰ ਲਈਏ ਰੱਜ ਰੱਜ ਕੇ ਸੇਵਾ ਕਰ ਕੀਤੀ ਵੀ ਵਾਕਈ ਉਹਨਾਂ ਨੇ ਰੱਜ ਰੱਜ ਕੇ ਸੇਵਾ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਗਈ ਉਦੋਂ ਸਾਧ ਸੰਗਤ ਜੀ 15 ਤੋਂ ਲੈ ਕੇ 18 ਘੰਟੇ ਲਗਾਤਾਰ ਉਹਨਾਂ ਨੇ ਪ੍ਰਚਾਰ ਕੀਤਾ ਨਗਰ ਕੀਰਤਨ ਜਲੂਸਾਂ ਵਿੱਚ ਖੜ ਖੜ ਕੇ ਔਰ ਵੱਡੇ ਵੱਡੇ ਨਗਰ ਕੀਰਤਨ ਜਲੂਸ ਉਹਨਾਂ ਨੇ ਕੱਢੇ ਇਸ ਧਰਤੀ ਤੇ ਨਹੀਂ ਹਿੰਦੁਸਤਾਨ ਪੂਰੇ ਵਿੱਚ 18 ਘੰਟੇ ਖਲੋ ਕੇ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਇਹ ਥੋੜੀ ਜਿਹੀ ਘਾਲਣਾ ਨਹੀਂ ਬੰਦਾ ਘੰਟਾ ਦੋ ਘੰਟੇ ਕੀਰਤਨ ਕਰ ਲਏ ਕਥਾ ਕਰ ਲਏ ਬਸ ਹੋ ਜਾਂਦੀ ਹੈ ਪਰ ਧੰਨ ਸੀ ਉਹਨਾਂ ਮਹਾਂਪੁਰਖਾਂ ਦਾ ਜੀਵਨ ਕਿਹੋ ਜਿਹੀ ਉਹਨਾਂ ਦੀ ਸਰੀਰ ਵਿੱਚ ਤਾਕਤ ਸੀ ਸਮਰੱਥਾ ਸੀ ਸ਼ਕਤੀ ਸੀ ਕਿ 18 ਘੰਟੇ ਐਨ ਸ਼ੇਰ ਜਿਵੇਂ ਗੱਜਦਾ ਤੂੰ ਗੱਜ ਗੱਜ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਇੰਨੀ ਵੱਡੀ ਘਾਲਣਾ ਕੀਤੀ ਦਿਨ ਰਾਤ ਇੱਕ ਕੀਤਾ ਉਹਨਾਂ ਮਹਾਂਪੁਰਖਾਂ ਨੇ ਸੋ ਸਾਧ ਸੰਗਤ ਜੀ ਮੈਂ ਸਮਾਂ ਨਾ ਜ਼ਿਆਦਾ ਲਵਾਂ ਅੱਜ ਦੇ ਦਿਨ 16 ਅਗਸਤ ਸੀ ਉਸ ਦਿਨ ਸੰਗਰਾਂਦ ਦਾ ਦਿਹਾੜਾ ਕਈ ਵਾਰੀ 16 ਨੂੰ ਆ ਜਾਂਦਾ ਕਈ ਵਾਰੀ 17 ਨੂੰ ਆਉਂਦਾ ਇੱਕ ਭਾਦਰੋਂ ਨੂੰ ਉਹਨਾਂ ਮਹਾਂਪੁਰਖਾਂ ਨੇ ਲੁਧਿਆਣੇ ਵਿਖੇ ਮਿਸ ਬਰਾਊਨ ਹੋਸਪਿਟਲ ਦੇ ਵਿੱਚ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਆਉਂਦਾ ਸੱਚਖੰਡ ਜਾਣ ਤੋਂ 13 ਦਿਨ ਪਹਿਲਾਂ ਨਗਰ ਮਲਸੀਹਾ ਜਿੱਥੇ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਸਪੁੱਤਰ ਸਰਦਾਰ ਉੱਜਲ ਸਿੰਘ ਜੀ ਸਾਰੇ ਪਰਿਵਾਰ ਨੇ ਮਹਾਂਪੁਰਖਾਂ ਦਾ ਸਾਰੇ ਨਗਰ ਨੇ ਸਾਲਾਨਾ ਸਮਾਗਮ ਰੱਖਿਆ ਹੋਇਆ ਸੀ ਜਥਾ ਇੱਕ ਹਫ਼ਤਾ ਰਿਹਾ ਕਰਦਾ ਸੀ ਮਲਸੀਹਾ ਨਗਰ ਵਿੱਚ ਮਲਸੀਹਾ ਨਗਰ ਤੋਂ ਵਿਦਾਇਗੀ ਹੋਣ ਲੱਗੀ ਹੈ ਜਿਸ ਦਿਨ ਜਾਣਾ ਉਸ ਦਿਨ ਦਾ ਦੀਵਾਨ ਸਜਿਆ ਸਤਿਗੁਰੂ ਜੀ ਦੀ ਤਾਬਿਆ ਆ ਕੇ ਬੈਠ ਗਏ ਰਾਗੀ ਭਾਈ ਗੁਰਮੇਲ ਸਿੰਘ ਜੀ ਭਾਈ ਗੁਰਸ਼ਰਨ ਸਿੰਘ ਜੀ ਰਾਗੀ ਸੋਹਣ ਸਿੰਘ ਸਾਰੇ ਕੀਰਤਨ ਕਰ ਰਹੇ ਹੈ ਰਾਗੀ ਸਿੰਘ ਇਹ ਸ਼ਬਦ ਜਦੋਂ ਜਥੇ ਦੀ ਵਿਦਾਇਗੀ ਹੁੰਦੀ ਸੀ ਨਾ ਜਿਸ ਵੀ ਨਗਰ ਸ਼ਹਿਰ ਚੋਂ ਉਦੋਂ ਸ਼ਬਦ ਕਦੇ ਕਦੇ ਪੜ੍ਹਿਆ ਕਰਦੇ ਸਨ ਨਦੀਆਂ ਵਾਹ ਬਛੁਨਿਆ ਮੇਲਾ ਸੰਜੋਗੀ ਰਾਮ ਉਸ ਦਿਨ ਸ਼ਬਦ ਪੜ੍ਹਿਆ ਤਾਂ ਉਹਨਾਂ ਮਹਾਂਪੁਰਖਾਂ ਨੂੰ ਇਹ ਗੰਮੀ ਅਨੁਭਵ ਸੀ ਸਾਧ ਸੰਗਤ ਜੀ ਕਿ ਅਖੀਰਲਾ ਸਮਾਂ ਇਹ ਅਖੀਰਲੀ ਅੱਜ ਦੀ ਕਥਾ ਸਾਡੀ ਕਹਿਣ ਲੱਗੇ ਦੁਬਾਰਾ ਇਹ ਸ਼ਬਦ ਪੜ੍ਹੋ ਦੁਬਾਰਾ 2 ਵਾਰੀ ਕੀਰਤਨ ਕਰਾਇਆ ਫਿਰ ਕਹਿੰਦੇ ਇੱਕ ਸ਼ਬਦ ਹੋਰ ਪੜ੍ਹੋ ਬਹੁਰ ਹਮ ਕਾਹੇ ਆਵੇਂਗੇ ਆਵਨ ਜਾਨਾ ਹੁਕਮ ਤਸੈ ਕਾ ਹੁਕਮੈ ਬੂਢ ਸਮਾਵੇਂਗੇ ਗਿਆਨੀ ਸਿੰਘਾਂ ਨੂੰ ਪਤਾ ਇਹ ਸ਼ਬਦ ਬ੍ਰਹਮ ਗਿਆਨ ਦੀ ਅਵਸਥਾ ਦੇ ਉੱਤੇ ਢੁਕਦਾ ਬਹੁਰ ਹਮ ਕਾਹੇ ਆਵੇਂਗੇ ਬ੍ਰਹਮ ਗਿਆਨੀ ਸੰਸਾਰ ਤੇ ਮੁੜ ਕੇ ਆਉਂਦਾ ਜਾਂਦਾ ਨਹੀਂ ਉਹ ਮੁਕਤ ਹੁੰਦਾ ਇਹ ਸ਼ਬਦ ਦਾ ਵੀ ਕਹਿ ਕੇ ਕੀਰਤਨ ਕਰਵਾਇਆ ਉਹਨਾਂ ਔਰ ਇੱਥੋਂ ਚਾਲਾ ਪਾਇਆ ਲੁਧਿਆਣੇ ਕੋਲੇ ਉਹਨਾਂ ਦਾ ਐਕਸੀਡੈਂਟ ਹੋਇਆ ਔਰ ਸਾਧ ਸੰਗਤ ਜੀ ਐਕਸੀਡੈਂਟ ਵਿੱਚ ਖੱਬੇ ਪਾਸੇ ਦੀਆਂ ਸਾਰੀਆਂ ਪਸਲੀਆਂ ਨੂੰ ਬੜਾ ਹਾਸਤਾ ਗ੍ਰਸਤ ਨੁਕਸਾਨ ਹੋਇਆ ਜਦੋਂ ਹੋਸਪਿਟਲ ਲਿਜਾਇਆ ਗਿਆ ਸੁਰਤ ਆਈ ਡਾਕਟਰਾਂ ਨੇ ਕਿਹਾ ਕਿ ਤੁਹਾਡਾ ਓਪਰੇਸ਼ਨ ਕਰਨਾ ਪਏਗਾ ਮਹਾਂਪੁਰਖਾਂ ਨੇ ਉਸੇ ਵਕਤ ਇਸ਼ਾਰਾ ਕੀਤਾ ਆਪਣੀ ਧੌਣ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਧੌਣ ਗਰਦਨ ਕਟਾਉਣੀ ਮਨਜ਼ੂਰ ਹੈ ਓਪਰੇਸ਼ਨ ਨਹੀਂ ਕਰਾਉਣਾ ਕਿਉਂਕਿ ਓਪਰੇਸ਼ਨ ਕਰਨ ਦੇ ਨਾਲ ਸਾਡੇ ਰੋਮ ਕੱਟੇ ਜਾਣਗੇ ਰੋਮਾਂ ਦੀ ਬੇਅਦਬੀ ਹੋਏਗੀ
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਪੰਕਤੀਆਂ ਦੀਵਾਨਾਂ ਵਿੱਚ ਸੰਗਤ ਤੋਂ ਪੜ੍ਹਾਉਂਦੇ ਸਾਧ ਸੰਗਤ ਜੀ। ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਸਰੀਰਕ ਢਲਿਆਈ ਕਰਕੇ, ਜਲੋਧਰ ਦੇ ਰੋਗ ਕਰਕੇ ਲੁਧਿਆਣੇ ਇਲਾਜ ਕਰਵਾ ਰਹੇ ਸਨ, ਉਦੋਂ ਸੰਤ ਗੁਲਾਬ ਸਿੰਘ ਜੀ ਘੋਲੀਏ ਵਾਲੇ ਸੰਤਾਂ ਦਾ ਦਰਸ਼ਨ ਕਰਨ ਆਏ। ਸੰਤ ਗੁਲਾਬ ਸਿੰਘ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਮਹਾਂਪੁਰਖੋ, ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਹੈ ਨਾ, ਨਿਚੋੜ ਹੈ, ਉਸ ਦਾ ਗਿਆਨ ਅਖੀਰਲੇ ਸਮੇਂ ਵਿੱਚ ਪਤਾ ਲੱਗਦਾ ਕਿ ਇਹਨੇ ਕੀ ਕਮਾਇਆ ਜੀਵਨ ਵਿੱਚ। ਅਖੀਰਲੇ ਸਮੇਂ 'ਤੇ ਕਿਸੇ ਦਾਨੇ ਪੁਰਸ਼ ਨੇ ਬੜੀ ਸੁੰਦਰ ਗੱਲ ਕਹੀ ਹੈ। ਕਹਿੰਦੇ, ਕਿਸੇ ਮਨੁੱਖ ਦਾ ਨਿੱਤ ਦਾ ਜੀਵਨ ਦੇਖਣਾ ਹੋਵੇ ਨਾ, ਤਾਂ ਸੁਬਹਾ ਸੁਬਹਾ ਉਹਦੇ ਜਾ ਕੇ ਮੱਥੇ ਲੱਗੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦਾ ਨਿੱਤ ਦਾ ਜੀਵਨ ਕਿਹੋ ਜਿਹਾ। ਔਰ ਕਹਿੰਦੇ, ਜੇ ਉਹਦੇ ਜੀਵਨ ਦਾ ਸਾਰਾ ਨਿਚੋੜ ਦੇਖਣਾ ਹੋਵੇ, ਫਿਰ ਉਹਦਾ ਅਖੀਰਲਾ ਵਕਤ ਦੇਖੋ ਜਾ ਕੇ ਕਿ ਉਹਦੀ ਹਾਲਤ, ਉਹਦੀ ਅਵਸਥਾ ਕਿਹੋ ਜਿਹੀ ਹੈ। ਸੰਤ ਗੁਲਾਬ ਸਿੰਘ ਜੀ ਨੇ ਐਸਾ ਬਚਨੀ ਮਹਾਂਪੁਰਖਾਂ ਨੂੰ ਕੀਤਾ। ਮਹਾਂਪੁਰਖ ਕਿੰਨੇ ਨਿਮਰਤਾ ਦੇ ਪੁੰਜ ਸਨ। ਕਹਿਣ ਲੱਗੇ, ਬਾਬਾ ਜੀ, ਗੁਰੂ ਸਾਹਿਬ ਕਿਰਪਾ ਕਰਨ, ਪਰਮੇਸ਼ਰ ਕਿਰਪਾ ਕਰੇ ਤਾਂ ਹੀ ਉਹਦੀ ਬਖਸ਼ਿਸ਼ ਰਹਿੰਦੀ ਹੈ। ਡਾਕਟਰ ਦੀਵਾਨ ਸਿੰਘ ਆਇਆ ਉਸ ਸਮੇਂ, ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਪੇਟ ਵਿੱਚ ਵੱਡਾ ਸੂਆ ਖੋਭ ਕੇ ਪਾਣੀ ਕੱਢਿਆ ਜਾਂਦਾ ਸੀ, ਪੇਟ ਪਾਣੀ ਨਾਲ ਭਰ ਜਾਂਦਾ ਸੀ ਜਲੋਧਰ ਦੇ ਰੋਗ ਕਰਕੇ, ਬਾਲਟੀ ਬਾਲਟੀ ਪਾਣੀ ਨਿਕਲ ਜਾਂਦੀ ਸੀ ਕਈ ਵਾਰੀ ਸਰੀਰ ਵਿੱਚੋਂ। ਉਸ ਦਿਨ ਡਾਕਟਰ ਨੂੰ ਕਹਿਣ ਲੱਗੇ, ਡਾਕਟਰ ਸਾਹਿਬ, ਅੱਜ ਥਾਂ ਸੁੰਨ ਨਹੀਂ ਕਰਨਾ, ਉਸੇ ਤਰ੍ਹਾਂ ਹੀ ਟੀਕੇ ਨਾਲ ਪਾਣੀ ਕੱਢੋ। ਪਹਿਲਾ ਟੀਕਾ ਲਾਇਆ, ਪੇਟ ਇੰਨਾ ਸਖਤ ਸੀ ਸਾਧ ਸੰਗਤ ਜੀ, ਟੀਕਾ ਮੁੜ ਗਿਆ। ਫਿਰ ਦੂਸਰਾ ਟੀਕਾ ਲਾ ਕੇ ਪਾਣੀ ਜਦੋਂ ਕੱਢਣ ਲੱਗਿਆ ਨਾ, ਸੰਤ ਮੁਸਕਰਾ ਕੇ ਆਪਣੀ ਮੌਜ ਵਿੱਚ ਬਚਨ ਕਰਦੇ ਰਹੇ। ਕੋਈ ਹਾਏ, ਕੋਈ ਸੀ, ਕੋਈ ਤਕਲੀਫ ਨਹੀਂ ਉਹਨਾਂ ਦੇ ਉੱਤੇ, ਜਿਹੜਾ ਜਿੰਨਾ ਵੀ ਅਸਰ ਹੋਇਆ। ਸੰਤ ਗੁਲਾਬ ਸਿੰਘ ਜੀ ਜਦੋਂ ਪਾਣੀ ਕੱਢਿਆ ਗਿਆ ਨਾ, ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਂਪੁਰਖੋ, ਜਿਹੋ ਜਿਹਾ ਤੁਹਾਡੇ ਬਾਰੇ ਸੁਣਿਆ ਸੀ, ਅੱਜ ਦੇਖ ਲਿਆ ਪ੍ਰਤੱਖ ਸੁਰ ਨੂੰ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਮੈਂ ਸੁਣਿਆ ਸੀ ਕਰਨੀ ਵਾਲਿਆਂ ਤੋਂ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਜੀਵਨ ਮੁਕਤ ਅਵਸਥਾ ਦੇ ਮਾਲਕ ਹੈ, ਪਰ ਅੱਜ ਅੱਖੀਂ ਵੇਖ ਲਿਆ ਕਿ ਜੀਵਨ ਮੁਕਤ ਦੀ ਅਵਸਥਾ ਕਿਹੋ ਜਿਹੀ ਹੁੰਦੀ, ਕਿ ਦੁੱਖ ਸਰੀਰ ਦੇ ਉੱਤੇ ਆਇਆ ਵੀ ਤਾਂ ਵੀ ਤੁਹਾਨੂੰ ਰਤੀ ਜਿੰਨੀ ਪ੍ਰਵਾਹ ਨਹੀਂ, ਔਰ ਇਹ ਟੀਕੇ ਦਾ ਇੰਨਾ ਭਿਆਨਕ ਦੁੱਖ ਹੈ, ਵੱਡੇ ਤੋਂ ਵੱਡਾ ਤਾਕਤਵਰ ਬੰਦਾ ਵੀ ਡਾਡਾ ਮਾਰ ਮਾਰ ਕੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦਾ, ਪਰ ਤੁਸੀਂ ਤਾਂ ਇਸ ਤਰ੍ਹਾਂ ਬਚਨ ਕਰਦੇ ਰਹੇ ਜਿਵੇਂ ਤੁਹਾਡੇ ਪੇਟ ਉੱਤੇ ਕਿਸੇ ਨੇ ਆ ਕੇ ਫੁੱਲ ਰੱਖਿਆ ਹੋਵੇ, ਤੁਹਾਨੂੰ ਜਰਾ ਜਿੰਨੀ ਵੀ ਤਕਲੀਫ ਨਾ ਹੋਈ ਹੋਵੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਵੀ, ਜਦੋਂ ਸਾਧ ਸੰਗਤ ਜੀ ਇਹ ਸਮਾਂ ਆਇਆ, ਕਹਿਣ ਲੱਗੇ, ਰੋਮ ਕਟਾਉਣੇ ਮਨਜ਼ੂਰ ਨਹੀਂ, ਸਿਰ ਕਟਾਉਣਾ ਮਨਜ਼ੂਰ ਹੈ, ਓਪਰੇਸ਼ਨ ਨਹੀਂ ਕਰਾਵਾਂਗਾ। 13 ਦਿਨ ਹੌਸਪੀਟਲ ਵਿੱਚ ਰਹੇ। ਅੱਜ ਦੇ ਦਿਨ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਸੱਚਖੰਡ ਪਿਆਨਾ ਕੀਤਾ। ਉਹਨਾਂ ਮਹਾਂਪੁਰਖਾਂ ਦੀ ਮਿੱਠੀ ਨਿੱਘੀ ਯਾਦ ਵਿੱਚ ਆਪਾਂ ਸਾਰੇ ਬੈਠੇ ਹਾਂ।
ਸਾਧ ਸੰਗਤ ਜੀ ਐਸੇ ਉਹ ਧੰਤਾ ਯੋਗ ਮਹਾਂਪੁਰਖ ਸਨ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਲੱਖਾਂ ਪ੍ਰਾਣੀਆਂ ਦੇ ਨਸ਼ੇ ਛਡਾਏ, ਅਣਗਿਣਤ ਪ੍ਰਾਣੀਆਂ ਦੇ ਉਹਨਾਂ ਨੇ ਸਾਧਤ ਸੂਰਤ ਕੇਸ ਰਖਾਏ, ਦੰਭੀਆਂ ਪਖੰਡੀਆਂ ਦੇ ਧਾਰੀਆਂ ਦੇ ਜਾਲ ਵਿੱਚੋਂ ਸਾਡੀ ਸਿੱਖ ਕੌਮ ਨੂੰ ਕੱਢ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਲੱਖ ਨਕਲੀ ਨਰਕ ਧਾਰੀਆਂ ਦੀ ਐਡੀ ਵੱਡੀ ਪਖੰਡ ਦੀ ਜੋ ਲਹਿਰ ਇੱਥੇ ਫੈਲੀ ਹੋਈ ਸੀ ਨਾ, ਜੇ ਠੱਲ ਪਾਈ ਤਾਂ ਇਕੱਲੀ ਉਹ ਹਸਤੀ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਨਰਕ ਧਾਰੀਆਂ ਦੇ ਊੜ ਦੇ ਪ੍ਰਚਾਰ ਨੂੰ ਠੱਲ ਪਾਈ ਪੰਜਾਬ ਦੀ ਧਰਤੀ 'ਤੇ। ਸਾਧ ਸੰਗਤ ਜੀ ਜਿਹੜਾ ਉਹਨਾਂ ਨੇ ਮੁਖੀ ਬਣਨ ਤੋਂ ਬਾਅਦ 8 ਸਾਲਾਂ ਵਿੱਚ ਸਿੱਖ ਕੌਮ ਦੀ ਸੇਵਾ ਕੀਤੀ ਨਾ, ਇੰਨੀ ਸੇਵਾ 80 ਸਾਲ ਵੀ ਕੋਈ ਸੰਸਥਾ ਨਹੀਂ ਕਰ ਸਕੀ ਜਿਹੜੀ ਇਕੱਲਿਆਂ ਨੇ 8 ਸਾਲਾਂ ਵਿੱਚ ਕੀਤੀ। ਔਰ ਸਿੰਘਾਂ ਨੂੰ ਗੁਰਮੁਖ ਦੀ ਵਿੱਦਿਆ ਪੜ੍ਹਾਈ, ਉਹਨਾਂ ਨੇ ਐਡੇ ਐਡੇ ਵਿਦਵਾਨ ਪੈਦਾ ਕੀਤੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਅੱਜ ਵੀ ਸੇਵਾ ਕਰ ਰਹੇ ਆ ਸਿੰਘ ਸਹਿਬਾਨ। ਤਖਤਾਂ ਦੇ ਜਥੇਦਾਰ ਉਹਨਾਂ ਦੇ ਵਿਦਿਆਰਥੀ, ਐਡੇ ਵੱਡੇ ਮਹਾਨ ਪਰਉਪਕਾਰੀ ਮਹਾਂਪੁਰਖ ਸਨ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਆਓ ਸੰਗਤ ਜੀ, ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਨੇ ਜੋ 12 ਮਹਾਬਾਣੀ ਉਚਾਰਨ ਕੀਤੀ ਹੈ ਮਾਝ ਰਾਗ ਵਿੱਚ, ਜੋ ਸਾਨੂੰ ਪਰਮ ਪਵਿੱਤਰ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਪ ਮਨ ਬਿਰਤੀ ਨੂੰ ਇਕਾਗਰ ਕਰਕੇ ਭਾਦਰੋਂ ਦੇ ਮਹੀਨੇ ਦੁਆਰਾ ਇਹ ਉਪਦੇਸ਼ ਹੈ ਸਤਿਗੁਰੂ ਜੀ ਦਾ, ਆਪ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆ, ਭਾਦਰੋਂ ਦੇ ਦੁਆਰਾ ਉਪਦੇਸ਼ ਦੇ ਰਹੇ ਹੈ। ਭਾਦੋਏ ਦੋਏ ਨਾਮ ਦਵੈਤ ਦਾ ਹੈ, ਜਿਹਨੂੰ ਦਵੈਤ ਭਾ ਗਈ ਹੈ, ਚੰਗੀ ਲੱਗ ਗਈ ਹੈ। ਵੈਸੇ ਵਿਦਵਾਨ ਦਵੈਤ ਦੀ ਵਿਆਖਿਆ ਕੀ ਕਰਦੇ ਆ, ਉਹ ਕਹਿੰਦੇ ਹੈ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਬਿਨਾਂ ਜੋ ਕੁਝ ਵੀ ਪਸਾਰਾ ਇਹ ਸਾਰਾ ਦਵੈਤ ਦਾ ਹੀ ਬੋਧਕ ਹੈ। ਸੌਖਾ ਸਮਝਣ ਲਈ ਆਪਾਂ ਇਸ ਅਰਥ ਨੂੰ ਇਸ ਤਰ੍ਹਾਂ ਵਿਚਾਰਾਂਗੇ ਕਿ ਵਾਹਿਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਜਿਹੜਾ ਦੁਨੀਆ ਦੇ ਪਦਾਰਥ ਚੰਗੇ ਲੱਗ ਰਹੇ ਆ, ਇਹਨਾਂ ਦੇ ਵਿੱਚ ਜਿਹੜਾ ਮਨ ਜਕੜ ਗਿਆ, ਫਸ ਗਿਆ ਨਾ, ਇਹ ਸਾਰੀ ਦਵੈਤ ਹੈ। ਦਵੈਤ ਭਾਵ ਵਿੱਚ ਲੱਗਣ ਕਰਕੇ ਜੀਵ ਭਰਮ ਦੇ ਵਿੱਚ ਭੁੱਲਿਆ ਰਹਿੰਦਾ ਹਮੇਸ਼ਾ ਵਾਸਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਰਾਏ ਬੁਲਾਰ ਨੇ ਬੇਨਤੀ ਕੀਤੀ। ਰਾਏ ਬੁਲਾਰ ਉਹ ਮਹਾਂਪੁਰਖ ਹੈ ਸਾਧ ਸੰਗਤ ਜੀ, ਜਿਹਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਨਾਉਣਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਆਪਾਂ ਨੂੰ ਕੋਈ ਪੁੱਛੇ ਨਾ ਕਿ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਸਭ ਤੋਂ ਪਹਿਲਾਂ ਕਿਹਨੇ ਮਨਾਇਆ ਸੀ, ਉਹ ਰਾਏ ਬੁਲਾਰ ਮੁਸਲਮਾਨ ਸਤਿਗੁਰੂ ਜੀ ਦਾ ਮਰੀਦ ਸੇਵਕ, ਜਿਹਨੇ ਨਨਕਾਣਾ ਸਾਹਿਬ ਦੀ ਸਾਰੀ ਧਰਤੀ ਗੁਰੂ ਸਾਹਿਬ ਦੇ ਨਾਮ ਲਵਾਈ, ਔਰ ਗੁਰੂ ਸਾਹਿਬ ਦੇ ਹੁੰਦਿਆਂ ਹੀ ਸਤਿਗੁਰਾਂ ਦਾ ਅਵਤਾਰ ਮਨਾਉਣਾ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਆਰੰਭ ਕਰ ਦਿੱਤਾ ਸੀ। ਜਦੋਂ ਸਤਿਗੁਰੂ ਜੀ ਦਾ ਪਹਿਲਾ ਅਵਤਾਰ ਦਿਹਾੜਾ ਆਇਆ
ਤਾਂ ਰਾਏ ਬੁਲਾਰ ਨੇ ਉਸ ਸਮੇਂ ਨਨਕਾਣਾ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਮਿੱਠੇ ਚੌਲਾਂ ਦੇ ਜੱਗ ਮਠਿਆਈਆਂ ਪ੍ਰਸ਼ਾਦ ਲੰਗਰ ਬਣਾ ਕੇ ਲੋਕਾਂ ਨੂੰ ਛਕਾਏ ਸਨ ਔਰ ਕਿਹਾ ਸੀ ਅੱਜ ਮੇਰੇ ਮੁਰਸ਼ਿਦ ਦਾ ਪਾਵਨ ਅਵਤਾਰ ਦਿਹਾੜਾ ਹੈ, ਅੱਜ ਮੇਰਾ ਮੁਰਸ਼ਿਦ ਮਾਤ ਲੋਕ ਨੂੰ ਤਾਰਨ ਆਇਆ ਸੀ। ਇਹ ਰਾਏ ਬੁਲਾਰ ਜੀ ਨੇ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਮਨਾਉਣਾ ਸਤਿਗੁਰੂ ਜੀ ਦੇ ਹੁੰਦਿਆਂ ਆਰੰਭ ਕਰ ਦਿੱਤਾ ਸੀ। ਜਦੋਂ ਰਾਏ ਬੁਲਾਰ ਜੀ ਦਾ ਅਖੀਰਲਾ ਸਮਾਂ ਆਇਆ ਤਾਂ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਵੀ ਨੇੜੇ ਸੀ। ਮਹਾਰਾਜ ਉਦਾਸੀਆਂ ਤੇ ਗਏ ਹੋਏ ਸਨ। ਰਾਏ ਬੁਲਾਰ ਨੇ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਗਲ ਵਿੱਚ ਪੱਲਾ ਪਾਇਆ, ਅੱਖਾਂ ਵਿੱਚ ਅਥਰੂ ਹਨ ਤੇ ਅਰਦਾਸ ਕਰਦਾ, ਹੇ ਮੇਰੇ ਮੁਰਸ਼ਦ, ਹੇ ਸੱਚੇ ਪਾਤਸ਼ਾਹ, ਹੇ ਧੰਨ ਬਾਬਾ ਗੁਰੂ ਨਾਨਕ ਸਾਹਿਬ, ਜ਼ਿੰਦਗੀ ਦਾ ਅੱਜ ਅਖੀਰਲਾ ਸਮਾਂ ਨੇੜੇ ਆ ਗਿਆ, ਤੇਰੇ ਅਵਤਾਰ ਦਾ ਦਿਹਾੜਾ ਹੈ, ਸੱਚੇ ਪਾਤਸ਼ਾਹ ਮੈਨੂੰ ਤੂੰ ਦਰਸ਼ਨ ਦੇ ਦੇਵੇਂ, ਮੇਰਾ ਜੀਵਨ ਸਫਲ ਹੋ ਜਾਏਗਾ, ਪਤਾ ਨਹੀਂ ਮੁੜ ਕੇ ਤੇਰੇ ਦਰਸ਼ਨ ਹੋਣ, ਇਹਨਾਂ ਦੀਦਿਆਂ ਨੂੰ ਕਨਾ ਹੋਣ। ਅਜੇ ਅਰਦਾਸ ਕਰਕੇ ਹਟੇ ਆ, ਉਸ ਦਿਨ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਸੀ। ਕੀ ਵੇਖਦੇ ਆ, ਭਾਈ ਬਾਲਾ ਮਰਦਾਨਾ ਨਾਲ ਸਤਿਗੁਰੂ ਜੀ ਸਾਹਮਣੇ ਖੜੇ ਹਨ ਰਾਏ ਜੀ ਦੇ। ਬੜੀ ਉਤਸ਼ਾਹ ਨਾਲ ਸੇਵਾ ਕੀਤੀ। ਸ਼ਾਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਰਾਏ ਬੁਲਾਰ ਨੂੰ ਪੁੱਛਦੇ ਆ, ਰਾਏ ਬੁਲਾਰ ਤੇਰੇ ਮਨ ਦਾ ਫੁਰਨਾ ਕੀ ਹੈ, ਇੱਛਾ ਕੀ ਹੈ? ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਅਗਿਆਨ ਦੂਰ ਕਰਤਾ, ਮੈਨੂੰ ਖੁਦਾ ਦਾ ਮਿਲਾਪ ਕਰਾ ਦੇ। ਮਹਾਰਾਜ ਹੱਸ ਕੇ ਕਹਿੰਦੇ, ਰਾਏ ਜੀ, ਰਾਏ ਜੀ ਕਹਿ ਕੇ ਬੁਲਾਉਂਦੇ ਸਨ ਸੱਚੇ ਪਾਤਸ਼ਾਹ, ਰਾਏ ਜੀ ਤੁਸੀਂ ਅਗਿਆਨ ਨੂੰ ਕੀ ਸਮਝਦੇ ਹੋ? ਕਹਿਣ ਲੱਗੇ, ਮਹਾਰਾਜ ਅਗਿਆਨ ਨੂੰ ਹਨੇਰੇ ਦੀ ਤੁਲਨਾ ਦਿੱਤੀ ਜਾਂਦੀ ਹੈ, ਤਸ਼ਬੀਹ ਦਿੱਤੀ ਜਾਂਦੀ ਹੈ ਕਿ ਅਗਿਆਨ ਹਨੇਰੇ ਵਰਗਾ, ਜਿਵੇਂ ਹਨੇਰੇ ਵਿੱਚ ਕੁਝ ਨਹੀਂ ਦਿਖਾਈ ਦਿੰਦਾ, ਅਗਿਆਨ ਵਿੱਚ ਵੀ ਮਨੁੱਖ ਨੂੰ ਕੋਈ ਸਮਝ ਸੋਝੀ ਨਹੀਂ ਹੁੰਦੀ। ਅਗਿਆਨੀ ਮਨੁੱਖ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ, ਕੀ ਉਹਨੂੰ ਉਹਨੇ ਕਰਨਾ। ਇਸ ਕਰਕੇ ਮਹਾਰਾਜ ਅਗਿਆਨ ਨੂੰ ਹਨੇਰੇ ਨਾਲ ਤੁਲਨਾ ਦਿੱਤੀ ਜਾਂਦੀ ਹੈ, ਪਰ ਮੈਂ ਹਨੇਰੇ ਨਾਲੋਂ ਵੀ ਖਤਰਨਾਕ ਸਮਝਦਾ। ਮਹਾਰਾਜ ਕਹਿੰਦੇ, ਉਹ ਕਿਵੇਂ? ਕਹਿੰਦਾ, ਮਹਾਰਾਜ ਹਨੇਰੇ ਵਿੱਚ ਤਾਂ ਬੰਦੇ ਨੂੰ ਨੇੜੇ ਪਈਆਂ ਵਸਤੂਆਂ ਦਾ ਗਿਆਨ ਹੁੰਦਾ, ਆਪਣੇ ਸਰੀਰ ਦਾ, ਆਪਣੇ ਸੰਬੰਧੀਆਂ ਦਾ, ਆਪਣੇ ਮਿੱਤਰਾਂ ਦੋਸਤਾਂ ਦਾ ਪਤਾ ਹੁੰਦਾ। ਅਗਿਆਨ ਦੇ ਹਨੇਰੇ ਵਿੱਚ ਤਾਂ ਬੰਦਾ ਆਪਣਾ ਆਪਾ ਹੀ ਖੋ ਕੇ ਬੈਠ ਗਿਆ, ਇਹਨੂੰ ਆਪੇ ਦਾ ਹੀ ਗਿਆਨ ਨਹੀਂ ਵੀ ਮੈਂ ਕੌਣ ਹਾਂ, ਕੀ ਹਾਂ, ਮੈਂ ਕਿਹਨੂੰ ਮਿਲਣਾ ਹੈ। ਅਗਿਆਨ ਦਾ ਹਨੇਰਾ ਇੰਨਾ ਅੰਧਕਾਰ ਪਸਰਿਆ ਹੋਇਆ ਹੈ ਹਿਰਦੇ ਵਿੱਚ, ਤੇ ਇਸ ਕਰਕੇ ਮਹਾਰਾਜ ਇਹ ਅਗਿਆਨ ਦਾ ਹਨੇਰਾ ਮੇਰਾ ਦੂਰ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਜੀ ਦੀ ਬੇਨਤੀ ਸੁਣ ਕੇ ਇੰਨੇ ਪ੍ਰਸੰਨ ਹੋਏ, ਗਲਵੱਕੜੀ ਵਿੱਚ ਲਿਆ, ਸਿਰ ਹੱਥਾਂ ਵਿੱਚ ਲੈ ਕੇ ਕਹਿਣ ਲੱਗੇ, ਰਾਏ ਜੀ ਤੁਸੀਂ ਸਾਡੇ ਵਾਸਤੇ ਮਾਤ ਲੋਕ 'ਤੇ ਆ ਕੇ ਜਨਮ ਲਿਆ ਸੀ, ਤੁਹਾਡਾ ਤਾਂ ਗਿਆਨ ਸਦਾ ਲਈ ਮੁੱਕ ਚੁੱਕਾ ਹੈ, ਤੁਸੀਂ ਤਾਂ ਮੁਕਤ ਪੁਰਸ਼ ਹੋ। ਕੰਨਾਂ ਵਿੱਚ ਵਾਹਿਗੁਰੂ 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 ਨਾਮ ਜਪਿਆ ਤੇ ਸਿਰ ਤੇ ਹੱਥ ਰੱਖਿਆ, ਰਾਏ ਬੁਲਾਰ ਨੂੰ ਬ੍ਰਹਮ ਗਿਆਨ ਬਖਸ਼ਤਾ ਮੇਰੇ ਸਤਿਗੁਰੂ ਨੇ। ਦਵੈਤ ਮੇਟ ਦਿੱਤੀ, ਭਰਮ ਮੇਟ ਦਿੱਤਾ ਸੰਗਤ ਜੀ। ਭਰਮ ਦਾ ਅਰਥ ਅਗਿਆਨ ਹੁੰਦਾ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
ਉਹ ਪਰਮ ਗਿਆਨ ਵਿੱਚ ਜੀਵ ਭਾਵ ਦਵੈਤ ਭਾਵ ਵਿੱਚ ਲੱਗਾ ਹੋਇਆ ਭੁੱਲਿਆ ਹੋਇਆ ਸੰਸਾਰ ਵਿੱਚ ਭਟਕਦਾ ਹੈ। ਸੰਸਾਰ ਦੀ ਭਟਕਣਾ ਨੇ ਇਹਨੂੰ ਫਸਾਇਆ ਹੋਇਆ ਔਰ ਜੰਮਣ ਮਰਨ ਦੇ ਗੇੜੇ ਵਿੱਚ ਭੁੱਲ ਕੇ ਪਿਆ ਹੋਇਆ ਭਰਮ ਕਰਕੇ ਦੂਜਾ ਲੱਗਾ ਹੈ ਤੋ ਦੂਜਿਆਂ ਨਾਲ ਪਰਮੇਸ਼ਰ ਨੂੰ ਛੱਡ ਕੇ ਦੂਜੇ ਸੰਸਾਰ ਨਾਲ ਦੂਜੇ ਪਦਾਰਥਾਂ ਨਾਲ ਦੂਜੀਆਂ ਸ਼ਕਤੀਆਂ ਨਾਲ ਬੰਦੇ ਦਾ ਹਿੱਤ ਲੱਗਾ ਹੋਇਆ ਦੂਜੇ ਸੰਬੰਧੀਆਂ ਨਾਲ ਇਸੇ ਕਰਕੇ ਇਹਨੂੰ ਦਵੈਤ ਭਾ ਚੰਗੀ ਲੱਗਦੀ ਹੈ। ਦਵੈਤ ਭਾ ਕਰਕੇ ਭਰਮ ਦੇ ਵਿੱਚ ਅਗਿਆਨ ਵਿੱਚ ਫਸਿਆ ਅਗਿਆਨ ਵਿੱਚ ਫਸ ਕਰਕੇ ਭਟਕ ਗਿਆ ਜੰਮਣ ਮਰਨ ਦੇ ਵਿੱਚ ਪੈ ਗਿਆ। ਇਸ ਕਰਕੇ ਇਹਦਾ ਦੂਜਿਆਂ ਦੇ ਨਾਲ ਹਿੱਤ ਲੱਗਣ ਕਰਕੇ ਲੱਖ ਸਿਗਾਰ ਬਣਾਇਆ। ਜਿਹੜੀ ਇਸਤਰੀ ਨੂੰ ਪਤੀ ਦੀ ਪ੍ਰਸੰਨਤਾ ਨਹੀਂ ਨਾ ਪ੍ਰਾਪਤ ਹੁੰਦੀ ਪਤੀ ਵਰਤਾ ਨੂੰ ਉਹ ਲੱਖਾਂ ਸ਼ਿੰਗਾਰ ਬਣਾ ਲਵੇ ਪਰ ਲੱਖਾਂ ਸ਼ਿੰਗਾਰ ਕੀਤੇ ਉਹਦੇ ਕਿਸੇ ਕੰਮ ਨਹੀਂ ਜੇ ਉਹਦੇ ਤੇ ਪਤੀ ਪ੍ਰਸੰਨ ਨਹੀਂ ਪਤੀ ਦੀ ਖੁਸ਼ੀ ਨਹੀਂ ਉਹਨੇ ਲਈ। ਇਹ ਰੂਪ ਕਲੰਕਾਰ ਹੋਇਆ ਕਰਦੇ ਹੈ। ਲੱਖ ਸ਼ਿੰਗਾਰ ਬਣਾਇਆ ਕਹਿੰਦੇ ਜਿਹਦੇ ਅੰਦਰ ਦਵੈਤ ਹੈ ਨਾ ਉਹ ਲੱਖਾਂ ਸ਼ਿੰਗਾਰ ਸਾਧਨਾ ਦੇ ਵੀ ਟੱਪ ਟੱਪ ਕਰ ਲਵੇ ਪੁੱਠਾ ਵੀ ਲਮਕ ਲਵੇ ਧੂਣੀਆਂ ਵੀ ਤਤਾ ਲਵੇ ਇਹ ਸ਼ਿੰਗਾਰ ਵੀ ਕਰ ਲਵੇ ਇਹੋ ਜੇ ਲੱਖਾਂ ਸ਼ਿੰਗਾਰ ਵੀ ਐਸਾ ਸਾਧਕ ਬਣਾ ਲਵੇ ਆਪਣੇ ਜੀਵਨ ਵਿੱਚ ਕਾਰਜ ਨਾਹੀ ਕੇਤ ਜਿੰਨਾ ਚਿਰ ਦੂਜਿਆਂ ਦਾ ਹਿੱਤ ਨਹੀਂ ਛੱਡਦਾ ਦਵੈਤ ਲੱਗਣੋਂ ਨਹੀਂ ਇਹਨੂੰ ਹਟਦੀ ਮਨ ਵਿੱਚੋਂ ਪਿਆਰੀ ਉਹਨਾਂ ਚਿਰ ਅਗਿਆਨ ਨਹੀਂ ਕੱਟਿਆ ਜਾਏਗਾ ਔਰ ਜਿੰਨਾ ਚਿਰ ਅਗਿਆਨ ਨਹੀਂ ਕੱਟਿਆ ਜਾਂਦਾ ਉਹਨਾਂ ਚਿਰ ਦੇ ਸਾਧਨ ਕੀਤੇ ਕਿਸੇ ਕੰਮ ਨਹੀਂ। ਕੇਤ ਨਾਮ ਹੁੰਦਾ ਕਿਸੇ ਵੀ ਕੰਮ ਨਹੀਂ ਭਾਵ ਕਿਸੇ ਕੰਮ ਆਉਣ ਵਾਲੇ ਨਹੀਂ ਉਹ ਨਿਸਫਲ ਹੈ। ਜਿਵੇਂ ਪਤੀ ਤੋਂ ਪਤੀ ਦੀ ਪ੍ਰਸੰਨਤਾ ਤੋਂ ਸੱਖਣੀ ਜਿਹੜੀ ਇਸਤਰੀ ਹੈ ਉਹ ਲੱਖਾਂ ਸ਼ਿੰਗਾਰ ਉਹਦੇ ਕਿਸ ਕੰਮ ਹੈ ਕਿਸੇ ਕੰਮ ਨਹੀਂ ਜੇ ਪਤੀ ਖੁਸ਼ ਨਹੀਂ ਹੈ ਉਹਦੇ ਉੱਤੇ ਪਤੀ ਦੀ ਪ੍ਰਸੰਨਤਾ ਨਹੀਂ ਲਈ ਉਹਨੇ ਇਸੇ ਤਰ੍ਹਾਂ ਵੀ ਦੂਜੇ ਪਾਸੇ ਸਾਧਕ ਵੀ ਹੈ ਜੇ ਉਹਨੇ ਲੱਖਾਂ ਸ਼ਿੰਗਾਰ ਲੱਖਾਂ ਸਾਧਨ ਵੀ ਕਰ ਲਏ ਨਾ ਤੇ ਜੇ ਮਨ ਵਿੱਚੋਂ ਅਜੇ ਵੀ ਦਵੈਤ ਦੀ ਪਕੜ ਹੈ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਮਨ ਜਕੜਿਆ ਹੋਇਆ ਹੈ ਦੂਜੇ ਪਾਸੇ ਰਿੱਧੀਆਂ ਸਿੱਧੀਆਂ ਵਿੱਚ ਹੀ ਮਨ ਲੱਗਾ ਹੋਇਆ ਹੈ ਫਿਰ ਕਿਸੇ ਕੰਮ ਨਹੀਂ ਇਹ ਕੀਤੇ ਹੋਏ ਸਾਧਨ ਨਿਸਫਲ ਹਨ। ਜਿਤ ਦਿਨ ਦੇਹ ਬਿਨਸ ਸੀ ਦੇਖੋ ਸਾਧ ਸੰਗਤ ਜੀ ਵੱਡੇ ਵੱਡੇ ਸਾਧਕ ਜੋਗੀ ਹੋਏ ਹੈ ਜਿਨ੍ਹਾਂ ਨੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਸਾਰਾ ਜੀਵਨ ਗਾਲ ਦਿੱਤਾ। ਇੱਕ ਵਾਰੀ ਇਲਾਹਾਬਾਦ ਮੈਂ ਬੜਾ ਵੱਡਾ ਤਪਸਵੀ ਵੇਖਿਆ ਜਿਹਨੇ ਆਪਣੀ ਬਾਂਹ ਇੱਕ ਉੱਤੇ ਕਰਕੇ ਸਕਾਈ ਹੋਈ ਸੀ। ਮੈਂ ਪੁੱਛਿਆ ਮਹਾਤਮਾ ਜੀ ਤੁਸੀਂ ਕਿੰਨੇ ਕੁ ਸਮੇਂ ਤੋਂ ਇਹ ਲੰਮੀ ਉੱਤੇ ਬਾਂਹ ਕਰਕੇ ਰੱਖੀ ਹੈ? ਕਹਿੰਦਾ 12 ਸਾਲ ਹੋ ਗਏ 12 ਸਾਲ। ਮੈਂ ਕਿਹਾ ਪੁੱਛਿਆ ਕਿਸ ਵਾਸਤੇ? ਕਹਿਣ ਲੱਗੇ ਮੇਰੇ ਕੋਈ ਮਨ ਦਾ ਪੁਰਨਾ ਮਨੋਰਥ ਹੈ ਇੱਛਾ ਹੈ ਮੈਂ ਸ਼ੰਕਰ ਭਗਵਾਨ ਅੱਗੇ ਨਾ ਇਹ ਪ੍ਰਾਰਥਨਾ ਕੀਤੀ ਹੈ ਵੀ ਜਿੰਨਾ ਚਿਰ ਤੂੰ ਮੇਰੀ ਉਹ ਇੱਛਾ ਨਹੀਂ ਪੂਰੀ ਕਰੇਗਾ ਉਹ ਸ਼ਕਤੀ ਨਹੀਂ ਮੈਨੂੰ ਦਏਗਾ ਨਾ ਉਨਾ ਚਿਰ ਮੈਂ ਆਪਣੀ ਬਾਂਹ ਥੱਲੇ ਨਹੀਂ ਕਰਾਂਗਾ ਭਾਵੇਂ ਸੁੱਕ ਦੀ ਸੁੱਕ ਜਾਏ ਗਲ ਦੀ ਗਲ ਜਾਏ। ਐਡਾ ਵੱਡਾ ਹੱਟ ਇੱਕ ਨਿੱਕੀ ਜੀ ਕਾਮਨਾ ਵਾਸਤੇ ਨਿੱਕੀ ਜੀ ਇੱਛਾ ਦੀ ਪੂਰਤੀ ਵਾਸਤੇ ਕਿੰਨਾ ਵੱਡਾ ਸਰੀਰ ਨੂੰ ਦੁੱਖ ਦਿੱਤਾ ਕਸ਼ਟ ਦਿੱਤਾ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਹੋਏ ਹੈ
ਜਿਹੜੇ ਵਿਵੇਕਾਨੰਦ ਦੇ ਗੁਰੂ ਸਨ। ਜਦੋਂ ਇਹ ਉਦਾਸੀ ਮਹਾਤਮਾ ਕਲਕੱਤੇ ਤੋਤਾਪੁਰੀ ਜੀ ਹੋਏ ਆ, ਸਾਧ ਸੰਗਤ ਜੀ ਚੂੜ ਚੱਕ ਦੇ ਮਹਾਤਮਾ ਸਨ, ਮਹਾਂਪੁਰਖ ਸੰਤ ਤੋਤਾਪੁਰੀ ਜੀ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਬੜਾ ਪ੍ਰਸਿੱਧ ਮਹਾਤਮਾ ਹੋਇਆ ਹਿੰਦੁਸਤਾਨ ਦਾ, ਜਿਹਦੇ ਨਾਂ 'ਤੇ ਬਹੁਤ ਵੱਡਾ ਅੱਜ ਦੁਨੀਆ ਵਿੱਚ ਇੱਕ ਮਿਸ਼ਨ ਚੱਲ ਰਿਹਾ, ਬਹੁਤ ਵੱਡਾ ਮਿਸ਼ਨ ਹੈ। ਔਰ ਇਹ ਤੋਤਾਪੁਰੀ ਜੀ ਦੇ ਪਾਸ ਗਿਆ, ਕਹਿਣ ਲੱਗਾ ਮੈਨੂੰ ਦੁਨੀਆ ਦੀ ਹਰ ਸ਼ਕਤੀ ਰਿੱਧੀ ਸਿੱਧੀ ਦੇ ਰੂਪ ਵਿੱਚ ਅੱਜ ਪ੍ਰਾਪਤ ਹੈ, ਪਰ ਮੇਰਾ ਮਨ ਸ਼ਾਂਤ ਨਹੀਂ। ਤੋਤਾਪੁਰੀ ਜੀ ਹੱਸ ਕੇ ਕਹਿਣ ਲੱਗੇ, ਪਰਮਹੰਸ ਰਾਮ ਕ੍ਰਿਸ਼ਨ ਇੱਕ ਗੱਲ ਦੱਸ, ਤੂੰ ਰਿੱਧੀਆਂ ਸਿੱਧੀਆਂ ਨੂੰ ਕੀ ਸਮਝਦਾ? ਕਹਿਣ ਲੱਗਾ ਜੀ, ਜੋ ਮੇਰੀ ਜ਼ਿੰਦਗੀ ਦੀ ਕਮਾਈ ਹੈ, ਜੋ ਕੁਝ ਮੈਂ ਵੇਖਿਆ ਨਾ, ਮੇਰੇ ਮਨ ਵਿੱਚ ਰਿੱਧੀਆਂ ਸਿੱਧੀਆਂ ਸ਼ਕਤੀਆਂ ਪ੍ਰਤੀ ਇੰਨੀ ਨਫ਼ਰਤ ਹੈ ਕਿ ਮੈਂ ਇਹਨਾਂ ਨੂੰ ਵਿਸ਼ਟਾ ਦੇ ਤੁੱਲ ਸਮਝਦਾ, ਕਿ ਇਹਨਾਂ ਨੂੰ ਪ੍ਰਾਪਤ ਕਰਕੇ ਮਨ ਸ਼ਾਂਤ ਨਹੀਂ ਹੋਇਆ, ਉਲਟਾ ਦੁਨੀਆ ਦੇ ਵਿਕਾਰਾਂ ਦੇ ਵਿੱਚ ਮਨ ਫਸ ਜਾਂਦਾ ਬੰਦੇ ਦਾ। ਇਸ ਕਰਕੇ ਮਹਾਰਾਜ ਮੈਂ ਤਾਂ ਇਹਨਾਂ ਨੂੰ ਇਹੋ ਜਿਹੀ ਦ੍ਰਿਸ਼ਟੀ ਨਾਲ ਵੇਖਦਾ। ਕਹਿਣ ਲੱਗੇ ਫਿਰ ਚਾਹੁੰਦਾ ਕੀ ਹੈ? ਕਹਿੰਦਾ ਮਨ ਨੂੰ ਸ਼ਾਂਤੀ ਦੇ ਦਿਓ, ਮੈਂ ਤੁਹਾਡੇ ਚਰਨਾਂ ਵਿੱਚ ਆ ਗਿਆ, ਮੇਰਾ ਮਨ ਸ਼ਾਂਤ ਨਹੀਂ ਹੈ, ਹਰ ਸ਼ਕਤੀ ਮੈਨੂੰ ਪ੍ਰਾਪਤ ਹੈ, ਬੜਾ ਸਾਧਨ ਜ਼ਿੰਦਗੀ ਵਿੱਚ ਕੀਤਾ, ਕਾਲੀ ਦੇਵੀ ਮੈਨੂੰ ਪ੍ਰਤੱਖ ਹੈ, ਜਦੋਂ ਮੈਂ ਫੁਰਨਾ ਕਰਾਂ ਉਦੋਂ ਮੇਰੇ ਸਾਹਮਣੇ ਹੋ ਜਾਂਦੀ ਹੈ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਪਹਿਲਾਂ ਉਹਦਾ ਧਿਆਨ ਛੱਡ, ਉਹ ਧਿਆਨ ਨਾ ਲੱਗੇ ਨਾਮ ਵਿੱਚ। ਉਹਨਾਂ ਨੇ ਮੱਥੇ ਦੇ ਉੱਤੇ ਸਾਧ ਸੰਗਤ ਜੀ ਅੰਗੂਠਾ ਰੱਖ ਕੇ ਵਾਹਿਗੁਰੂ ਨਾਮ ਦਾ ਜਾਪ ਜਪਾਇਆ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਇਕਦਮ ਸਮਾਧੀ ਲੱਗ ਗਈ। 3 ਘੰਟਿਆਂ ਬਾਅਦ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜਦੋਂ ਸਮਾਧੀ ਤੋਂ ਉੱਠਿਆ ਨਾ, ਲੰਮਾ ਪੈ ਗਿਆ। ਕਹਿਣ ਲੱਗਾ 50-60 ਸਾਲ ਦੀ ਤਪੱਸਿਆ, ਮੈਨੂੰ ਤਾਂ ਅੱਜ ਪਹਿਲੀ ਵਾਰ ਸ਼ਾਂਤੀ ਆਈ ਹੈ, ਮੈਂ ਤਾਂ ਭੁੱਲਿਆ ਹੀ ਰਿਹਾ। ਸੰਤ ਤੋਤਾਪੁਰੀ ਜੀ ਕਹਿਣ ਲੱਗੇ, ਰਾਮ ਕ੍ਰਿਸ਼ਨ ਪਰਮਹੰਸ, ਮੈਂ 40 ਸਾਲ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ, 40 ਸਾਲ ਤਾਂ ਮੇਰੇ 'ਤੇ ਕਿਰਪਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਅਤੇ ਤੂੰ 3 ਘੰਟਿਆਂ ਵਿੱਚ ਹੀ ਮੇਰੇ ਕੋਲੋਂ ਇਹ ਦਾਤ ਪ੍ਰਾਪਤ ਕਰ ਲਈ ਹੈ, ਇਹ ਵਾਹਿਗੁਰੂ ਮੰਤਰ ਤੋਂ ਬਿਨਾਂ ਤੇਰੇ 'ਤੇ ਕਿਰਪਾ ਨਹੀਂ ਹੋਣੀ। ਤੂੰ ਚਾਹੁੰਦਾ ਪਰਮੇਸ਼ਰ ਦਾ ਮਿਲਾਪ, ਵਾਹਿਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ, ਅਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰ। ਸਾਧ ਸੰਗਤ ਜੀ, ਉਹਨਾਂ ਦੇ ਜੀਵਨ ਵਿੱਚ ਇਹ ਗਾਥਾ ਆਉਂਦੀ ਹੈ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਸੰਤਾਂ ਕੋਲੋਂ ਵਾਹਿਗੁਰੂ ਮੰਤਰ ਦੀ ਦਾਤ ਪ੍ਰਾਪਤ ਕਰਕੇ ਜਦੋਂ ਕਲਕੱਤੇ ਜਾ ਕੇ ਨਾ ਇਕਾਂਤ ਵਿੱਚ ਬੈਠਾ ਨਾ, 3 ਦਿਨ ਲਗਾਤਾਰ ਉਹਦੀ ਵਾਹਿਗੁਰੂ ਮੰਤਰ ਵਿੱਚ ਸਮਾਧੀ ਲੱਗੀ ਰਹੀ, ਸਮਾਧੀ। 3 ਦਿਨਾਂ ਬਾਅਦ ਉੱਠ ਕੇ ਆਇਆ, 3 ਰਾਤਾਂ 3 ਦਿਨਾਂ ਬਾਅਦ ਚਿਹਰੇ 'ਤੇ ਨੁਰਾਲਾ ਨੂਰ ਹੈ, ਰੋਮ ਰੋਮ ਵਿੱਚ ਸ਼ਾਂਤੀ ਟਪਕ ਰਹੀ ਹੈ,
ਔਰ ਸੰਤਾਂ ਨੂੰ ਲੰਮਾ ਪੈ ਕੇ ਡੰਡੌਤ ਕੀਤੀ। ਸੰਤ ਹੱਸ ਕੇ ਕਹਿਣ ਲੱਗੇ, ਜਿਹੜੀ ਵਸਤੂ ਮੈਂ 40 ਸਾਲਾਂ ਬਾਅਦ ਪ੍ਰਾਪਤ ਕੀਤੀ ਸੀ, ਤੂੰ ਇੰਨਾ ਭਾਗਾਂ ਵਾਲਾ, ਤੂੰ ਤਿੰਨਾਂ ਦਿਨਾਂ ਵਿੱਚ ਪ੍ਰਾਪਤ ਕਰ ਗਿਆ। ਵਾਹਿਗੁਰੂ ਦਾ ਨਾਮ ਜਪ, ਵਾਹਿਗੁਰੂ ਨਾਮ ਜਪ। ਵਿਵੇਕਾਨੰਦ ਨੂੰ ਵੀ ਉਹਨਾਂ ਨੇ ਵਾਹਿਗੁਰੂ ਮੰਤਰੀ ਦਿੱਤਾ ਸੀ। ਕਹਿਣ ਲੱਗੇ, ਵਿਵੇਕਾਨੰਦ, ਜੇ ਅਸਲੀ ਜੀਵਨ ਵਿੱਚ ਕੁਝ ਪ੍ਰਾਪਤੀ ਕਰਨੀ ਹੈ ਨਾ, ਤੂੰ ਮੇਰਾ ਪਿਆਰਾ ਸ਼ਿਸ਼ ਹੈ। ਮਾਂ ਬਾਪ ਵੀ ਇੰਨਾ ਪਿਆਰ ਨਹੀਂ ਕਰਦੇ ਜਿੰਨੇ ਪਿਆਰ ਨਾਲ ਸਵਾਮੀ ਵਿਵੇਕਾਨੰਦ ਨੂੰ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਨੇ ਪਿਆਰ ਦਿੱਤਾ ਸੀ। ਤੇ ਅਖੀਰ ਉਹਨਾਂ ਨੇ ਕਿਹਾ ਸੀ, ਵਿਵੇਕਾਨੰਦ, ਜੇ ਮੁਕਤੀ ਪ੍ਰਾਪਤ ਕਰਨੀ ਹੈ ਨਾ, ਤਾਂ ਗੁਰੂ ਨਾਨਕ ਸਾਹਿਬ ਦਾ ਮੰਤਰ ਵਾਹਿਗੁਰੂ ਮੰਤਰ ਕਮਾ ਲਈ, ਤੈਨੂੰ ਮੁਕਤੀ ਪ੍ਰਾਪਤ ਹੋ ਜਾਏ। ਸਾਰੇ ਗੱਡ ਕੇ ਆਖੋ, ਭਾਈ ਵਾਹਿਗੁਰੂ। ਇਹ ਸਤਿਗੁਰਾਂ ਨੇ ਜਿਹੜਾ ਆਪਾਂ ਨੂੰ ਨਾਮ ਦਿੱਤਾ ਨਾ, ਇਹਦੀ ਆਪਾਂ ਨੂੰ ਕਦਰ ਨਹੀਂ ਹੈ ਥੋੜ੍ਹੀ ਜਿੰਨੀ ਵੀ। ਦੂਜੇ ਧਰਮਾਂ ਦੇ ਲੋਕਾਂ ਨੂੰ ਪੁੱਛ ਕੇ ਦੇਖੋ, ਉਹਨਾਂ 'ਤੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਹੋਈਆਂ, ਕਿੱਡੀਆਂ ਵੱਡੀਆਂ ਰਹਿਮਤਾਂ ਹੋਈਆਂ, ਕੀ ਕੁਝ ਇਸ ਨਾਮ ਵਿੱਚੋਂ ਉਹਨਾਂ ਲੋਕਾਂ ਨੇ ਪ੍ਰਾਪਤ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਗਦਾਦ ਵਿੱਚ ਜਦੋਂ ਜਾਂਦੇ ਹੈ, ਉਹ ਸਾਰਾ ਕੌਤਕ ਵਰਤਾਉਂਦੇ ਆ। ਇਤਿਹਾਸ ਲੰਮਾ ਨਹੀਂ ਕਰਨ ਦਾ ਸਮਾਂ ਆਗਿਆ ਦਿੰਦਾ, ਤਾਂ ਜਿਹੜਾ ਮਰੀਦ ਸਤਿਗੁਰੂ ਜੀ ਨੂੰ ਮਿਲਿਆ ਨਾ, ਉਹਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਨਾਮ ਦਿਓ। ਮਹਾਰਾਜ ਜੀ ਨੇ ਵਾਹਿਗੁਰੂ ਨਾਮ ਦਿੱਤਾ। ਉਸ ਉੱਥੇ ਅੱਜ ਵੀ ਖੁਤਬਿਆ ਹੋਇਆ, ਲਿਖਿਆ ਹੋਇਆ, ਜਿਸ ਅਸਥਾਨ 'ਤੇ ਗੁਰੂ ਸਾਹਿਬ ਨੇ ਚਰਨ ਪਾਏ ਸਨ, 60 ਸਾਲ ਲਗਾਤਾਰ ਉਹ ਮਰੀਦ ਉੱਥੇ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਰਿਹਾ 60 ਸਾਲ। ਅੱਖਰ ਕੀ ਲਿਖੇ ਹੋਏ ਹੈ? ਕਹਿੰਦੇ, ਮਖਦੂਮ, ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਉੱਤੇ ਇਸ ਤਰ੍ਹਾਂ ਜੁੜਿਆ ਰਿਹਾ, ਇਸ ਤਰ੍ਹਾਂ ਜੁੜਿਆ ਰਿਹਾ, 60 ਸਾਲ ਲਗਾਤਾਰ ਉਹ ਵਾਹਿਗੁਰੂ ਮੰਤਰ ਵਿੱਚ ਉਸ ਦੀ ਆਤਮਾ ਲੀਨ ਰਹੀ। ਜਿਵੇਂ ਮੱਖੀਆਂ ਦੇ ਛੱਤੇ ਉੱਤੇ ਮੱਖੀ ਜੁੜੀ ਬੈਠੀ ਹੁੰਦੀ ਹੈ, ਇਸ ਤਰ੍ਹਾਂ ਉਹ 60 ਸਾਲ ਵਾਹਿਗੁਰੂ ਮੰਤਰ ਦੇ ਰਸ ਵਿੱਚ ਉਹਦੀ ਆਤਮਾ ਭਿੱਜੀ ਰਹੀ। ਸਤਿ ਸੰਗਤ ਜੀ, ਐਸਾ ਨਾਮ, ਇਹ ਜਿਹੜੀ ਦਵੈਤ ਭਾਵਨਾ ਅੰਦਰ ਲੱਗਦੀ ਹੈ, ਇਹਨੂੰ ਵਾਹਿਗੁਰੂ ਨਾਮ ਦੂਰ ਕਰ ਸਕਦਾ ਜਾਂ ਮੂਲ ਮੰਤਰ ਦੂਰ ਕਰ ਸਕਦਾ? ਇਹ ਭਰਮ ਵੀ, ਅਗਿਆਨ ਵੀ, ਵਾਹਿਗੁਰੂ ਨਾਮ ਮੂਲ ਮੰਤਰ ਨੇ ਦੂਰ ਕਰਨਾ, ਗੁਰਬਾਣੀ ਨੇ ਦੂਰ ਕਰਨਾ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਗੁਰਬਾਣੀ ਅਗਿਆਨ ਨਿਵਿਰਤੀ ਵਾਸਤੇ ਸਤਿਗੁਰੂ ਨੇ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਆ। ਕਿਉਂ ਜਿਹੜਾ ਐਸਾ ਬੀਤ ਰਾਗ ਹੁੰਦਾ, ਉਹ ਤਾਂ ਇਹਨਾਂ ਲੱਖਾਂ ਸ਼ਿੰਗਾਰ, ਜਿਹੜੇ ਲੱਖਾਂ ਹੀ ਰਿੱਧੀਆਂ ਸਿੱਧੀਆਂ ਦੇ ਸ਼ਿੰਗਾਰ ਹੈ ਨਾ, ਉਹਨਾਂ ਨੂੰ ਇਹ ਸਮਝਦਾ ਕਿਸੇ ਕੰਮ ਨਹੀਂ, ਇਹ ਵਿਸ਼ਟਾ ਦੀ ਨਿਆਈ ਹੈ। ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾ, ਬ੍ਰਹਮ ਲੋਕ ਤੱਕ ਦੇ ਪਦਾਰਥਾਂ ਨੂੰ ਵੀ ਉਹ ਕਾਂ ਦੀ ਬਿੱਠ ਵਰਗਾ ਸਮਝਦਾ। ਇਸ ਕਰਕੇ ਭਾਈ, ਐਸਾ ਜਿਹੜਾ ਵੈਰਾਗਵਾਨ ਹੁੰਦਾ, ਦਵੈਤ ਤੋਂ ਪਰੇ ਚਲਿਆ ਜਾਂਦਾ ਹੈ। ਜਿਤ ਦਿਨ ਦੇਹ ਬਿਨਸ ਸੀ, ਜਿਤ ਦਿਨ ਦੇਹ ਸਰੀਰ ਬਿਨਸ ਗਿਆ, ਨਾਸ ਹੋ ਗਿਆ, ਮੁੱਕ ਗਈ ਦੇਹ, ਤਿਤ ਵੇਲਾ ਕਹਿਸਨ ਪ੍ਰੇਤ, ਜਿਹੜੇ ਦਵੈਤ ਪਾਸ ਸੰਸਾਰ ਵਿੱਚ ਜਕੜਿਆ ਬੈਠਾ, ਪਦਾਰਥਾਂ ਨਾਲ ਮੋਹ ਕਰਦਾ ਨਾ, ਇਹ ਸੰਸਾਰ ਦੇ ਸੰਬੰਧੀਆਂ ਨੇ, ਦੇਖੋ ਇਹ ਵੈਰਾਗ ਜਨਕ ਉਪਦੇਸ਼ ਹੈ। ਪੁੱਤਰਾਂ, ਧੀਆਂ, ਸੰਬੰਧੀਆਂ ਦਾ, ਸਾਰਿਆਂ ਦਾ
ਸਾਧ ਸੰਗਤ ਜੀ ਮੇਲ ਮਿਲਾਪ ਇਸ ਵਾਸਤੇ ਹੈ ਕਿ ਆਪਾਂ ਆਪਣੇ ਫਰਜ਼ ਪੂਰੇ ਕਰਨੇ ਆ, ਬਸ ਇਹ ਖਿਆਲ ਰੱਖੋ ਹਰ ਇੱਕ ਮਨ ਵਿੱਚ ਕਿ ਜਿਹੜੇ ਪੁੱਤਰ ਧੀ ਮਿਲੇ ਆ, ਭੈਣ ਭਰਾ ਮਿਲੇ ਆ, ਸੰਸਾਰ ਦੇ ਸੰਬੰਧੀ ਮਿਲੇ ਆ ਨਾ, ਇਹਨਾਂ ਦੀ ਮਦਦ ਕਰੋ, ਸਹਾਇਤਾ ਕਰੋ, ਯੋਗਤਾ ਦੇ ਨਾਲ ਇਹਨਾਂ ਦੀ ਪਾਲਣਾ ਕਰੋ, ਇਹ ਫਰਜ਼ ਪੂਰਾ ਕਰਨਾ। ਪਰ ਇਹਨਾਂ ਵਿੱਚ ਆਪਣਾ ਮਨ ਇੱਥੇ ਤੱਕ ਨਹੀਂ ਲਾ ਦੇਣਾ ਕਿ ਸਭ ਕੁਝ ਇਹਨਾਂ ਵਿੱਚ ਹੀ ਗਵਾ ਦੇ। ਫਰਜ਼ ਪੂਰੇ ਕਰਦੇ ਜਾਓ, ਨਾਲ ਨਾਲ ਆਪਣਾ ਅਸਲੀ ਜਿਹੜਾ ਫਰਜ਼ ਹੈ, ਸਤ ਸੰਗਤ ਕਰਨੀ, ਬਾਣੀ ਪਾਣੀ, ਨਾਮ ਜਪਣਾ, ਸੇਵਾ ਕਰਨੀ, ਇਹ ਕਦੇ ਵੀ ਨਾ ਸਾਡਾ ਛੁੱਟੇ। ਗ੍ਰਸਤ ਵਿੱਚ ਰਹਿ ਕੇ ਥੋੜ੍ਹਾ ਥੋੜ੍ਹਾ ਸਮਾਂ ਇਸ ਪਾਸੇ ਜ਼ਰੂਰ ਦਈਏ ਤਾਂ ਕਿ ਸਾਡੀ ਦਵੈਤ ਭਾਅ ਦੂਰ ਹੋ ਜਾਏ ਮਨ ਵਿੱਚ, ਹਿਰਦੇ ਦੇ ਵਿੱਚ। ਨਹੀਂ ਤਾਂ ਜੇ ਕਹਿੰਦੇ ਮਹਾਰਾਜ ਕਹਿੰਦੇ ਇਹਨਾਂ ਵਿੱਚ ਹੀ ਲੱਗ ਕੇ ਸਭ ਕੁਝ ਗੁਡਾਰਤਾ ਮੋਲਕ ਮਨੁੱਖਾਂ ਦੇ ਭੰਗ ਦੇ ਪਹਾੜੇ ਗਵਾ ਲਈ, ਤਾਂ ਇਹਨਾਂ ਨੇ ਕਹਿਣਾ ਕਿ ਮਰ ਗਿਆ, ਪ੍ਰੇਤ ਬਣ ਗਿਆ, ਇਹ ਪ੍ਰੇਤ ਹੈ, ਇਹ ਪ੍ਰੇਤ ਹੈ। ਪ੍ਰੇਤ ਪ੍ਰੇਤ ਕਹਿ ਕੇ ਸਾਰੇ ਭੱਜ ਜਾਂਦੇ ਆ, ਨੇੜੇ ਨਹੀਂ ਕੋਈ ਆਉਂਦਾ। ਜਿਤ ਦਿਨ ਦੇਹੇ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਪ੍ਰੇਤ ਕਹਿਣਗੇ, ਸਾਰੇ ਪ੍ਰੇਤ ਕਹਿ ਕੇ ਬੁਲਾਉਣਗੇ, ਔਰ ਡਰਦੇ ਵੀ ਆ, ਨੇੜੇ ਨਹੀਂ ਕੋਈ ਲੱਗਦਾ। ਬਾਹਰ ਲੈ ਆ ਕੇ ਸਾਰੀ ਕਿਰਿਆ ਕਰਵਾ ਦਿੰਦੇ ਆ, ਘਰ ਦੇ ਦੂਰ ਹੀ ਡਰੇ ਬੈਠੇ ਰਹਿੰਦੇ ਆ, ਉਸੇ ਦੇਹ ਨਾਲ ਜਿਹਦੇ ਨਾਲ ਉਹ ਖਹਿਣਾ ਨਹੀਂ ਛੱਡਦੇ ਸਨ, ਇੰਨੀ ਮੁਹੱਬਤ ਸੀ ਜਿਹਦੇ ਨਾਲ। ਦਸਮ ਪਾਤਸ਼ਾਹ ਜੀ ਨੇ ਕਿਹਾ, ਤਉ ਤਨ ਤਿਆਗਤ ਹੀ ਸੁਣ ਰਹੇ ਜਣ, ਪ੍ਰੇਤ ਬਖਾਣ ਤਿਰਿਆ ਭੱਜ ਜੈ ਹੈ, ਭਾਉਣ ਭੰਡਾਰ ਧਰਾ ਗੜ ਜੇਤ ਜਾ ਛਾੜਤ ਪ੍ਰਾਣ ਬਿਗਾਨ ਕਹਿ ਹੈ, ਸਾਜਨ ਮਿੱਤਰ ਸੁਮਿੱਤਰ ਸਖਾ ਏ ਬੇਗ ਨਕਾਰੋ ਆਇਸ ਦੈ ਹੈ, ਚੇਤ ਰੇ ਚੇਤ ਅਚੇਤ ਮਹਾਂਪਸ ਅੰਤ ਕੀ ਬਾਰ ਅਕੇਲੋ ਹੀ ਜੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਐਸਾ ਵੈਰਾਗਮਈ ਉਪਦੇਸ਼ ਮਹਾਰਾਜ ਦੇ ਰਹੇ ਹਨ। ਪਕੜ ਚਲਾਏ ਦੂਤ ਜਮ, ਇਹ ਨਾਮ ਨੀ ਜਪਿਆ, ਸੇਵਾ ਨੀ ਕੀਤੀ, ਪਰ ਉਪਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਤਰ੍ਹਾਂ ਨਹੀਂ ਕੀਤਾ। ਫਿਰ ਜਿਹੜੇ ਜਮ ਧਰਮ ਰਾਜ ਆ ਉਹਦੇ ਦੂਤ ਜਿਹੜੇ ਅੱਗੇ ਸੇਵਕ ਹੈ ਨਾ ਜਮ, ਉਹ ਪਕੜ ਕੇ ਐਨ ਚੰਗੀ ਤਰ੍ਹਾਂ ਨੱਥ ਕੇ ਬੰਨ ਕੇ ਲੈ ਜਾਣਗੇ ਪ੍ਰਲੋਕ ਨੂੰ। ਕਿਸੇ ਨਾ ਦੇਣੀ ਭੇਤ, ਉਹਨਾਂ ਨੇ ਭੇਤ ਖਬਰ ਵੀ ਨਹੀਂ ਕਿਸੇ ਨੂੰ ਲੱਗਣ ਦੇਣੀ, ਨਾ ਹੀ ਦੇਣੀ ਹੈ। ਮਰਨ ਦਾ ਭੇਤ ਅੱਜ ਤੱਕ ਕਿਸੇ ਨੂੰ ਮਿਲਿਆ? ਕੋਈ ਪੂਰਨ ਮਹਾਂਪੁਰਖ ਹੋਏਗਾ ਲੱਖਾਂ ਕਰੋੜਾਂ ਵਿੱਚੋਂ ਇੱਕ, ਜਿਹੜਾ ਸਰੀਰ ਨੂੰ ਸੱਪ ਦੀ ਕੁੰਜ ਵਾਂਗੂ ਤਿਆਗ ਦਿੰਦਾ, ਦੱਸ ਕੇ ਵੀ ਤਿਆਗ ਦਿੰਦਾ, ਨਹੀਂ ਤਾਂ 99% ਕੋਈ ਭੇਤ ਨਹੀਂ ਲੱਗਦਾ। ਵੇਖਦਿਆਂ ਵੇਖਦਿਆਂ ਲੈ ਜਾਂਦੇ ਅਗਲੇ, ਪਕੜ ਕੇ ਕੋਈ ਕਰ ਸਕਦਾ, ਛਡਾ ਸਕਦਾ? ਨਹੀਂ ਛਡਾ ਸਕਦਾ, ਕੋਈ ਵਸ ਨਹੀਂ ਚੱਲਦਾ। ਕਿਉਂ ਮਹਾਰਾਜ ਕਹਿੰਦੇ ਪਕੜ ਕੇ ਐਨ ਚੰਗੀ ਤਰ੍ਹਾਂ ਬੰਨ ਕੇ ਲੈ ਜਾਣਗੇ, ਕਿਸੇ ਨੂੰ ਕੋਈ ਭੇਤ ਖਬਰ ਨਹੀਂ ਲੱਗਣ ਦੇਣਗੇ, ਜਿਹੜੇ ਜਾਮੇ ਨਾ ਹੀ ਮਿਲੇਗੀ ਖਬਰ ਕੋਈ। ਛੱਡ ਖੜੋ ਤੇ ਖਿਨੈ ਮਾਹੇ, ਇੱਕ ਖਿਨ ਵਿੱਚ ਸਾਰੇ ਛੱਡ ਕੇ ਪਾਸੇ ਖੜ ਜਾਂਦੇ ਆ ਵੀ ਹੁਣ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਰਹਿ ਗਿਆ, ਸਾਰੇ ਲਾਂਭੇ ਹੋ ਜਾਂਦੇ ਆ, ਦੂਰ ਹੋ ਜਾਂਦੇ ਆ। ਜਿਨ ਸਿਉ ਲੱਗਾ ਹੈ, ਜਿਹਨਾਂ ਨਾਲ ਬਹੁਤਾ ਹੀ ਹਿੱਤ ਪਿਆਰ ਪਾਇਆ ਹੋਇਆ ਸੀ, ਮੋਹ ਲਾਇਆ ਹੋਇਆ ਸੀ ਮਨ ਕਰਕੇ, ਹੱਥ ਮਰੋੜਾ ਤਨ ਕਪੇ। ਤਿੰਨ ਅਰਥ ਹੈ ਇਸ ਪੰਕਤੀ ਦੇ, ਹੱਥ ਮਰੋੜਾ ਤਨ ਕਪੇ। ਜਦੋਂ ਜਵਾਨੀ ਸੀ ਉਦੋਂ ਹੱਥ ਮਰੋੜ ਮਰੋੜ ਕੇ ਦਿਖਾਉਂਦਾ ਸੀ, ਅੰਗ ਮੋੜ ਮੋੜ ਕੇ ਦਿਖਾਉਂਦਾ ਸੀ,
ਜਵਾਨੀ ਦੇ ਜੋਸ਼ ਵਿੱਚ ਇੰਨਾ ਜੋਸ਼ ਸੀ, ਇੰਨੀ ਸ਼ਕਤੀ ਸੀ ਜਵਾਨੀ ਦੀ, ਸਰੀਰ ਕੰਬਣ ਲੱਗ ਜਾਂਦਾ ਸੀ। ਔਰ ਜਦੋਂ ਬੁਢਾਪਾ ਆ ਜਾਂਦਾ ਫਿਰ ਉਹਨਾਂ ਹੱਥਾਂ ਨੂੰ ਮਰੋੜਦਾ, ਉਹ ਪੂਰਾ ਕੰਮ ਨਹੀਂ ਦਿੰਦੇ ਤੇ ਸਰੀਰ ਕੰਬਦਾ, ਚਰਨ ਰਹੇ ਕਰ ਕੰਪਣ ਲਾਂਗੇ ਮੁੱਖੋਂ ਨਾ ਨਿਕਸੇ ਬਾਤਾਂ, ਕਿਉਂ ਸਰੀਰ ਕੰਬਣ ਲੱਗ ਜਾਂਦਾ। ਤੀਜਾ ਹੱਥ ਮਰੋੜੇ ਤਨ ਕਪੇ, ਜਦੋਂ ਸਾਧ ਸੰਗਤ ਜੀ ਅੰਤ ਦਾ ਸਮਾਂ ਆਉਂਦਾ ਹੱਥ ਮਰੋੜਦਾ, ਜਿਹੜਾ ਲਾਲ ਸੁਰਖ ਰੰਗ ਹੈ ਨਾ ਉਹ ਸਾਧ ਸੰਗਤ ਜੀ ਚਿੱਟਾ ਪੈ ਜਾਂਦਾ। ਹੱਥ ਮਰੋੜੇ ਤਨ ਕਪੇ, ਹੱਥਾਂ ਨੂੰ ਮਰੋੜਦਾ ਜਾਨ ਨਹੀਂ ਨਿਕਲਦੀ, ਜਿੰਦਨ ਮਾਣੀ ਕੱਢੀਆਂ ਹੱਡਾਂ ਕੂਕੜਕਾਏ। ਔਰ ਤਨ ਕੰਬਦਾ ਹੈ ਉਸ ਸਮੇਂ ਥਰ ਥਰ ਕਰਕੇ ਜਦੋਂ ਮੌਤ ਆਉਂਦੀ ਹੈ। ਜਿਹੜਾ ਚਿੱਟਾ ਰੰਗ ਸੀ ਨਾ ਦੁੱਧ ਵਰਗਾ, ਉਹ ਸੇਤ ਸਿਆਹ ਵਰਗਾ, ਸੇਤ ਨਾਮ ਚਿੱਟੇ ਦਾ, ਜਿਹੜਾ ਚਿੱਟਾ ਦੁੱਧ ਵਰਗਾ ਰੰਗ ਸੀ ਨਾ ਉਹ ਕਾਲਾ ਸਿਆਹ ਹੋ ਜਾਂਦਾ। ਜਦੋਂ ਜਮ ਕੱਢ ਲੈਂਦੇ ਆ, ਜਾਂ ਇਉਂ ਵੀ ਕਹਿ ਲਓ ਤਨ ਸੂਖਮ ਸਰੀਰ ਨੂੰ ਅੰਦਰੋਂ ਜਮ ਕੱਟਦੇ ਆ ਨਾ, ਜਦੋਂ ਉਦੋਂ ਹੱਥਾਂ ਨੂੰ ਮਰੋੜਦਾ ਤੇ ਜਿਹੜਾ ਸੇਤ ਉੱਜਲ ਰੰਗ ਸੀ ਉਹ ਕਾਲਾ ਸ਼ਾਹ ਬਣ ਜਾਂਦਾ ਹੈ। ਜਿਹਾ ਬੀਜਾ ਸੋ ਲੁਣਾ, ਅਗਲਾ ਪਿੰਡਾ ਸ਼ੁਰੂ ਹੋ ਗਿਆ। ਕਹਿੰਦੇ ਅੱਗੇ ਕੀ ਹੈ, ਇੱਥੋਂ ਲਿਜਾ ਕੇ ਅੱਗੇ ਕੀ ਮਿਲਦਾ, ਜੋ ਬੀਜ ਬੀਜਿਆ ਸੀ ਨਾ ਮਾੜੇ ਚੰਗੇ ਕਰਮਾਂ ਦਾ ਉਹਦਾ ਫਲ ਫਿਰ ਭੋਗਦਾ ਲੈਂਦਾ ਕੱਟਦਾ ਹੈ, ਕਿਉਂਕਿ ਜਿਹੋ ਜਿਹੇ ਕਰਮ ਕੀਤੇ ਉਹਦਾ ਫਲ ਭੋਗਣਾ ਪਵੇਗਾ ਪਰਲੋਕ ਵਿੱਚ। ਕਰਮਾਂ ਸੰਦੜਾ ਖੇਤ, ਸਰੀਰ ਰੂਪ ਖੇਤ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਪਾਇਆ ਸੀ ਨਾ ਉਹਦਾ ਫਲ ਫਿਰ ਅੱਗੇ ਪਰਲੋਕ ਵਿੱਚ ਭੋਗਣਾ ਪਵੇਗਾ, ਚੰਗੇ ਕਰਮਾਂ ਦਾ ਚੰਗਾ ਫਲ ਮਿਲ ਜਾਏਗਾ, ਆਤਮਾ ਸੁਖੀ ਹੋ ਜਾਏਗੀ, ਤੇ ਮਾੜੇ ਕਰਮਾਂ ਦਾ ਫਲ ਹੈ ਫਿਰ ਸਾਧ ਸੰਗਤ ਜੀ ਨਰਕਾਂ ਦੇ ਵਿੱਚ ਪੈਣਾ ਪਵੇਗਾ, ਜਮ ਵੀ ਮਰੋੜਨਗੇ ਚੰਗੀ ਤਰ੍ਹਾਂ ਧੋਣ ਤੋਂ। ਇਸ ਕਰਕੇ ਉਹ ਫਲ ਭੋਗਦਾ ਹੈ। ਨਾਨਕ ਪ੍ਰਭ ਸਰਣਾਗਤੀ, ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਜੀਵ ਤੂੰ ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ ਕਰ, ਜੇ ਇਹਨਾਂ ਦੁੱਖਾਂ ਤੋਂ ਬਰੀ ਹੋਣਾ, ਇਹਨਾਂ ਦੁੱਖਾਂ ਤੋਂ ਮੁਕਤ ਹੋਣਾ ਹੈ। ਚਰਨ ਬੋਹਿਤ ਪ੍ਰਭ ਦੇਤ, ਗੁਰੂ ਸਾਹਿਬ ਤੈਨੂੰ ਪਰਮੇਸ਼ਰ ਦੇ ਚਰਨਾਂ ਦਾ ਬੋਹਿਤ ਜਹਾਜ਼ ਦੀ ਤਰ੍ਹਾਂ ਆਸਰਾ ਦੇ ਦੇਣਗੇ, ਨਾਮ ਰੂਪ ਚਰਨਾਂ ਦਾ ਆਸਰਾ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾ, ਨਾਮ ਰੂਪ ਚਰਨਾਂ ਦਾ ਬੋਹਿਤ ਤੈਨੂੰ ਆਸਰਾ ਪ੍ਰਾਪਤ ਹੋ ਜਾਏਗਾ, ਜਹਾਜ਼ ਮਿਲ ਜਾਏਗਾ ਸੰਸਾਰ ਭੌਡਲ ਤੋਂ ਤਰਨ ਵਾਸਤੇ। ਸੇ ਭਾਦੋ ਨਰਕ ਨਾ ਪਾਈਆ, ਭਾਦੋ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਿਹਾ, ਭਾ ਦਵੈਤ ਉਹਨਾਂ ਨੂੰ ਪਾਉਂਦੀ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ ਨਹੀਂ ਲੱਗਦੀ ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ ਕਦੇ ਵਾਸਤੇ ਵੀ, ਜਿਹੜੇ ਚਰਨਾਂ ਨਾਲ ਨਾਮ ਨਾਲ ਜੁੜ ਗਏ ਆ, ਬਾਣੀ ਨਾਲ ਜੁੜ ਗਏ ਆ। ਗੁਰ ਰੱਖਣ ਵਾਲਾ ਹੇਤ, ਗੁਰੂ ਉਹਨਾਂ ਦਾ ਰੱਖਣ ਵਾਲਾ ਰਖਵਾਲਾ ਹੋ ਕੇ ਬਹੁਤ ਹਿੱਤ, ਜਿਹੋ ਜਿਹਾ ਗੁਰੂ ਪਿਆਰ ਕਰ ਸਕਦਾ ਉਹੋ ਜਿਹਾ ਦੁਨੀਆਂ ਪਿਆਰ ਨਹੀਂ ਦੇ ਸਕਦੀ, ਜਿਹੋ ਜਿਹਾ ਪਰਮੇਸ਼ਰ ਪਿਆਰ ਦੇ ਸਕਦਾ ਉਹੋ ਜਿਹਾ ਲੋਕ ਪਿਆਰ ਨਹੀਂ ਦੇ ਸਕਦੇ। ਇਸ ਕਰਕੇ ਜਿਹਨਾਂ ਨੂੰ, ਜਿਹਨਾਂ ਨੇ ਰੱਖਣ ਵਾਲੇ ਗੁਰੂ ਦੇ ਨਾਲ ਹਿੱਤ ਕੀਤਾ,
ਗੁਰੂ ਸਾਹਿਬ ਨਾਲ ਹਿੱਤ ਕੀ ਕਰਨਾ, ਗੁਰੂ ਦਾ ਹੁਕਮ ਮੰਨਣਾ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਕਰਨੀ, ਸਤਸੰਗਤ ਕਰਨੀ, ਜਿਹੜਾ ਕਰਦਾ ਸਮਝ ਲਓ ਗੁਰੂ ਸਾਹਿਬ ਨਾਲ ਹਿੱਤ ਕਰਦਾ, ਜਿਹੜਾ ਸਵੇਰੇ ਉੱਠ ਕੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸਮਝ ਲਓ ਉਹਦਾ ਗੁਰੂ ਨਾਲ ਪਹਿਲਾਂ ਹਿੱਤ ਹੈ, ਜਿਹੜਾ ਨਿਤਨੇਮ ਕਰਦਾ ਉਹ ਸਮਝ ਲਓ ਵੀ ਇਹਦਾ ਪਹਿਲਾਂ ਗੁਰੂ ਨਾਲ ਹਿੱਤ ਹੈ, ਬਾਕੀ ਬਾਅਦ ਵਿੱਚ ਸਾਰਿਆਂ ਨਾਲ ਬਾਅਦ ਵਿੱਚ ਹੈ। ਬਸ ਇਹੀ ਹਿੱਤ ਦੀ, ਇਹੀ ਪ੍ਰੇਮ ਦੀ ਨਿਸ਼ਾਨੀ ਹੈ। ਜਿਨ੍ਹਾਂ ਨੇ ਐਸੇ ਸਤਿਗੁਰੂ ਦੇ ਦਰ ਨਾਲ, ਗੁਰੂ ਪਰਮੇਸ਼ਰ ਦੇ ਨਾਲ ਹਿੱਤ ਪ੍ਰੇਮ ਕੀਤਾ, ਮਹਾਰਾਜ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਰਖਵਾਲੇ ਹੋ ਕੇ ਰੱਖਿਆ ਕਰਦੇ ਹੈ, ਤੇ ਉਹਨਾਂ ਨੂੰ ਕੋਈ ਨਰਕਾਂ 'ਚ ਨਹੀਂ ਜੰਮ ਫਿਰ ਪਾ ਸਕਦਾ ਹੈ। ਸੋ ਸਾਧ ਸੰਗਤ ਜੀ, ਧੰਨ ਐਸੇ ਮਹਾਂਪੁਰਖ ਸੇਵਕ ਕੀ ਓੜਕ ਨਿਭੀ ਪੀਰ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ, ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹੋ। ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ, ਇਸ ਜਥੇਬੰਦੀ ਦੇ ਇਸ ਅਸਥਾਨ ਦਾ 50 ਸਾਲਾ ਸਥਾਪਨਾ ਦਿਹਾੜਾ 23-24-25 ਅਕਤੂਬਰ ਨੂੰ ਆਪਾਂ ਇੱਥੇ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੇ ਹਾਂ, ਜਿਹਦੇ ਵਿੱਚ ਢਾਡੀ ਦਰਬਾਰ, ਰਾਗੀ ਕੀਰਤਨ ਦਰਬਾਰ ਔਰ ਗੁਰਮਤਿ ਦੇ ਸਮਾਗਮ ਹੋਣਗੇ। ਸੰਗਤ ਜੀ 23-24-25 ਅਕਤੂਬਰ ਨੂੰ ਇਹਨਾਂ ਸਮਾਗਮਾਂ ਵਿੱਚ ਇੱਥੇ ਤੁਸੀਂ ਹੁੰਮ ਹੁਮਾ ਕੇ ਪਹੁੰਚਣਾ। 4 ਸਤੰਬਰ ਨੂੰ ਖਾਲਸਾ ਕਾਲਜ ਵਿਖੇ ਇਸੇ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਰੱਖੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ। ਫਿਰ ਬੇਨਤੀ ਕਰਦੇ ਹਾਂ, 4 ਸਤੰਬਰ ਨੂੰ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਤੋਂ ਲੈ ਕੇ 4 ਵਜੇ ਤੱਕ, ਇਹ 4 ਘੰਟਿਆਂ ਦਾ ਸਮਾਂ, ਜਿਹਦੇ ਵਿੱਚ 2 ਘੰਟਿਆਂ ਬਾਅਦ ਲੰਗਰ ਜਲ ਪਾਣੀ ਛਕਾਇਆ ਜਾਵੇਗਾ। ਫਿਰ ਵਿਦਵਾਨ ਤੁਹਾਨੂੰ ਦਮਦਮੀ ਟਕਸਾਲ ਦੇ ਹੁਣ ਤੱਕ ਦੇ ਇਤਿਹਾਸ ਉੱਤੇ, ਕੌਮ ਦੀਆਂ ਕੀਤੀਆਂ ਸੇਵਾਵਾਂ ਉੱਤੇ ਖੋਜ ਭਰਪੂਰ ਬਹੁਤ ਸੁੰਦਰ ਵਿਖਿਆਨ ਦੇਣਗੇ। ਬਹੁਤ ਦੂਰੋਂ ਦੂਰੋਂ ਚਕੋਟੀ ਦੇ ਡਾਕਟਰ ਔਰ ਪ੍ਰੋਫੈਸਰ ਇਹ ਸੈਮੀਨਾਰ 'ਚ ਆ ਰਹੇ ਹੈ। ਇਸ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ, ਭਾਈ ਸਾਰੇ ਸਿੰਘਾਂ ਨੇ, ਮਾਈਆਂ ਭਾਈਆਂ ਨੇ ਉਹ ਸੈਮੀਨਾਰ 'ਚ ਜ਼ਰੂਰ ਪਹੁੰਚਣਾ। ਇਸੇ ਤਰ੍ਹਾਂ 14 ਸਤੰਬਰ ਨੂੰ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਕਾਲਜ, ਜਿਨ੍ਹਾਂ ਦਾ ਨਾਮ ਮਾਤਾ ਸੁੰਦਰੀ ਕਾਲਜ ਹੈ, ਉਸ ਕਾਲਜ ਵਿੱਚ ਸੈਮੀਨਾਰ ਹੈ 11-3 ਵਜੇ ਤੱਕ। ਔਰ 14 ਸਤੰਬਰ ਨੂੰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ਼ੁੱਧ ਪਾਠ ਬੋਧ ਸਮਾਗਮ 15 ਅਗਸਤ ਨੂੰ ਪਰਸੋਂ ਪ੍ਰਾਰੰਭ ਕੀਤੇ ਸਨ, ਗੁਰਦੁਆਰਾ ਨਾਨਕ ਪਿਆਓ ਸਾਹਿਬ 550 ਸਾਲਾ ਸ਼ਤਾਬਦੀ ਨੂੰ ਸਮਰਪਿਤ, ਦਮਦਮੀ ਟਕਸਾਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਹਨਾਂ ਦੀ ਸੰਪੂਰਨਤਾ ਵੀ ਹੋਣੀ ਹੈ। ਔਰ 14 ਨੂੰ ਉੱਥੇ ਸੈਮੀਨਾਰ ਹੈ ਮਾਤਾ ਸੁੰਦਰ ਕੌਰ ਜੀ ਕਾਲਜ ਵਿੱਚ, ਉਹਦੇ ਵਿੱਚ ਵੀ ਤੁਸੀਂ ਦਰਸ਼ਨ ਦੇਣੇ ਹੈ। 18 ਸਤੰਬਰ ਨੂੰ ਪਟਿਆਲਾ ਯੂਨੀਵਰਸਿਟੀ ਪਟਿਆਲਾ ਵਿਖੇ ਸੈਮੀਨਾਰ ਹੋ ਰਹੇ ਹੈ, ਉਹਦੇ ਵਿੱਚ ਵੀ 11-4 ਵਜੇ ਦਾ ਸਮਾਂ, ਉਹਦੇ ਵਿੱਚ ਵੀ ਪਤਵੰਤੇ ਸਿੰਘਾਂ ਨੇ ਪਹੁੰਚਣਾ। ਇਸੇ ਤਰ੍ਹਾਂ 13 ਅਕਤੂਬਰ ਦਿਨ ਐਤਵਾਰ ਨੂੰ ਮੁੰਬਈ ਸ਼ਹਿਰ ਵਿੱਚ ਵੀ ਬਹੁਤ ਵੱਡਾ ਸੈਮੀਨਾਰ ਹੋ ਰਿਹਾ, ਉੱਥੇ ਵੀ ਵਿਦਵਾਨਾਂ ਨੇ ਪਹੁੰਚਣਾ। ਤੁਸੀਂ ਜਿਹੜੇ ਜਾਣ ਦੇ ਚਾਹਵਾਨ ਹੋ ਤਾਂ ਦੱਸਣਾ, ਤੁਹਾਡਾ ਆਉਣ ਜਾਣ ਦਾ ਇੰਤਜ਼ਾਮ ਕੀਤਾ ਜਾਏਗਾ। ਇਸੇ ਤਰ੍ਹਾਂ 20 ਅਕਤੂਬਰ ਨੂੰ ਮੋਗੇ ਵਿਖੇ ਸੈਮੀਨਾਰ ਗੁਰੂ ਨਾਨਕ ਕਾਲਜ ਵਿੱਚ ਹੋਏਗਾ।
ਇਹ ਪੰਜ ਸੈਮੀਨਾਰ ਹੋ ਰਹੇ ਆ ਬਹੁਤ ਵੱਡੀ ਪੱਧਰ ਤੇ, ਔਰ 22-23-24-25 ਅਕਤੂਬਰ ਨੂੰ ਇੱਥੇ ਸਮਾਗਮ ਹੋਣਗੇ। 1 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ, 1 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਗੁਰਦੁਆਰਾ ਸ੍ਰੀ ਹੱਠ ਸਾਹਿਬ ਸੁਲਤਾਨਪੁਰ ਸਾਹਿਬ ਲੋਧੀ ਵਿਖੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਦ ਵਿੱਚ 550 ਸਾਲਾਂ ਦੀ ਯਾਦ ਵਿੱਚ ਸ਼ੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਬੋਧ ਸਮਾਗਮ ਜਥੇਬੰਦੀ ਵੱਲੋਂ ਕਰਵਾਏ ਜਾ ਰਹੇ, ਨਾਲ ਲੰਗਰਾਂ ਦੀ ਸੇਵਾ ਵੀ ਉੱਥੇ ਗੁਰਪੁਰਬ ਸਮਾਗਮਾਂ ਤੇ ਕੀਤੀ ਜਾਣੀ ਹੈ, ਜੋ 13 ਨਵੰਬਰ ਤੱਕ ਲੰਗਰ ਚੱਲਣੇ ਹੈ, ਔਰ ਇਹ ਸਾਰੇ ਲੰਗਰ ਹੱਟ ਸਾਹਿਬ ਹੀ ਹੋਣਗੇ ਸੇਵਾ। ਸੋ ਭਾਈ ਇਹਨਾਂ ਸਮਾਗਮਾਂ ਵਿੱਚ ਤੁਸੀਂ ਵੱਧ ਚੜ ਕੇ ਆਉਣਾ, ਪਾਠ ਬੋਧ ਸਮਾਗਮ ਜਥੇਬੰਦੀ ਵਿੱਚ ਰਹਿ ਕੇ 2-2-3-3 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਸੰਥਿਆ ਲੈਣ ਨੂੰ ਲੱਗ ਜਾਂਦੇ ਹੈ, ਪਰ ਇਹ ਮਹੀਨੇ ਵਿੱਚ ਹੀ ਸੰਥਿਆ ਔਰ ਪਾਠ ਭੇਦ ਖਾਸ ਖਾਸ ਅਰਥ ਵਿਸਰਾਮ ਜਮਕੀਆਂ ਠਮਕੀਆਂ ਦਾ ਬਹੁਤ ਡੰਗਿਆਈ ਨਾਲ ਗਿਆਨ ਕਰਾਇਆ ਜਾਂਦਾ। ਸੰਗਤ ਜੀ ਇਹ ਤੋਂ ਕਦੇ ਵਾਂਝੇ ਨਹੀਂ ਰਹਿਣਾ ਚਾਹੀਦਾ, ਆਪਾਂ ਪਾਠ ਬੋਧ ਸਮਾਗਮਾਂ ਵਿੱਚ ਆਪਣਾ ਹਿੱਸਾ ਜ਼ਰੂਰ ਲੈਣਾ, ਇਹ ਬੇਨਤੀਆਂ ਤੁਸੀਂ ਸਵੀਕਾਰ ਕਰਨੀਆਂ। ਜਿਹੜੇ ਸੁਲਤਾਨਪੁਰ ਸਾਹਿਬ ਪਾਠ ਬੋਧ ਸਮਾਗਮ ਹੋ ਰਹੇ ਹੈ, ਉਹਨਾਂ ਵਿੱਚ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਯੋਗਦਾਨ ਹੈ, ਸਿੱਖ ਸੰਪਰਦਾਵਾਂ ਨਿਹੰਗ ਸਿੰਘ ਦਲਾਂ, ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਸਿੰਘ ਸਭਾਵਾਂ, ਸਾਰੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾ ਰਹੀਆਂ, ਤੇ ਆਪਾਂ ਪਾਠ ਸੁਣਨ ਵਾਸਤੇ ਤੇ ਸੰਥਿਆ ਲੈਣ ਵਾਸਤੇ ਤਿਆਰ ਰਹਿਣਾ, ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ ਹੈ, ਉਹ ਭਾਈ ਸਾਹਿਬ ਕਸੂਰਤ ਕੇਸ ਰੱਖੋ, ਔਰ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲ ਕਰੋ। ਅੱਜ ਦੇ ਸਮਾਗਮ ਵਿੱਚ ਬੜੀ ਦੂਰੋਂ ਦੂਰੋਂ ਸੰਗਤ ਮੈਂ ਵੇਖ ਰਿਹਾ, ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਆਈ ਹੈ, ਇਲਾਕੇ ਦੀ ਸੰਗਤ ਆਈ ਹੈ, ਮੈਂ ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਪਤਵੰਤਿਆਂ ਦੇ ਤੌਰ ਤੇ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਇਸੇ ਤਰ੍ਹਾਂ ਸਨਮਾਨਯੋਗ ਜਥੇਦਾਰ ਬਾਬਾ ਲੱਖਾ ਸਿੰਘ ਜੀ ਗੁਰਦੁਆਰਾ ਬਾਬਾ ਰਾਮ ਥੰਮਣ ਸਾਹਿਬ, ਸੰਤ ਬਾਬਾ ਮੇਜਰ ਸਿੰਘ ਜੀ ਬਾਂਹ ਵਾਲੇ, ਜਥੇਦਾਰ ਬਾਬਾ ਸੁੱਖਾ ਸਿੰਘ ਜੀ ਤਰਨਾ ਦਲ ਖਿਆਲਾ ਵਾਲੇ, ਜੋ ਮਹਾਂਪੁਰਖ ਜਥੇਦਾਰ ਬਾਬਾ ਤਰਲੋਕ ਸਿੰਘ ਜੀ ਦੇ ਸਪੁੱਤਰ ਵੀ ਹੈ, ਔਰ ਮਹਾਂਪੁਰਖਾਂ ਵੱਲੋਂ ਉਹ ਚੇਚੇ ਤੌਰ ਤੇ ਆਏ ਹੈ ਜਿਨ੍ਹਾਂ ਨੇ ਇੱਥੇ ਰਹਿ ਕੇ ਗੁਰਮੁਖ ਦੀ ਵਿੱਦਿਆ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਜਥੇਦਾਰ ਬਲਜੀਤ ਸਿੰਘ ਜੀ ਦਲਾਲ ਉਸਮਾ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਇਸ ਤੋਂ ਇਲਾਵਾ ਭਾਈ ਅਜੈਬ ਸਿੰਘ ਜੀ ਅਭਿਆਸੀ, ਭਾਈ ਜਗਤਾਰ ਸਿੰਘ ਜੀ ਰੋਡੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਬਲਵਿੰਦਰ ਸਿੰਘ ਜੀ ਗੁਰਦੁਆਰਾ ਸੰਤ ਖਾਲਸਾ ਨਗਰ ਰੋਡੇ, ਕੌਮ ਦੇ ਮਹਾਨ ਕੁਰਬਾਨੀ ਕਰਨ ਵਾਲੇ ਸਿੰਘ ਜਥੇਦਾਰ ਗੁਰਦੀਪ ਸਿੰਘ ਜੀ ਖੈੜਾ, ਜਿਨ੍ਹਾਂ ਨੇ 23 ਸਾਲ ਤੋਂ ਉੱਤੇ ਕੌਮ ਦੇ ਖਾਤਰ ਜੇਲ੍ਹਾਂ ਦੇ ਵਿੱਚ ਨਜ਼ਰਬੰਦੀਆਂ ਕੱਟੀਆਂ, ਉਹ ਵੀ ਚੇਚੇ ਤੌਰ ਤੇ ਪਹੁੰਚੇ ਹੈ। ਸ਼ਹੀਦਾਂ ਦੇ ਪਰਿਵਾਰ ਭਾਈ ਅਮਰਜੀਤ ਸਿੰਘ ਜੀ ਚਹੇੜੂ ਵਾਲੇ ਪਹੁੰਚੇ ਹੈ, ਔਰ ਬਹੁਤ ਹੀ ਪੁਰਾਣੇ ਸਿੰਘ ਜਥੇਦਾਰ, ਬਹੁਤ ਹੀ ਸਨਮਾਨਯੋਗ ਰਾਗੀ ਭਾਈ ਰਾਮ ਸਿੰਘ ਜੀ, ਜੋ ਵੱਡੇ ਮਹਾਂਪੁਰਖਾਂ ਤੋਂ ਲੈ ਕੇ ਜਿਨ੍ਹਾਂ ਨੇ ਜਥੇ ਵਿੱਚ ਲੰਮਾ ਸਮਾਂ ਸੇਵਾ ਕੀਤੀ ਹੈ, ਉਹ ਵੀ ਪਹੁੰਚੇ ਹੈ।
ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਂਕ ਜੋ ਜਥੇਬੰਦੀ ਦੇ ਜ਼ਿੰਮੇਵਾਰ ਸਿੰਘ ਹਨ। ਇਸ ਤੋਂ ਇਲਾਵਾ ਜਥੇਦਾਰ ਭਾਈ ਜਰਨੈਲ ਸਿੰਘ ਜੀ, ਹੋਰ ਜਿੰਨੇ ਵੀ ਪਤਵੰਤੇ ਇਲਾਕੇ ਵਿੱਚੋਂ ਆਏ, ਨਗਰ ਵਿੱਚੋਂ ਆਏ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ ਸਾਧ ਸੰਗਤ ਜੀ। ਦੇਗ ਲੈਣ ਤੋਂ ਉਪਰੰਤ ਸਾਰੀ ਸੰਗਤ ਨੇ ਲੰਗਰ ਛਕ ਕੇ ਘਰਾਂ ਨੂੰ ਜਾਣਾ, ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਨਾਨਕ ਪ੍ਰਭ ਸਰਣਾਗਤੀ, ਚਰਨ ਮੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ, ਥੋੜ੍ਹੇ ਮਿੰਟ ਮਹਾਂਪੁਰਖਾਂ ਦੀ ਯਾਦ ਵਿੱਚ ਕੁਝ ਬਚਨ ਸੁਣਾਉਣ, ਫਿਰ ਆਪਾਂ ਲੰਮਾ ਸਮਾਂ ਨਹੀਂ ਲਾਉਣਾ, ਫਿਰ ਦੇਗ ਵਰਤਾ ਦੇਵਾਂਗੇ ਔਰ ਉਸ ਤੋਂ ਉਪਰੰਤ ਫਿਰ ਸਾਰਿਆਂ ਨੇ ਲੰਗਰ ਛਕ ਕੇ ਜਾਣਾ, ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਮਹਾਨ ਵਿਦਵਾਨ, ਕੌਮ ਦੀ ਬਹੁਤ ਵੱਡੀ ਹਸਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਦੀ 41ਵੀਂ ਬਰਸੀ 'ਤੇ ਆਪਾਂ ਇਕੱਤਰ ਹੋਏ ਹਾਂ। ਆਓ ਸਭ ਤੋਂ ਪਹਿਲਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਸਮੂਹ ਜੱਥਾ ਸੰਗਤ ਨੇ, ਦਮਦਮੀ ਟਕਸਾਲ ਨੇ, ਇਲਾਕਾ ਨਿਵਾਸੀਆਂ ਨੇ, ਮਹਾਂਪੁਰਖਾਂ ਦੇ ਸੰਗੀ ਪ੍ਰੇਮੀਆਂ ਨੇ ਮਿਲ ਕਰਕੇ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਮਨਾਇਆ ਹੈ। ਅਖੰਡ ਪਾਠਾਂ ਦੇ ਭੋਗ ਪਏ, ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ, ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਤੋਂ ਸੰਖੇਪ ਰੂਪ ਵਿੱਚ ਮਹਾਂਪੁਰਖਾਂ ਦਾ ਜੀਵਨ ਸੁਣਿਆ, ਕਥਾ ਸਰਵਣ ਕੀਤੀ। ਸੋ ਸਾਧ ਸਿੰਘ ਜੀ, ਆਪ ਸਾਰੇ ਇਲਾਕਾ ਨਿਵਾਸੀ ਮਹਾਂਪੁਰਖਾਂ ਦੇ ਜੀਵਨ ਤੋਂ ਭਲੀ ਭਾਂਤ ਜਾਣਦੇ ਹੋ ਕਿ ਕਿਵੇਂ ਅਣਥੱਕ ਉਹਨਾਂ ਦਾ ਸਾਰਾ ਜੀਵਨ ਔਰ ਇੱਕ ਪੱਖ ਨਹੀਂ, ਉਹ ਬਹੁਤ ਵੱਡੇ ਲਿਖਾਰੀ ਔਰ ਵਿਦਵਾਨ ਤਸੀ ਹੋਈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕਥਾਵਾਂ ਕੀਤੀਆਂ, ਭੋਗ ਪਾਏ, ਅਨੇਕਾਂ ਵਿਦਵਾਨ ਪੈਦਾ ਕੀਤੇ।
ਕਾਰ ਸੇਵਾ ਦੇ ਰੂਪ ਦੇ ਵਿੱਚ ਇਸ ਸਥਾਨ ਦੀ ਅਸਾਰੀ ਕਰਕੇ ਜਿੱਥੇ ਇਲਾਕੇ ਨੂੰ ਸਮੁੱਚੇ ਮਾਝੇ ਨੂੰ ਹੀ ਨਹੀਂ ਸਤਿਸੰਗ ਜੀ ਸਮੁੱਚੀ ਜੱਥਾ ਸੰਗਤ ਨੂੰ ਇੱਕ ਬਹੁਤ ਵੱਡਾ ਕੇਂਦਰ ਪ੍ਰਦਾਨ ਕੀਤਾ ਮਹਾਂਪੁਰਖਾਂ ਨੇ ਔਰ ਦੁਨੀਆ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਗੁਰਮਤਿ ਦਾ ਬਹੁਤ ਵੱਡਾ ਪ੍ਰਚਾਰ ਕੀਤਾ। ਦਾ ਰੱਖਦਾ ਹੈ ਜਦੋਂ ਕੌਮ 'ਤੇ ਬਿਪਤਾ ਹੋਵੇ ਤਾਂ ਕੌਮ ਦੇ ਨਾਲ ਖੜ੍ਹੇ। ਐਮਰਜੈਂਸੀ ਦੇ ਦੌਰਾਨ ਉਹਨਾਂ ਵਚਨ ਕਹੇ ਸਨ। ਸਤਿਸੰਗ ਜੀ ਇੱਕ ਵਾਰੀ ਮੰਡਲੇ ਤੋਂ ਅਸੀਂ ਆ ਰਹੇ ਸੀ ਮਹਾਂਪੁਰਖਾਂ ਦੇ ਨਾਲ, ਰਾਗੀ ਭਾਈ ਰਾਮ ਸਿੰਘ ਜੀ ਬੈਠੇ ਵੀ ਨਾਲ ਹੀ ਸਨ, ਹੋਰ ਬਹੁਤ ਸਾਰੇ ਸਿੰਘ ਸਨ। ਭਾਈ ਦਲੀਪ ਸਿੰਘ ਗੱਡੀ ਚਲਾਉਂਦਾ ਸੀ। ਇੱਕ ਦਰਖਤ ਦੇ ਨਾਲ ਗੱਡੀ ਟਕਰਾ ਗਈ, ਥੋੜ੍ਹੀਆਂ ਜਿਹੀਆਂ ਕਣੀਆਂ ਪਈਆਂ ਸੀ। ਸੇਮ ਇਹੋ ਜਿਹੀ ਹਾਲਤ ਸੀ ਜਦੋਂ ਜਿਵੇਂ ਲੁਧਿਆਣੇ ਐਕਸੀਡੈਂਟ ਹੋਇਆ ਸੀ ਨਾ ਰਸਤੇ ਲੁਧਿਆਣੇ ਦੇ ਕੋਲ, ਇਸ ਤਰ੍ਹਾਂ ਹੀ ਥੋੜ੍ਹੀਆਂ ਜਿਹੀਆਂ ਕਣੀਆਂ ਪਈਆਂ ਸੀ ਅਤੇ ਇੱਕ ਪਾਸੇ ਕਾਫੀ ਸੈਂਕੜੇ ਫੁੱਟ ਡੂੰਘੀ ਖੱਡ ਸੀ ਜਿਹਦੇ ਵਿੱਚ ਮੋਛੇ ਵੱਢ ਦਰਖਤ ਵੱਢਿਆ ਗਿਆ, ਰੁੜਦਾ ਰੁੜਦਾ ਖੱਡ ਚਲੇ ਗਿਆ। ਸਾਰੇ ਸਿੰਘ ਫਟਾਫਟ ਉਤਰੇ ਆਏ, ਬੱਸ ਦਾ ਵੱਡਾ ਸ਼ੀਸ਼ਾ ਟੁੱਟ ਗਿਆ, ਸੰਤ ਵੀ ਉੱਤਰ ਆਏ ਅਤੇ ਉਹ ਦਰਖਤ ਦਾ ਮੁੱਢ ਦੇਖ ਕੇ ਪਤਾ ਨਹੀਂ ਲੱਗਦਾ ਸੀ ਵੀ ਇਹ ਕਾਹਦਾ ਦਰਖਤ ਹੈ, ਪਰ ਗੱਡੀ ਵੱਜਣ ਨਾਲ ਕੁਝ ਪੱਤੇ ਥੱਲੇ ਝੜੇ ਅਤੇ ਸਿੰਘਾਂ ਨੂੰ ਪੁੱਛਿਆ ਮਹਾਂਪੁਰਖਾਂ ਨੇ ਵੀ ਇਹ ਦਰਖਤ ਕਾਹਦਾ ਹੈ। ਦੇਖੋ ਐਕਸੀਡੈਂਟ ਹੋਇਆ, ਪਹਿਲਾਂ ਪੁੱਛਿਆ ਭਾਈ ਕਿਸੇ ਨੂੰ ਸੱਟ ਤਾਂ ਨਹੀਂ ਵੱਜੀ, ਫਿਰ ਗੱਡੀ ਦੇ ਨੁਕਸਾਨ ਦੀ ਪਰਵਾਹ ਨਹੀਂ, ਕਹਿੰਦੇ ਇਹ ਦਰਖਤ ਟੁੱਟ ਗਿਆ। ਕਾਹਦਾ ਦਰਖਤ ਹੈ? ਕਹਿੰਦੇ ਜੀ ਜਾਮਣ ਦਾ। ਸੰਤ ਮੁਸਕਰਾਏ। ਹੁਣ ਇਹ ਬੜੀਆਂ ਡੂੰਘੀਆਂ ਗੱਲਾਂ ਸੀ, ਬਾਅਦ 'ਚ ਪਤਾ ਲੱਗਾ ਉਸ ਦਰਖਤ ਦੇ ਮੁੱਢ ਨੂੰ ਸ਼ਾਬਾਸ਼ ਥਾਪੀ ਦੇ ਕੇ ਕਹਿੰਦੇ ਨਾ, ਕਹਿੰਦੇ ਬੱਲਿਓ ਜਾਮਣਾ, ਕਿੱਥੇ ਕਿੱਥੇ ਤੂੰ ਜਾਮਣ ਬਣੇਗਾ।
ਹੁਣ ਇਹ ਬਚਨ ਬੜਾ ਡੂੰਘਾ ਸੀ ਵੀ ਇੱਕ ਵਾਰੀ ਫਿਰ ਇਸ ਤਰ੍ਹਾਂ ਹੀ ਐਕਸੀਡੈਂਟ ਹੋਣਾ ਹੈ ਅਤੇ ਉੱਥੇ ਥੋੜ੍ਹਾ ਤੂੰ ਜਾਮਣ ਬਣ ਜਾਏਗਾ, ਭਾਵ ਉਹ ਦਰਖਤ ਆਪ ਟੁੱਟ ਗਿਆ ਪਰ ਉਹਨੇ ਗੱਡੀ ਨਹੀਂ ਖੱਡ 'ਚ ਡਿੱਗਣ ਦਿੱਤੀ। ਕਹਿੰਦੇ ਬੱਲੇ ਉਹ ਜਾਮਣਾ ਕਿੱਥੇ ਕਿੱਥੇ ਜਾਮਣ ਬਣੇਗਾ ਤੂੰ। ਅਤੇ ਇਹ ਗੱਲਾਂ ਤਾਂ ਉਦੋਂ ਯਾਦ ਆਈਆਂ ਜਦੋਂ ਦੂਸਰੀ ਵਾਰ ਗੱਡੀ ਟਕਰਾ ਗਈ ਅਤੇ ਉਹ ਮਹਾਂਪੁਰਖਾਂ ਦੇ ਅੰਤ ਦਾ ਕਾਰਨ ਹੀ ਬਣ ਗਿਆ ਉਹ ਐਕਸੀਡੈਂਟ। ਸਤਿਸੰਗ ਜੀ, ਇਹੋ ਜਿਹੇ ਮਹਾਂਪੁਰਖਾਂ ਦੀ ਜੀਵਨ ਦੀਆਂ ਬੇਅੰਤੀ ਘਟਨਾਵਾਂ ਨੇ ਜਿਹੜੇ ਮਹਾਂਪੁਰਖਾਂ ਨੇ ਬਚਨ ਦੱਸੇ ਆ ਨਾ। ਉਸ ਦਿਨ ਵੀ ਰਾਗੀ ਜੱਥੇ ਨੇ ਆਨੰਦ ਸਾਹਿਬ ਸ਼ੁਰੂ ਕਰ ਦਿੱਤਾ, ਕਥਾ ਸ਼ੁਰੂ ਹੋਣੀ ਸੀ, ਆਨੰਦ ਸਾਹਿਬ ਸ਼ੁਰੂ ਕਰ ਦਿੱਤਾ, ਪੜ੍ਹ ਦਿੱਤਾ। ਆਮ ਤੌਰ 'ਤੇ ਆਨੰਦ ਸਾਹਿਬ ਤੋਂ ਬਾਅਦ ਫਿਰ ਕੀਰਤਨ ਦੀ ਸਮਾਪਤੀ ਸਮਝੀ ਜਾਂਦੀ ਆ। ਅਤੇ ਰਾਗੀ ਭਾਈ ਰਾਮ ਸਿੰਘ ਜੀ ਬੈਠੇ, ਇਹਨਾਂ ਨੂੰ ਕਹਿਣ ਲੱਗੇ ਵੀ ਨਹੀਂ ਇੱਕ ਸ਼ਬਦ ਹੋਰ ਪੜ੍ਹਨਾ ਮਿਲਸੀਆਂ। ਅਤੇ ਸਾਰੇ ਵੇਖਣ ਲੱਗ ਪਏ ਕਿਉਂਕਿ ਉਸ ਦਿਨ ਉਹ ਉਸ ਜਗ੍ਹਾ ਦਾ ਆਖਰੀ ਪੜਾਅ ਸੀ। ਅਤੇ ਬਾਬਾ ਗਿਆਨ ਸਿੰਘ ਜੀ ਕਈ ਵਾਰ ਮਹਾਂਪੁਰਖਾਂ ਨੂੰ ਪੁੱਛ ਚੁੱਕੇ ਸਨ ਕਿ ਅਗਲੇ ਸਾਲ ਦਾ ਸਾਨੂੰ ਸਮਾਂ ਦਿਓ, ਅਤੇ ਮਹਾਂਪੁਰਖ ਟਾਲਦੇ ਆਉਂਦੇ ਸੀ, ਕੋਈ ਸਮਾਂ ਦਿੱਤਾ ਨਹੀਂ ਸੀ। ਜਦੋਂ ਬਾਰ ਬਾਰ ਕਿਹਾ, ਕਹਿੰਦੇ ਕੋਈ ਨਹੀਂ ਕਥਾ ਤੋਂ ਬਾਅਦ ਆਪਾਂ ਬਚਨ ਕਰਾਂਗੇ। ਅਤੇ ਰਾਗੀ ਜੱਥੇ ਨੂੰ ਕਿਹਾ ਪੜ੍ਹੋ ਸ਼ਬਦ ਬਹੁਰ ਹਮ ਕਾਹੇ ਆਵਾਂਗੇ। ਜਦੋਂ ਇਹ ਸ਼ਬਦ ਪੜ੍ਹਿਆ ਇਹਨਾਂ ਨੇ ਤਾਂ ਸਾਰਾ ਜੱਥਾ ਵੀ ਸੋਚਣ 'ਚ ਪੈ ਗਿਆ, ਅਤੇ ਬਾਬਾ ਗਿਆਨ ਸਿੰਘ ਵੀ ਬੜੇ ਵਿਦਵਾਨ ਸਨ, ਉਹ ਵੀ ਸੋਚਣ 'ਚ ਪੈ ਗਏ ਵੀ ਬਹੁਤ ਖਾਸ ਕਾਰਨ ਹੈ ਮਹਾਂਪੁਰਖਾਂ ਨੇ ਇਹ ਸ਼ਬਦ ਪੜ੍ਹੇ। ਜਦੋਂ ਕਥਾ ਦੀ ਸਮਾਪਤੀ ਹੋਈ ਨਾ, ਫਿਰ ਕੀਰਤਨ ਸੋਹਲੇ ਦੇ ਸ਼ਬਦਾਂ ਦੀ ਕਥਾ ਕੀਤੀ ਮਹਾਂਪੁਰਖ, ਅਤੇ ਫਿਰ ਬਚਨ ਕਹੇ। ਕਹਿੰਦੇ ਭਾਈ ਜਿਹੜਾ ਗੁਰਸਿੱਖ ਹੈ ਨਾ, ਜਿਹੜੇ ਕਰਨੀ ਕਮਾਈ ਵਾਲੇ ਗੁਰਸਿੱਖ ਨੇ, ਉਹ ਆਪਣਾ ਕੀਰਤਨ ਸੋਹਲਾ ਵੀ ਆਪੇ ਪੜ੍ਹ ਲੈਂਦੇ ਨੇ। ਇੱਥੇ ਕਥਾ ਕੀਤੀ ਅਤੇ ਹੋਸਪਿਟਲ ਦੇ ਵਿੱਚ ਸਾਧ ਸਿੰਘ ਜੀ ਜਦੋਂ ਪਾਠ ਸੁਣਾ ਰਹੇ ਸਨ ਅਤੇ ਉਦੋਂ ਇਹ ਬਚਨ ਕਰਦਿਆਂ ਸਿੰਘ ਕੋਲੇ ਸੀ ਉਦੋਂ ਸ਼ਾਇਦ ਭਾਈ ਰਣਵੀਰ ਸਿੰਘ ਸੀ, ਕਹਿੰਦੇ ਭਾਈ ਮੈਂ ਕੀਰਤਨ ਸੋਹਲਾ ਪੜ੍ਹ ਲਿਆ, ਅਰਦਾਸ ਤੁਸੀਂ ਕਰ ਲਿਓ। ਕਿਉਂਕਿ ਦੋ ਦਿਨ ਮਹਾਂਪੁਰਖ ਬੋਲਦੇ ਰਹੇ ਉੱਥੇ, ਤੀਸਰੇ ਦਿਨ ਜਦੋਂ ਐਮਰਜੈਂਸੀ 'ਚ ਲੈ ਕੇ ਉਦੋਂ ਬਾਅਦ ਉਹਨਾਂ ਨੇ ਬਚਨ ਇਸ਼ਾਰੇ ਨਾਲ ਕੀਤੇ, ਸੁਰਤ ਸਾਰੀ ਸੀ ਪਰ ਗਲੇ ਦੇ ਵਿੱਚ ਪਾਈਪ ਲਾਇਆ ਕਰਕੇ ਨਾ ਬੋਲਦੇ ਨਹੀਂ ਸੀ। ਸੋ ਮਹਾਂਪੁਰਖਾਂ ਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਐਮਰਜੈਂਸੀ 'ਚ ਗਏ ਹੀ, ਹਲੇ ਦਾਖਲ ਹੀ ਹੋਏ, ਉਹਨਾਂ ਦੇ ਕੰਨ ਦੇ ਉੱਪਰ 8 ਟਾਂਕੇ ਲੱਗੇ ਸੀ, ਦੋ ਥਾਵਾਂ ਤੋਂ ਕੰਨ ਪਾਟ ਗਿਆ ਸੀ, ਖੱਬਾ ਕੰਨ, ਜਿਹੜੇ ਪਾਸੇ ਦੀਆਂ ਪਸਲੀਆਂ ਟੁੱਟੀਆਂ ਇਹੀ ਕੰਨ ਪਾਟ ਗਿਆ। ਅਤੇ ਹਲੇ ਪਸਲੀਆਂ ਦਾ ਤਾਂ ਕਿਸੇ ਪਤਾ ਨਹੀਂ ਸੀ, ਦਾੜੇ ਦੇ ਵਿੱਚ ਖੂਨ ਜੰਮਿਆ ਹੋਇਆ ਸੀ। ਅਤੇ ਇੱਕ ਸਰਦਾਰ ਡਾਕਟਰ ਸੀ, ਉਹਨੇ ਕਿਹਾ ਵੀ ਇੰਨਾ ਕੁ ਤਾਂ ਐਮਰਜੈਂਸੀ ਦੇ ਵਿੱਚ ਕੰਮ ਕਰ ਦਈਏ, ਇਹਨਾਂ ਦੇ ਟਾਂਕੇ 'ਤੇ ਲਾ ਦਈਏ। ਉਹਨਾਂ ਨੇ ਕੰਨ ਸਾਫ਼ ਕੀਤਾ, ਦਾੜਾ ਸਾਫ਼ ਕੀਤਾ ਅਤੇ ਵੇਖਿਆ ਕਿ ਦੋ ਥਾਵਾਂ ਤੋਂ ਕੰਨ ਪਾਟਿਆ ਹੋਇਆ ਹੈ। ਅਤੇ ਉਹ ਇੰਜੈਕਸ਼ਨ ਲੈ ਕੇ ਆਇਆ ਵੀ ਸੁੰਨ ਕਰਕੇ ਮੈਂ ਇਹਨਾਂ ਦੇ ਟਾਂਕੇ ਲਾ ਦਿਆਂ। ਮਹਾਂਪੁਰਖਾਂ ਦੇ ਕੀ ਕਰਦਾ ਭਾਈ, ਕਹਿੰਦੇ ਜੀ ਟਾਂਕੇ ਲਾਉਣੇ ਆ, ਕੰਨ ਦੇ ਉੱਪਰ ਕੰਨ ਪਾਟਿਆ ਹੋਇਆ, ਇਹਨਾਂ ਨੂੰ ਸੀਣਾ ਹੈ। ਕਹਿੰਦੇ ਸੀਂਦੇ ਫਿਰ
ਇਹ ਕੀ ਕਰਨ ਲੱਗਾ? ਕਹਿੰਦੇ ਇਹ ਮੈਂ ਤਾਂ ਲਾਉਣਾ ਜੀ ਤੁਹਾਡੇ ਦਰਦ ਹੋਏਗਾ ਅਤੇ ਸੁਣ ਕਰਕੇ ਫੇਰ ਲਾਵਾਂਗੇ। ਕਹਿੰਦੇ ਨਹੀਂ ਭਾਈ, ਲੋੜ ਨਹੀਂ ਇਹਦੀ। ਉਹਨੇ ਸੋਚਿਆ ਵੀ ਸ਼ਾਇਦ ਮਹਾਂਪੁਰਖ ਸਮਝੇ ਨਹੀਂ ਮੇਰੀ ਗੱਲ। ਜਦੋਂ ਫਿਰ ਉਹਨੇ ਲਾਉਣ ਲੱਗਾ, ਮਹਾਂਪੁਰਖ ਗੁੱਸੇ 'ਚ ਫਿਰ ਕਹਿਣ ਲੱਗੇ ਵੀ ਰੱਚ ਆ ਗਏ, ਕਹਿੰਦੇ ਤੈਨੂੰ ਸੁਣਿਆ ਨਹੀਂ, ਇਸਦੀ ਨਹੀਂ ਲੋੜ, ਤੂੰ ਲਾ ਟਾਂਕੇ। ਅਤੇ ਫਿਰ ਜਿਹੜੇ ਕੋਲ ਹੋਰ ਡਾਕਟਰ ਖੜ੍ਹੇ ਸੀ ਉਹਨੇ ਉਸੇ ਤਰ੍ਹਾਂ ਟਾਂਕੇ ਲਾਏ, 8 ਟਾਂਕੇ ਲੱਗੇ ਉਹ ਵਿੰਗੀ ਜੀ ਸੂਈ ਦੇ ਨਾਲ। ਆਪਾਂ ਨੂੰ ਪਤਾ ਟਾਂਕੇ ਕਿਵੇਂ ਲੱਗਦੇ ਆ। ਫਿਰ ਉਹ ਚਿਹਰੇ ਵੱਲ ਵੇਂਦਾ ਰਿਹਾ ਵੀ ਮਹਾਂਪੁਰਖਾਂ ਨੂੰ ਜੇ ਦਰਦ ਹੋਏਗੀ ਤਾਂ ਕਸੀਸ 'ਤੇ ਵੱਟਣ ਗਈ। ਮਹਾਂਪੁਰਖ ਬਿਲਕੁਲ ਆਤਮ ਰੰਗ ਦੇ ਵਿੱਚ, ਕੋਈ ਪ੍ਰਭਾਵ ਨਹੀਂ ਚਿਹਰੇ ਦੇ ਉੱਤੇ ਆਉਣ ਦਿੱਤਾ। ਸਾਧ ਸਿੰਘ ਜੀ, ਇਹ ਬ੍ਰਹਮ ਗਿਆਨ ਦੀਆਂ ਇਹੋ ਜਿਹੀਆਂ ਜਿਹੜੀਆਂ ਪ੍ਰਕਿਰਿਆਵਾਂ ਦੀਆਂ ਨਾ, ਉਦੋਂ ਪਤਾ ਲੱਗਦਾ ਸਰੀਰ ਦਾ। ਅਤੇ ਜਿਨ੍ਹਾਂ ਨੇ 8 ਸਾਲ ਹੀ ਸ਼ਬਦ ਪੜ੍ਹੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਇੱਕ ਵਾਰੀ ਨਸ਼ਹਿਰੇ ਪੰਨੀਆਂ ਜਦੋਂ ਇਹ ਸੈਂਤੀਆਂ ਜਲੂਸਾਂ ਦੇ ਵਿੱਚੋਂ ਜਦੋਂ ਖਡੂਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਨਾ, ਅਤੇ ਬਹੁਤ ਭਾਰੀ ਬੱਦਲ ਹੋ ਗਿਆ। ਜਦੋਂ ਬੱਦਲ ਹੋ ਗਿਆ ਅਸੀਂ ਪੰਜਾਂ ਪਿਆਰਾਂ 'ਚ ਲੱਗੇ ਹੋਏ ਸਾਂ। ਮਹਾਂਪੁਰਖਾਂ ਨੇ ਪਾਲਕੀ ਸਾਹਿਬ ਦੇ ਉੱਪਰੋਂ ਮੰਜੇ ਬੱਸ ਦੇ ਉੱਪਰੋਂ ਹੀ ਬੋਲੇ ਵੀ ਕਿ ਸਾਧ ਸੰਗਤ ਜੀ ਆਰਾਮ ਦੇ ਨਾਲ ਸਾਰਾ ਪ੍ਰਚਾਰ ਸੁਣਨਾ ਹੈ। 7-8 ਮਿੰਟ ਤੋਂ ਬਾਅਦ ਵੱਧ ਇੱਕ ਪੜਾਅ 'ਤੇ ਨਹੀਂ ਸੀ ਬੋਲਦੇ, ਪਰ ਧੰਨ ਧੰਨ ਕਰਾ ਦਿੰਦੇ ਸੀ। ਸੰਗਤ ਨੂੰ ਪਤਾ ਲੱਗ ਜਾਂਦਾ ਸੀ ਵੀ ਕੋਈ ਮਹਾਂਪੁਰਖ ਬੋਲ ਕੇ ਗਿਆ ਇੱਥੇ। ਅਤੇ ਬੋਲਣ ਤੋਂ ਪਹਿਲਾਂ ਇਹ ਬਚਨ ਕਹੇ, ਕਹਿੰਦੇ ਇਹ ਕੋਈ ਬੱਦਲ ਨਹੀਂ ਹੈਗੇ, ਐਵੇਂ ਨਾ ਡਰ ਜਾਓ ਵੀ ਮੀਂਹ ਪਏਗਾ, ਭਿੱਜ ਜਾਵਾਂਗੇ, ਦੌੜਨ ਦੀ ਕਰੋ ਇੱਥੋਂ। ਕਹਿੰਦੇ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਇੰਦਰ ਆਇਆ। ਇੰਦਰ ਇਹਨੇ ਆਪਣੀ ਖੁਸ਼ੀ ਜ਼ਾਹਰ ਕਰਨੀ ਹੈ, ਕੋਈ ਬਾਰਿਸ਼ ਨਹੀਂ ਆਉਣੀ। ਕਿਉਂਕਿ ਬਚਨ ਕਹਿ ਸਕਦਾ ਸਾਹਿਬ ਬਿਲਕੁਲ ਮੂਲੀ ਜੀ ਹਲਕੀਆਂ ਕਣੀਆਂ ਪਈਆਂ ਕੁਝ ਕੁ, ਪਰ ਮੀਂਹ ਨਹੀਂ ਪਿਆ। ਸਾਧ ਸਿੰਘ ਜੀ ਉਹਨਾਂ ਨੂੰ ਕੀ ਭੁੱਲ ਸੀ, ਕੀ ਨਹੀਂ ਸੀ ਪਤਾ, ਉਹ ਸਭ ਕੁਝ ਜਾਣਦੇ ਸਨ। ਔਰ ਮਿੰਟਾਂ ਸਕਿੰਟਾਂ ਦੇ ਵਿੱਚ ਦੀ ਇੱਕ ਵਾਰੀ ਸਾਰੇ ਸਿੰਘ ਬਖਸੀਸ ਉਹਨੂੰ ਪੰਡਿਤ ਜੀ ਨੂੰ ਬੰਬੇ ਦੇ ਵਿੱਚ ਕੁਝ ਸਿੰਘ ਕਹਿਣ ਲੱਗੇ, ਕਹਿੰਦੇ ਪੰਡਿਤ ਜੀ ਸੁਖਮਨੀ ਸਾਹਿਬ ਪੜ੍ਹਨ ਦਾ ਕੀ ਮਹੱਤਵ ਹੈ? ਅਤੇ ਪੰਡਿਤ ਬਖਸੀਸ ਸਿੰਘ ਥੋੜ੍ਹਾ ਜਿਹਾ ਹਸਮੁਖ ਸੁਭਾਅ ਦਾ, ਉਹ ਕਹਿੰਦਾ ਵੀ ਦੇਖੋ ਇਹ ਗੱਲਾਂ ਸਾਨੂੰ ਕਾਹਤੋਂ ਪੁੱਛਦੇ, ਅਸੀਂ ਤਾਂ ਤੁਹਾਡੇ ਵਰਗੇ ਹੀ ਹਾਂ, ਤੁਸੀਂ ਸੰਤਾਂ ਨੂੰ ਪੁੱਛੋ ਅਤੇ ਨਾਲੇ ਸਾਨੂੰ ਵੀ ਪਤਾ ਲੱਗ ਜੂ, ਉੱਥੋਂ ਕਾਹਤੋਂ ਡਰਦੇ ਹਾਂ। ਕਹਿੰਦੇ ਜੀ ਸਾਡੀ ਹਿੰਮਤ ਨਹੀਂ ਪੈਂਦੀ ਮਹਾਂਪੁਰਖਾਂ ਨੂੰ ਪੁੱਛੀਏ। ਕਹਿੰਦੇ ਤੁਸੀਂ ਕੋਲੇ ਖੜ੍ਹ ਜਿਓ, ਮੈਂ ਪੁੱਛ ਲਵਾਂਗਾ। ਅਤੇ ਜੋ ਸੰਤ ਕਥਾ ਕਰਕੇ ਉੱਠੇ ਅਤੇ ਭਾਈ ਬਖਸ਼ੀਸ਼ ਸਿੰਘ ਨੇ ਪੁੱਛ ਲਿਆ, ਕਹਿੰਦੇ ਜੀ ਸੰਗਤ ਪੁੱਛਦੀ ਹੈ ਵੀ ਸੁਖਮਨੀ ਸਾਹਿਬ ਦਾ ਮਹੱਤਵ ਕੀ ਹੈ? ਅਤੇ ਸੰਤ ਮਹਾਂਪੁਰਖ ਹੱਸ ਕੇ ਕਹਿੰਦੇ ਪੰਡਤਾ ਤੂੰ ਇੰਨਾ ਵੀ ਨਹੀਂ ਦੱਸ ਸਕਿਆ, ਤੂੰ ਇੰਨਾ ਤਾਂ ਦੱਸ ਦੇ। ਕਹਿੰਦਾ ਨਹੀਂ ਜੀ, ਇਹ ਤਾਂ ਆਪ ਜੀ ਕਿਰਪਾ ਕਰੋ। ਕਹਿੰਦੇ ਚੰਗਾ ਭਾਈ, ਕੱਲ੍ਹ ਨੂੰ ਕਥਾ 'ਚ ਦੱਸਾਂਗੇ, ਨਾਲੇ ਪੰਡਿਤ ਜੀ ਸੁਣ ਲੈਣਗੇ, ਨਾਲੇ ਹੋਰ ਸੰਗਤ ਵੀ ਸੁਣ ਲਓ। ਪੰਡਿਤ ਨੂੰ ਖਾਸ ਕਰਕੇ ਬਖਸ਼ੀਸ਼ ਨੂੰ ਸੰਬੋਧਨ ਕਰਕੇ ਅਗਲੇ ਦਿਨ ਕਹਿੰਦੇ ਲਓ ਪੰਡਿਤ ਜੀ, ਕਹਿੰਦੇ
ਗੁਰਬਾਣੀ ਦੇ ਇੱਕ ਸ਼ਬਦ ਦਾ ਵੀ ਅਰਥ ਮਹੱਤਵ ਨਹੀਂ ਕੋਈ ਦੱਸ ਸਕਦਾ ਵੀ ਮੈਂ ਤੁਹਾਨੂੰ ਦੱਸ ਦੇਵਾਂ ਵੀ ਸੁਖਮਨੀ ਸਾਹਿਬ ਦਾ ਮਹੱਤਵ ਕੀ ਆ। ਮੈਂ ਕੌਣ ਹੈ? ਮੈਂ ਪੁਰਖਾਂ ਦੇ ਮੈਂ ਨਹੀਂ ਦੱਸ ਸਕਦਾ। ਹਾਂ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਅੱਖਰੀ ਰੂਪ ਵਿੱਚ ਸਮਝਾਇਆ ਨਾ, ਉਹਨਾਂ ਕੁ ਮੈਂ ਤੁਹਾਨੂੰ ਦੱਸ ਦਿੰਦਾ, ਉਹਨਾਂ ਕੁ ਮਹੱਤਵ ਤਾਂ ਲਓ ਨਾ। ਅਤੇ ਜਿਹੜਾ ਮਹਾਰਾਜ ਨੇ ਕਿਹਾ ਬੇਅੰਤ ਬੇਅੰਤੀ ਮਹੱਤਵ ਹੈ ਤੇਰੇ ਕਵਣ ਕਵਣ ਕੁਣ ਕਹਿ ਗਿਆ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋਂ। ਕਹਿੰਦੇ ਉਹ ਵੱਖਰਾ ਹੈ, ਉਹ ਨਹੀਂ ਵਰਨ ਕਰ ਸਕਦਾ। ਕਹਿੰਦੇ 192 ਪੌੜੀਆਂ ਸੁਖਮਨੀ ਸਾਹਿਬ ਦੀਆਂ, 24 ਅਸ਼ਟਪਦੀਆਂ, ਇੱਕ 'ਚ 8 ਪਦੇ ਨੇ, ਉਹ ਕਹਿੰਦੇ 192 ਬਣਦੇ ਅਤੇ ਇੱਕ ਪਦੇ ਦੇ ਵਿੱਚ ਇੱਕ ਪੌੜੀ ਦੇ ਵਿੱਚ 21 ਮਹੱਤਵ ਹੈ, 4003 ਬਣਦੇ ਟੋਟਲ। ਕਹਿੰਦੇ ਕਹਿੰਦੇ ਇੰਨੇ ਮਹੱਤਵ ਹੈ ਇੱਕ ਸੁਖਮਨੀ ਸਾਹਿਬ ਦੇ ਪਾਠ ਦੇ। ਕਹਿੰਦੇ ਜੇ ਗਿਣਨੇ ਆ ਲਓ ਗਿਣ ਲਓ, ਕਹਿੰਦੇ ਸਾਰਿਆਂ ਨੂੰ ਤਾਂ ਸਮਾਂ ਲੱਗੋ। ਕਹਿੰਦੇ 24ਵੀਂ ਅਸ਼ਟਪਦੀ 6ਵਾਂ ਪਦਾ ਹੈ, ਕਹਿੰਦੇ ਉਹਦੇ ਮਹੱਤਵ ਗਿਣਿਓ ਅਤੇ ਫਿਰ ਇਕੱਲੀ ਇਕੱਲੀ ਪੌੜੀ ਦੇ ਗਿਣ ਲਿਓ, 4003 ਬਣਨਗੇ। ਕਹਿੰਦੇ ਅਤੇ ਕਹਿੰਦੇ ਲਓ ਪੰਡਿਤ ਜੀ, ਹੁਣ ਕਹਿੰਦੇ ਪੰਡਿਤ ਨੂੰ ਸੁਣਾਉਂਦੇ ਸਾਨੂੰ ਸਾਰਿਆਂ ਨੂੰ ਹੀ ਸੀ, ਜਿੰਨੇ ਵਿਦਿਆਰਥੀ ਸੀ ਕਥਾ ਲਿਖਣ ਵਾਲੇ ਉਹਨਾਂ ਨੂੰ ਵੀ, ਸੰਗਤ ਨੂੰ ਵੀ, ਕਿਉਂਕਿ ਮਹਾਂਪੁਰਖ ਕਾ ਬੋਲਣਾ ਹੋਵੇ ਕਿ ਤਾਂ ਪ੍ਰਥਾਈ ਇੱਕ ਵਾਸਤੇ ਤਾਂ ਹੈ ਨਹੀਂ ਉਹ। ਕਹਿੰਦੇ ਲੈ ਸੁਣੋ, ਕਹਿੰਦੇ 6ਵੇਂ ਪਦੇ 'ਤੇ 24ਵੀਂ ਅਸ਼ਟਪਦੀ 'ਤੇ ਚੱਲੋ, ਧਿਆਨ ਉੱਥੇ ਲੈ ਕੇ ਜਾਓ। ਕਹਿੰਦੇ ਕਹਿੰਦੇ 21 ਮਹੱਤਵ ਗਿਣੋ, ਖੇਮ ਸ਼ਾਂਤ ਰਿੱਧ ਨਵਨਿੱਧ ਬੁੱਧ ਗਿਆਨ ਸਰਬ 'ਤੇ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਠ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮੱਧ ਸਗਲ 'ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਏਕ ਦਰਸ਼ੇਤਾ ਇਹ ਫਲ ਤਿਸ ਜਨ ਕੇ ਮੁੱਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਕਹਿੰਦੇ ਕੀ ਹੋ ਗਿਆ? ਕਹਿੰਦੇ ਗਿਣ ਲਓ। ਕਹਿੰਦੇ ਬੜੀਆਂ ਸੰਗਤਾਂ ਨੇ ਜਕਾਰੇ ਛੱਡੇ, ਕਹਿੰਦੇ ਆਹ ਤਾਂ ਇੱਕ ਵਿਦਿਆਰਥੀ ਹੀ ਨਹੀਂ ਸੁਣੇ ਸੀ, ਕਹਿੰਦੇ ਤੁਸੀਂ ਦਮਦਮੀ ਟਕਸਾਲ ਨੂੰ ਕਦੇ ਪੁੱਛਿਆ ਹੀ ਨਹੀਂ ਸੀ, ਅੱਜ ਪੁੱਛਿਆ ਤੁਹਾਨੂੰ ਦੱਸ ਦਿੱਤਾ। ਮੇਰਾ ਕਹਿਣ ਤੋਂ ਮੁਰਾਦ ਇੱਕ ਨਹੀਂ ਪੱਖ, ਇੱਕ ਪੱਖ ਨਹੀਂ, ਮਹਾਂਪੁਰਖਾਂ ਦੇ ਬੇਅੰਤ ਪੱਖ। ਜੇ ਕਿਤੇ ਵਿਦਵਾਨਾਂ ਚਲੇ ਗਏ, ਇੱਥੇ ਕਾਦੀਆਂ ਇੱਕ ਸੈਮੀਨਾਰ ਹੋਇਆ ਸੀ ਅਤੇ ਮਹਾਂਪੁਰਖਾਂ ਨੇ 18 ਕੁ ਮਿੰਟ ਬੋਲੇ, 20 ਮਿੰਟ ਦਾ ਸਮਾਂ ਦਿੱਤਾ ਸੀ, 18 ਕੁ ਮਿੰਟ ਬੋਲੇ ਮਹਾਂਪੁਰਖ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਸੁਣਾਈ, ਕਹਿੰਦੇ ਖੋਜ ਕਰੋ, ਪ੍ਰਾਤਨਤਾ ਨੂੰ ਨਾ ਛੱਡੋ, ਖੋਜ ਕਰੋ ਵੀ ਸਾਡੀ ਪ੍ਰਾਤਨਤਾ ਕੀ ਹੈ। ਕਹਿੰਦੇ ਨਵੀਨਤਾ ਚਾਹੀਦੀ ਹੈ ਦੁਨੀਆ ਵਾਸਤੇ, ਨਵੀਆਂ ਨਵੀਆਂ ਖੋਜਾਂ ਚਾਹੀਦੀਆਂ ਜ਼ਿੰਦਗੀ ਵਾਸਤੇ, ਪਰ ਕਹਿੰਦੇ ਗੁਰਸਿੱਖੀ ਵਾਸਤੇ ਪ੍ਰਾਤਨਤਾ ਚਾਹੀਦੀ ਆ, ਪ੍ਰਾਤਨਤਾ 'ਚ ਲੱਭੋ ਸਾਡਾ ਇਤਿਹਾਸ ਕੀ ਆ। ਕਹਿੰਦੇ ਗਲਤ ਲਿਖਾਰੀ ਲਿਖ ਰਹੇ ਨੇ, ਬਾਬਾ ਜੈਤਾ ਜੀ ਦੀ ਬੜੀ ਕੁਰਬਾਨੀ ਹੈ, ਬਹੁਤ ਵੱਡੀ ਦੇਣ ਹੈ, ਬਹੁਤ ਵੱਡਾ ਸਿਰੜਾ ਅਤੇ ਬਹੁਤ ਵੱਡਾ ਨਿਸ਼ਚਾ ਉਹਨਾਂ ਦਾ, ਪਰ ਇਹ ਗੱਲ ਕਹਿਣੀ ਕਿ ਬਾਬਾ ਜੈਤਾ ਜੀ ਨੇ ਆਪਣੇ ਪਿਤਾ ਦਾ ਸੀਸ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਂਦਾ, ਇਹ ਇਤਿਹਾਸ ਨਹੀਂ, ਇਹ ਗਲਤ ਹੈ। ਕਹਿੰਦੇ ਕੋਈ ਤੱਥ ਮਿਲਾ ਕੇ ਦੱਸੋ ਸਾਨੂੰ, ਕਹਿੰਦੇ ਕਿਉਂ ਆਪਾਂ ਗਲਤ ਪਾਸੇ ਜਾਂਦੇ ਹਾਂ। ਵੱਡੇ ਵੱਡੇ ਵਿਦਵਾਨਾਂ ਨਾਲ ਚਰਚਾ ਕਰਨੀ, ਮਹਾਂਪੁਰਖ ਮਿੰਟਾਂ ਵਿੱਚ ਦੀ ਬਹੁਤ ਵੱਡੀਆਂ ਗੱਲਾਂ ਕਹਿ ਜਾਂਦੇ ਸਨ, ਉਹਨਾਂ ਸਤਿਪੁਰਖਾਂ ਦਾ ਆਪਾਂ ਅੱਜ ਸਾਧਸੰਗ ਜੀ ਸਾਲਾਨਾ ਜੋੜ ਮੇਲਾ ਮਨਾਇਆ ਹੈ ਅਤੇ ਜਿਹੜਾ ਉਹਨਾਂ ਨੇ ਬਚਨ ਕਿਹਾ ਨਾ, ਆਪਾਂ ਸਾਰੇ ਹੀ ਇੱਕ ਵਾਰੀ ਰਲ ਕੇ ਕਹਿ ਲਈਏ, ਸ਼ਾਇਦ ਆਪਣੇ ਮਨ ਨੂੰ ਵੀ ਕੁਛ ਪ੍ਰਬੋਧਿਆ ਜਾ ਸਕੇ। ਜਿਹੜਾ ਉਹਨਾਂ ਦਾ ਨਾਰਾ ਸੀ, ਸਿਰ ਜਾਵੇ ਤਾਂ ਜਾਵੇ,
ਸਾਡਾ ਸਿੱਖੀ ਸਿਦਕਣਾ ਜਾਵੇ ਦਾਸ ਪੜ੍ਹੇਗਾ। ਸਾਰੇ ਮਗਰ ਬੋਲਿਓ ਭਾਈ, ਦੋ ਵਾਰੀ ਬੋਲ ਕੇ ਫਿਰ ਫਤਿਹ ਬੁਲਾਉਂਦੇ ਹਾਂ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਇਹ ਬਚਨ ਸੰਗਤਾਂ ਵਿੱਚ ਕਹੇ, ਇਹ ਬਚਨ ਮਹਾਂਪੁਰਖਾਂ ਨੇ ਨਿਭਾਏ, ਸਾਧ ਸੰਗਤ ਜੀ ਸਿਰ ਚਲਿਆ ਗਿਆ, ਸਿਦਕ ਨਹੀਂ ਜਾਣ ਦਿੱਤਾ। ਇਹ ਸਤਿਪੁਰਖਾਂ ਦੇ ਤਾਂ ਹੀ ਆਪਾਂ ਇਹ ਬਚਨ ਕਹਿੰਦੇ ਹਾਂ ਕਿ ਮਹਾਂਪੁਰਖ ਕਹਿਣੀ ਅਤੇ ਕਰਨੀ ਦੇ ਪੂਰੇ ਹੁੰਦੇ, ਕਹਿਣੀ ਕਥਨੀ ਦੇ ਪੂਰੇ ਮਹਾਂਪੁਰਖ, ਜਿਨ੍ਹਾਂ ਦਾ ਅੱਜ ਸਮੁੱਚੇ ਤੌਰ 'ਤੇ ਦਮਦਮੀ ਟਕਸਾਲ ਵੱਲੋਂ ਉਹਨਾਂ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਹੈ। ਦਾ ਸਮੁੱਚੇ ਜੱਥੇ ਦਾ, ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮਹਾਂਪੁਰਖਾਂ ਦੇ ਸਾਲਾਨੇ ਜੋੜ ਮੇਲੇ ਦਾ ਸਾਰਾ ਪ੍ਰਬੰਧ ਕਰਕੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਜੋੜ ਮੇਲਾ ਮਨਾਇਆ ਹੈ। ਸੋ ਦਾਸ ਤੋਂ ਬੋਲਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਸਾਧ ਸੰਗਤ ਜੀ ਖਿਮਾ ਕਰ ਦੇਣਾ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, 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 ਸਤਨਾਮ ਵਾ